ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਵਿੱਤਰ ਹਾਜ਼ਰੀ ਵਿੱਚ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਇਕੱਤਰ ਹੋਏ ਪਵਿੱਤਰ ਆਤਮਾ ਸਾਧੂ ਜਨ ਬਾਕੀ ਸੋ ਸਾਧ ਸੰਗਤ ਸਾਰੇ ਮਹਾਂਪੁਰਸ਼ਾਂ ਦੇ ਪ੍ਰੇਮ ਵਿੱਚ ਸਾਲਾਨਾ ਯਾਦ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਹਨ। ਥੋੜ੍ਹੇ ਸਮੇਂ ਵਾਸਤੇ ਜੋ 3 ਦਿਨਾਂ ਤੋਂ ਬਾਣੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਪੁਰਾਤਨ ਮਰਯਾਦਾ ਦੇ ਅਨੁਸਾਰ ਜੋ ਮਹਾਂਪੁਰਸ਼ਾਂ ਨੇ ਚਲਾਈ ਹੋਈ ਹੈ ਉਸ ਦੇ ਅਨੁਸਾਰ ਅਖੰਡ ਪਾਠ ਪ੍ਰਾਰੰਭ ਕੀਤੇ ਸਨ। ਉਪਰੰਤ ਪੁਰਾਤਨ ਮਰਯਾਦਾ ਦੇ ਅਨੁਸਾਰ ਜੋ ਪੁਰਾਤਨ ਮਰਯਾਦਾ ਮਹਾਤਮਾ ਪੁਰਖਾਂ ਦੀ ਗੁਰੂ ਨਾਨਕ ਨਾਮ ਲੇਵਾ ਗੁਰਮੁਖਾਂ ਦੀ ਚਲੀ ਆਉਂਦੀ ਹੈ ਉਸ ਦੇ ਅਨੁਸਾਰ ਭੋਗ ਪਾਏ ਗਏ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਜੋ ਬਖਸ਼ਿਸ਼ ਕੀਤੇ ਹੋਏ ਹੁਕਮ ਜੋ 3 ਦਿਨ ਬਾਣੀ ਪੜ੍ਹੀ ਹੈ ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਹੈ ਉਹ ਸੇਵਾ ਤੋਂ ਉਪਰੰਤ ਜੋ ਹੁਕਮ ਹੈ ਜਿਸ ਤਰ੍ਹਾਂ ਕੋਈ 6 ਮਹੀਨੇ ਕੋਈ ਸਾਲ ਕੋਈ 2 ਸਾਲ ਕੇਸ ਲੜਦਾ ਹੈ ਉਸ ਤੋਂ ਉਪਰੰਤ ਇੱਕ ਫੈਸਲੇ ਦੀ ਉਡੀਕ ਹੁੰਦੀ ਹੈ ਉਸ ਨੂੰ ਕਹਿੰਦੇ ਹਨ ਹੁਕਮ ਦੀ ਤਰੀਕ ਹੈ। ਇਹ ਵੀ ਹੁਕਮ ਜੋ ਗੁਰੂ ਅਰਜਨ ਦੇ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਬਖਸ਼ਿਸ਼ ਕੀਤਾ ਹੋਇਆ ਹੁਕਮ ਬਖਸ਼ਿਸ਼ ਕੀਤਾ ਹੈ। ਥੋੜ੍ਹੇ ਸਮੇਂ ਵਾਸਤੇ ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ ਉਹ ਇਸ ਸੁਭਾਗ ਸਮੇਂ ਨੂੰ ਸੰਭਾਲਦੇ ਹਨ। ਸਮੇਂ ਦੇ ਦੌਰ ਦੇ ਅੰਦਰ ਜੋ ਕਲਯੁੱਗ ਦਾ ਘੋਰ ਕਲਯੁੱਗ ਦਾ ਸਮਾਂ ਹੈ ਜੀਵਾਂ ਦੀਆਂ ਮਤ ਬੁੱਧੀਆਂ 'ਤੇ ਕਲਯੁੱਗ ਦਾ ਪ੍ਰਭਾਵ ਹੈ ਜਿਸ ਕਾਰਨ ਕਰਕੇ ਬਹੁਤ ਘੱਟ ਪੁਰਖ ਇਸ ਵਸਤੂ ਦੇ ਵਿਹਾਜਣ ਵਾਲੇ ਗੁਰਮੁਖ ਹਨ। ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਜਿਨ੍ਹਾਂ 'ਤੇ ਮਹਾਂਪੁਰਸ਼ਾਂ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ ਉਹ ਇਸ ਚੀਜ਼ ਨੂੰ ਭਾਲਦੇ ਹਨ। ਜਿਸ ਤਰ੍ਹਾਂ ਸੁਗੰਧੀ ਹੈ ਸੁਗੰਧੀ ਬਾਜਾਂ ਨਹੀਂ ਮਾਰਦੀ ਕਿਸੇ ਨੂੰ ਕੇਵਲ ਅਤੇ ਕੇਵਲ ਭੌਰੇ ਆਪਣੇ ਆਪ ਹੀ ਫੁੱਲਾਂ ਨੂੰ ਲੱਭ ਲੈਂਦੇ ਹਨ। ਪਿਆਸੇ ਮਨੁੱਖ ਨੂੰ ਪਾਣੀ ਨਹੀਂ ਲੱਭਦਾ ਪਾਣੀ ਦੀ ਭਾਲ ਪਿਆਸਾ ਮਨੁੱਖ ਕਰਦਾ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਜਿਨ੍ਹਾਂ ਦੇ ਅੰਦਰ ਗੁਰੂ ਦੀ ਬਖਸ਼ਿਸ਼ ਹੈ ਤਿਨ੍ਹਾਂ ਨੂੰ ਇਹ ਵਸਤੂ ਚੰਗੀ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਪੁਰਖਾਂ ਨੂੰ ਧਨੀ ਪੁਰਖ ਜਾਣਿਆ ਹੈ। ਆਮ ਸੰਸਾਰ ਦੇ ਲੋਕ ਜਿਨ੍ਹਾਂ ਕੋਲ ਧਨ ਦੌਲਤ ਵਾਧੂ ਹੁੰਦੀ ਹੈ ਉਹਨਾਂ ਨੂੰ ਧਨੀ ਗਿਣਦੇ ਹਨ, ਪਰ ਧਰਮ ਦੇ ਰਸਤੇ ਦੇ ਉੱਤੇ ਜਿਹੜੇ ਪਰਮਾਰਥ ਦੇ ਮਾਰਗ ਦੇ ਉੱਤੇ ਜਿਹੜੇ ਪੁਰਖ ਸਤਸੰਗ ਦੇ ਵਿੱਚੋਂ ਕੁਛ ਨਾ ਕੁਛ ਰੱਬ ਦੀ ਬਖਸ਼ਿਸ਼ ਰੱਬ ਦੀ ਸਿਫਤ ਸਲਾਹ ਪਰਮੇਸ਼ੁਰ ਦੇ ਨਾਮ ਦੀ ਵਿਚਾਰ ਪਰਮੇਸ਼ੁਰ ਦੇ ਮਿਲਣ ਦੇ ਮਾਰਗ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਇਹ ਹੁੰਦੀ ਹੈ ਸਤ ਦੀ ਵਿਚਾਰ। ਇਹ ਜਿਨ੍ਹਾਂ ਪੁਰਖਾਂ ਦੀ ਬਖਸ਼ਿਸ਼ ਹੁੰਦੀ ਹੈ ਉਹ ਇਹਨਾਂ ਵਸਤੂਆਂ ਨੂੰ ਲੱਭਦੇ ਹਨ। ਪੂਰੇ ਅਤੇ ਪ੍ਰਧਾਨ ਸੁਣ ਤੇ ਹਰ ਕਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਰਾਮ ਨਾਮ ਜੋ ਕਰੀ ਵਿਚਾਰ ਸੇ ਧਨਵੰਤ ਗਨੀ ਸੰਸਾਰ। ਉਹ ਧਨੀ ਗਿਣੇ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਰਾਮ ਦੇ ਨਾਮ ਦੀ ਵਿਚਾਰ ਵਿਆਜਦੇ ਹਨ ਜਾਂ ਉਸ ਨੂੰ ਲੱਭਦੇ ਹਨ ਉਹਨਾਂ ਗੁਰਮੁਖਾਂ 'ਤੇ ਕਿਰਪਾ ਹੁੰਦੀ ਹੈ। ਇਹ ਸਮਾਂ ਪ੍ਰਾਪਤ ਹੋਇਆ ਹੈ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਇਹ ਚੀਜ਼ ਨੂੰ ਸੱਤ ਦੀ ਵਿਚਾਰ ਜੋ 3 ਦਿਨਾਂ ਤੋਂ ਗੁਰਬਾਣੀ ਅੰਮ੍ਰਿਤ ਪਰਮਗੁਰਾਂ ਬਾਣੀ ਹੈ ਇਹ ਬਾਣੀ ਵਿੱਚ ਅੰਮ੍ਰਿਤ ਬਖਸ਼ ਵਸਦਾ ਹੈ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਤੇ ਬਾਣੀ ਬੈਠੀ ਉਹਨਾਂ ਗੁਰਮੁਖਾਂ ਦੇ ਅੰਦਰੋਂ ਇਹ ਪਿਆਰ ਵਾਲੀਆਂ ਰੂਹਾਂ ਦੇ ਅੰਦਰੋਂ ਇਹ ਬਾਣੀ ਬਖਸ਼ਿਸ਼ ਹੋਈ ਹੈ ਅੰਦਰੋਂ ਉਹਨਾਂ ਦੇ ਉੱਠੀ ਹੈ ਪਿਆਰ ਵਾਲੀਆਂ ਰੂਹਾਂ ਦੇ ਅੰਦਰੋਂ ਨਿਕਲੇ ਹੋਏ ਪਿਆਰ ਦੇ ਵਚਨ। ਉਹ ਪਿਆਰ ਦੇ ਵਚਨ ਜਦੋਂ ਆਪਾਂ ਸੁਣਦੇ ਹਾਂ ਜਾਂ ਆਪਾਂ ਪੜ੍ਹਦੇ ਹਾਂ ਉਹ ਜਿਨ੍ਹਾਂ ਦੇ ਅੰਦਰੋਂ ਜਿਹਦੇ ਕਿਤੇ ਫੁੱਲਾਂ ਦਾ ਟੋਕਰਾ ਰੱਖ ਦਈਏ ਅੰਦਰੋਂ ਸੁਗੰਧੀ ਆਉਣ ਲੱਗ ਜਾਂਦੀ ਹੈ। ਜਿਨ੍ਹਾਂ ਪੁਰਖਾਂ ਦੇ ਅੰਦਰ ਸਤ ਦੀ ਵਿਚਾਰ ਹੈ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਬਾਣੀ ਬੈਠੀ ਬਖਸ਼ਿਸ਼ ਹੈ ਗੁਰੂ ਦੀ ਬਾਣੀ ਦੀ ਉਹਨਾਂ ਦੇ ਅੰਦਰੋਂ ਇਹ ਵਚਨ ਨਿਕਲਦੇ ਹਨ। ਸਾਰਿਆਂ ਭਗਤਾਂ ਦੇ ਹਿਰਦਿਆਂ ਤੋਂ ਗੁਰੂ ਸਾਹਿਬਾਂ ਦੇ ਅਵਤਾਰਾਂ ਪੁਰਖਾਂ ਦੇ ਗੁਰਸਿੱਖਾਂ ਦੇ ਅੰਦਰੋਂ ਉਚਾਰੀ ਹੋਈ ਬਾਣੀ ਪ੍ਰੇਮ ਦੇ ਭਿੱਜੇ ਹੋਏ ਬੋਲ ਉਹ ਜਿਹੜੇ ਜਿਹੜੇ ਗੁਰਮੁਖ ਸੁਣਦੇ ਹਨ
ਉਹਨਾਂ ਦੇ ਅੰਦਰ ਵੀ ਪਿਆਰ ਦੀ ਅੰਸ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਮਾਂ ਪ੍ਰਾਪਤ ਹੋਇਆ ਹੈ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ 'ਤੇ ਬਖਸ਼ਿਸ਼ ਹੁੰਦੀ ਹੈ। ਕੋਈ ਸਮਾਂ ਸੀ ਅੱਜ ਤੋਂ ਕੋਈ 50-60 ਸਾਲ ਪਿੱਛੇ ਚਲੇ ਜਾਈਏ, ਉਹਨਾਂ ਸਮਿਆਂ ਵਿੱਚ ਉਦਾਸੀ ਮਹਾਤਮਾ ਪਿੰਡਾਂ ਨਗਰਾਂ ਵਿੱਚ ਹਾਥੀਆਂ ਵਾਲੇ ਘੁੰਮਦੇ ਹੁੰਦੇ ਸਨ। ਉਹ ਪਿੰਡਾਂ ਨਗਰਾਂ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਸੱਤ ਦੇ ਨਾਲ ਜੋੜਦੇ ਹੁੰਦੇ ਸਨ, ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਸਨ, ਔਰ 6-6 ਮੀਲ ਤੋਂ ਲੋਕ ਚੱਲ ਕੇ ਉਹਨਾਂ ਮਹਾਤਮਾ ਦੇ ਬਚਨ ਸੁਣਨ ਜਾਇਆ ਕਰਦੇ ਸਨ। ਅੱਜ ਸਮੇਂ ਦੇ ਪ੍ਰਭਾਵ ਦੇ ਅਨੁਸਾਰ ਕਲਯੁੱਗ ਦੇ ਦੌਰ ਦੇ ਅੰਦਰ ਜੀਵਾਂ ਦੀਆਂ ਮਤ ਮੁੱਧੀਆਂ ਮਲੀਨ ਨੇ। ਬਾਕੀ ਸੰਸਾਰ ਦੇ ਅੰਦਰ ਇਹ ਚੀਜ਼ ਵਿਹਾਜਣ ਵਾਲੇ ਬਹੁਤ ਘੱਟ ਗੁਰਮੁਖ ਮਿਲਣਗੇ। ਪਿੰਡਾਂ ਨਗਰਾਂ ਵਿੱਚ ਘਾਟ ਹੈ, ਗੁਰਦੁਆਰਿਆਂ ਵਿੱਚ ਵੀ ਘਾਟ ਹੈ, ਇਸ ਚੀਜ਼ ਦੇ ਵਿਹਾਜਣ ਵਾਲੇ ਪੁਰਖਾਂ ਦੀ ਬਹੁਤ ਘਾਟ ਹੈ। ਜਿਨ੍ਹਾਂ ਜਿਨ੍ਹਾਂ ਨੂੰ ਹੁਣ ਸਮਾਂ ਪ੍ਰਾਪਤ ਹੋਵੇਗਾ, ਜਦੋਂ ਗਾਹਕ ਥੋੜ੍ਹੇ ਹੁੰਦੇ ਹੈ, ਵਸਤੂ ਜ਼ਿਆਦਾ ਹੁੰਦੀ ਹੈ, ਫਿਰ ਬਹੁਤੀ ਮਿਲ ਜਾਂਦੀ ਹੈ। ਜਦੋਂ ਗਾਹਕ ਜ਼ਿਆਦਾ ਹੋਣ, ਵਸਤੂ ਥੋੜ੍ਹੀ ਹੁੰਦੀ ਹੈ, ਫਿਰ ਉਹ ਥੋੜ੍ਹੀ ਥੋੜ੍ਹੀ ਵੰਡ ਕੇ ਦਿੰਦੇ ਹੈ। ਸਤਿਯੁਗ ਦੇ ਵਿੱਚ ਸਾਰੇ ਸਤੋਗੁਣੀ ਪੁਰਖ ਬਹੁਤੇ ਸਨ, ਬਹੁਤ ਘੱਟ ਪੁਰਖ ਐਸੇ ਸਨ ਜਿਹੜੇ ਪਰਮੇਸ਼ੁਰ ਤੋਂ ਮਨਮੁੱਖ ਹੋਏ ਹਨ। ਤਾਂ ਗੁਰੂ ਸਾਹਿਬ ਦਾ ਵਚਨ ਵੀ ਹੈ ਗੁਰਬਾਣੀ ਦੇ ਵਿੱਚ, ਸਤਿਯੁਗ ਸੱਚ ਕਹੇ ਸਭ ਕੋਈ, ਘਰ ਘਰ ਗੁਰਮੁਖ ਭਗਤ ਹੋਈ। ਸਤਿਯੁਗ ਵਿੱਚ ਸਾਰੇ ਸੱਚ ਬੋਲਦੇ ਸਨ, ਘਰ ਘਰ ਗੁਰਮੁਖ ਸਨ, ਘਰ ਘਰ ਭਗਤ ਸਨ। ਇਹਨਾਂ ਦੀ ਬਹੁਤ ਆਦਤ ਸੀ, ਭਗਤਾਂ ਦੀ ਵੀ, ਸੱਚ ਬੋਲਣ ਵਾਲੇ ਪੁਰਖਾਂ ਦੀ ਵੀ ਬਹੁਤ ਆਦਤ ਸੀ, ਔਰ ਧਰਮ ਦੇ ਨਾਲ ਜੁੜੇ ਹੋਏ ਪੁਰਖ ਸਨ। ਧਰਮ 'ਤੇ ਉਹੀ ਪੁਰਖ ਜੁੜਦਾ ਹੈ ਜਿਹੜਾ ਸੰਤੋਖੀ ਪੁਰਖ ਹੋਵੇ। ਲੋਭੀ ਪੁਰਖ ਧਰਮ ਦੀ ਪੌੜੀ 'ਤੇ ਨਹੀਂ ਚੱਲ ਸਕਦਾ, ਕਿਉਂਕਿ ਸਤਿਯੁਗ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਅਚਾਰਿਆ ਹੋਇਆ, ਬਖਸ਼ਿਸ਼ ਕੀਤਾ ਹੋਇਆ ਬਾਣੀ ਦਾ ਵਚਨ ਹੈ। ਜਿਨ੍ਹਾਂ ਪੁਰਖਾਂ 'ਤੇ ਕਿਰਪਾ ਹੁੰਦੀ ਹੈ, ਉਹ ਪੁਰਖ ਇਸ ਗੱਲ ਨੂੰ ਵਿਹਾਜਦੇ ਹਨ, ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹਨ। ਸਤਿਯੁਗ ਸੱਚ ਕਹੇ ਸਭ ਕੋਈ, ਘਰ ਘਰ ਗੁਰਮੁਖ ਭਗਤ ਹੋਈ। ਸਤਿਗੁਰੂ ਜੀ ਬਾਣੀ ਵਿੱਚ ਹੋਰ ਬਚਨ ਲਿਖਿਆ ਹੈ, ਸਤਿਯੁਗ ਰੱਥ ਸੰਤੋਖ ਕਾ, ਧਰਮ ਅੱਗੇ ਰਥਵਾਹੋ। ਸੰਤੋਖ ਦਾ ਰੱਥ ਸੀ, ਉੱਤੇ ਧਰਮੀ ਪੁਰਖ ਬਹਿੰਦੇ ਸਨ। ਸੰਤੋਖੀ ਰੱਥ 'ਤੇ ਲੋਭੀ ਦੂਸਰੇ ਮਨਮੁੱਖ ਲੋਕ ਨਹੀਂ ਬਹਿੰਦੇ, ਮਨਮੁੱਖ ਲੋਕਾਂ ਦੇ ਅੰਦਰ ਲੋਭ ਦੀ ਅੰਸ ਹੁੰਦੀ ਹੈ। ਸੰਤੋਖੀ ਪੁਰਖ ਹੀ ਜਿਨ੍ਹਾਂ ਨੇ ਭਾਈ ਸੰਤੋਖੀ ਪੁਰਖਾਂ ਨੇ ਹੀ ਸੰਸਾਰ ਵਿੱਚ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਜੀਵਨ ਪੜ੍ਹ ਕੇ ਗੁਰਸਿੱਖਾਂ ਦੇ ਦੇਖੋ, ਗੁਰਮੁਖਾਂ ਦੇ ਦੇਖੋ, ਜਿਨ੍ਹਾਂ ਨੇ ਸਾਰੇ ਪਦਾਰਥ ਅੱਗੇ ਪਿੱਛੇ ਉਹਨਾਂ ਦੇ ਰੁੜਦੇ ਫਿਰਦੇ ਸਨ, ਪਰ ਉਹਨਾਂ ਨੇ ਬਹੁਤੀ ਇਹਦੀ ਪਰਵਾਹ ਨਹੀਂ ਕੀਤੀ। ਆਪਣੇ ਆਪਣੇ ਜੀਵਨ ਦੇ ਨਿਰਵਾਹ ਵਾਸਤੇ ਨਾਮਦੇਵ ਜੀ ਨੇ ਚੰਦੇ ਛਾਪੇ ਹਨ, ਰਵਿਦਾਸ ਜੀ ਮਹਾਰਾਜ ਨੇ ਜੁੱਤੀਆਂ ਕੰਢੀਆਂ ਹਨ, ਕਬੀਰ ਸਾਹਿਬ ਜੀ ਨੇ ਖੱਦਰ ਬੁਣਿਆ ਹੈ। ਆਪਣੇ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਕੇ, ਸੰਤੋਖ ਬਿਰਤੀ ਧਾਰਨ ਜਿਨ੍ਹਾਂ ਨੇ ਕੀਤੀ ਆ ਉਹਨਾਂ ਪੁਰਖਾਂ ਦੀ, ਧਰਮ ਉੱਤੇ ਰਥਵਾਹੀ ਹੈ, ਸੰਤੋਖ ਦਾ ਰੱਥ ਹੈ। ਰੱਥ ਬਣਾਉਣਾ ਪਵੇਗਾ, ਰਥਵਾਹੀ ਆਪਣੇ ਆਪ ਹੀ ਆ ਜਾਵੇਗਾ। ਜੇ ਕਲਯੁੱਗ ਰੱਥ ਅਗਨ ਕਾ, ਅੱਜ ਅੱਕ ਦਾ ਰੱਥ ਹੈ, ਝੂਠ ਚਲਾਉਂਦਾ ਹੈ। ਮਨੁੱਖ ਜਿਹੜੇ ਤਪੇ ਹਨ, ਸਾਰੇ ਮਨੁੱਖ ਅੰਦਰੋਂ ਦੁਖੀ ਹਨ, ਅਤੇ ਜਿਹੜਾ ਝੂਠ ਹੈ, ਝੂਠ ਰਥਵਾਹੀ ਹੈ, ਝੂਠ ਆਪਣੇ ਆਪ ਹੀ ਆ ਕੇ ਬਹਿ ਜਾਂਦਾ। ਜਦੋਂ ਮਨ ਦੇ ਅੰਦਰ ਮਨੁੱਖ ਦੇ ਚਿੰਤਾ ਖੜੀਆਂ ਹੋ ਜਾਂਦੀਆਂ ਹਨ, ਤਾਂ ਮਨੁੱਖ ਕਈ ਤਰ੍ਹਾਂ ਦੇ ਝੂਠ ਬੋਲ ਬੋਲ ਕੇ ਉਹਨਾਂ ਬਿਪਤਾ ਨੂੰ ਹੱਲ ਕਰਨ ਦਾ ਯਤਨ ਕਰਦਾ ਹੈ। ਕਲਯੁੱਗ ਰੱਥ ਅਗਨ ਕਾ, ਅੱਗ ਦਾ ਰੱਥ ਹੈ, ਝੂਠ ਚਲਾ ਰਿਹਾ ਹੈ। ਜਿਹੜਾ ਮਨੁੱਖ ਝੂਠ ਦੇ ਨਾਲ ਜੁੜਿਆ ਹੋਇਆ, ਉਹਨੂੰ ਸ਼ਾਂਤੀ ਕਦੀ ਨਹੀਂ ਆ ਸਕਦੀ, ਕਿਉਂਕਿ ਝੂਠ ਨੇ ਬੈਠਣਾ ਹੀ ਅੱਗ ਦੇ ਰੱਥ 'ਤੇ ਹੈ। ਕਲਯੁੱਗ ਦਾ ਰੱਥ ਹੈ ਇਸ ਅਗਨ ਨੂੰ, ਇਸ ਅਗਨ ਤੋਂ ਬਚਾਉਣ ਵਾਸਤੇ ਪਰਮੇਸ਼ੁਰ ਨਿਰੰਕਾਰ ਜੀ ਨੇ ਸੰਸਾਰ ਵਿੱਚ ਸਮੇਂ ਸਮੇਂ ਅਨੁਸਾਰ ਭਗਤਾਂ ਨੂੰ ਭੇਜਿਆ, ਅਵਤਾਰਾਂ ਨੂੰ ਭੇਜਿਆ, ਗੁਰਮੁਖਾਂ ਨੂੰ ਭੇਜਿਆ, ਜਿਨ੍ਹਾਂ ਨੇ ਆ ਕੇ ਜੀਵਾਂ ਨੂੰ ਭਲੇ ਮਾਰਗ ਲਾਉਣ ਵਾਸਤੇ, ਚਿੰਤਾਵਾਂ ਤੋਂ ਛੁਟਕਾਰਾ ਦੇਣ ਵਾਸਤੇ, ਸੰਸਾਰ ਵਿੱਚ ਅਸਲੀ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਢੰਗ ਤਰੀਕਾ ਦੱਸਿਆ। ਮਹਾਂਪੁਰਸ਼ਾਂ ਨੇ ਆਪ ਸ਼ਾਂਤੀ ਪ੍ਰਾਪਤ ਕੀਤੀ, ਆਪ ਬਖਸ਼ਿਸ਼ ਪ੍ਰਾਪਤ ਕੀਤੀ, ਆਪ ਚਿੰਤਾ ਤੋਂ ਮੁਕਤ ਹੋਏ, ਉਹਨਾਂ ਨੇ ਸੰਸਾਰ ਦੇ ਜੀਵਾਂ 'ਤੇ ਦਇਆ ਕੀਤੀ। ਕਹਿਣ ਲੱਗੇ, ਜਿਸ ਤਰ੍ਹਾਂ ਅਸੀਂ ਭਾਈ ਸੁੱਖ ਲੈਂਦੇ ਹਾਂ, ਇਹ ਵੀ ਮੇਰੇ ਨਾਲ ਦੇ ਸੰਸਾਰ ਦੇ ਲੋਕ ਵੀ ਸੁੱਖ ਲੈ ਲੈਣ। ਸਾਨੂੰ ਸੁੱਖ ਕਿੱਦਾਂ ਪ੍ਰਾਪਤ ਹੋਇਆ ਉਹਨੇ ਲੋਕਾਂ ਨੂੰ ਦੱਸ ਦਿੱਤਾ।
ਇਸ ਤਰ੍ਹਾਂ ਕੰਮ ਕਰਿਆ ਕਰੋ ਭਾਈ, ਤੁਸੀਂ ਵੀ ਸੁਖੀ ਹੋ ਜਾਓਗੇ। ਜਿਨ੍ਹਾਂ ਜਿਨ੍ਹਾਂ ਮਹਾਤਮਾ ਨੇ ਆਪਣੇ ਮਹਾਤਮਾ ਦਾ ਮਹਾਂਪੁਰਸ਼ਾਂ ਦੇ ਬਚਨ ਨੂੰ ਪੱਲੇ ਬੰਨਿਆ, ਉਹਨਾਂ ਨੂੰ ਵੀ ਇਹ ਸੁੱਖ ਪ੍ਰਾਪਤ ਹੋਇਆ। ਜੇ ਕੋ ਵਚਨ ਕਮਾਵੇ ਸੰਤਨ ਕਾ, ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਵਚਨ ਕਮਾਵੇ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਐ। ਵਚਨ ਕਮਾਉਣ ਦੀ ਗੱਲ ਹੈ, ਕਿੱਡਾ ਵੀ ਪਾਪੀ ਪੁਰਖ ਹੋਵੇ, ਕਿੱਡਾ ਵੀ ਅਪਰਾਧੀ ਹੋਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਹਰ ਸਿਉਂ ਆਣ ਮਿਲਾਵੇ। ਬਹੁਤ ਅਪਰਾਧੀ, ਬੜੇ ਬੜੇ ਪਾਪੀ, ਜਪਹੀਣ, ਤਪਹੀਣ, ਕਰਮਹੀਣ, ਕੁਲਹੀਣ, ਨਾਮੇ ਕੇ ਸਵਾਮੀ ਤੇ ਉਤਰੇ। ਜੋ ਪਰਮੇਸ਼ਰ ਨਿਰੰਕਾਰ ਜੀ ਨੇ ਸਾਰਿਆਂ ਨੂੰ ਉਤਾਰ ਦਿੱਤਾ। ਗਨਕਾ ਵੱਲ ਨਿਗਾਹ ਮਾਰੋ, ਮਹਾਂਪੁਰਖ ਅਚਾਨ ਚੱਕ ਗਨਕਾ ਬਾੜੇ ਆਏ ਖਲੋਤਾ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਪਾਪ ਕਰਮ ਕਰਨ ਵਾਲੀ ਸੀ, ਮਹਾਤਮਾ ਪੁਰਖਾਂ ਦਾ ਵਚਨ ਮੰਨਿਆ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ 'ਤੇ ਆਇਆ। ਤਾਰੀ ਲੇ ਗਨਕਾ ਬਿਨ ਰੂਪ ਕੁਬਜਾ, ਵਿਆਹ ਅਜਾ ਮਲ ਤਾਰੀ ਲੇ। ਦੇਖੋ ਸਾਰੇ, ਜਿਹੜਾ ਵਿਆਹ ਸੀ ਉਹ ਸ਼ਿਕਾਰ ਕਰਦਾ ਸੀ, ਜਾਨਵਰਾਂ ਨੂੰ ਮਾਰ ਮਾਰ ਖਾਂਦਾ ਸੀ। ਜਿਹੜੀ ਕੁਬਜਾ ਸੀ ਕੰਸ ਦੇ ਤਿਲਕ ਲਾਉਣ ਜਾਇਆ ਕਰਦੀ ਸੀ ਚੰਦਨ ਦਾ। ਗਨਕਾ ਪਾਪ ਸਾਰੀ ਜ਼ਿੰਦਗੀ ਕਰਦੀ ਰਹੀ, ਕੇਵਲ ਮਹਾਤਮਾ ਦੀ ਸੰਗਤ ਪ੍ਰਾਪਤ ਹੋਈ, ਮਹਾਤਮਾ ਦਾ ਵਚਨ ਮੰਨਿਆ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਸਤਾਰਾ, ਕਹਿਤ ਨਾਨਕ ਚੇਤ ਚਿੰਤਾ ਮਨ, ਤੈਂ ਪਿਓ ਤਰਸ ਪਾਰਾ। ਅਜਾਮਲ ਪਾਪੀ ਨੂੰ ਸਾਰੀ ਦੁਨੀਆ ਜਾਣਦੀ ਸੀ, ਭਾਵੇਂ ਬ੍ਰਾਹਮਣ ਸੀ। ਬ੍ਰਾਹਮਣ ਹੋਣ ਦੇ ਬਾਵਜੂਦ ਵੀ ਬੇਸਬਾ ਦਾ ਸੰਗ ਹੋਇਆ, ਬੇਸਬਾ ਦਾ ਸੰਗ ਹੋਇਆ ਸਾਰੇ ਧਰਮ ਦੇ ਜੋ ਕਾਰ ਵਿਹਾਰ ਸਨ, ਜੋ ਧਰਮ ਦੇ ਉੱਤੇ ਚੱਲਣ ਵਾਲੇ ਕਰਮ ਸਨ, ਉਹਨਾਂ ਸਾਰਿਆਂ ਨੂੰ ਤਿਆਗ ਦਿੱਤਾ। ਮਹਾਤਮਾ ਪੁਰਖ ਦਿਆਲ ਹੋਏ, ਤੁਰੇ ਜਾਂਦੇ ਮਹਾਂਪੁਰਸ਼ਾਂ ਨੇ ਸਮਾਂ ਮਿਲਿਆ ਇੱਕ ਰਾਤ ਰਹਿਣ ਦਾ। ਉਹਨਾਂ ਨੇ ਉਸਦੀ ਬਿਰਤੀ ਦੇਖ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਭਾਈ ਗੁਰਮੁਖਾ, ਉਹ ਕਹਿਣ ਲੱਗਾ, ਮਹਾਰਾਜ ਸਾਰਾ ਜੀਵਨ ਬੀਤ ਗਿਆ, ਮੇਰੇ ਤੋਂ ਨਾਮ ਨਹੀਂ ਜਪਿਆ ਜਾਣਾ, ਮੈਨੂੰ ਕੋਈ ਐਸਾ ਤਰੀਕਾ ਦੱਸ ਦਿਓ। ਮਹਾਤਮਾ ਨੇ ਕਿਹਾ, ਤੈਨੂੰ ਨਾਮ ਨਹੀਂ ਜਪਾਉਂਦੇ, ਤੈਨੂੰ ਤਰੀਕਾ ਦੱਸ ਦਿੰਦੇ ਹਾਂ। ਇਸ ਤਰੀਕੇ ਤੋਂ ਭਵ ਸਾਗਰ ਤੋਂ ਪਾਰ ਹੋ ਜਾਏਗਾ। ਮਹਾਤਮਾ ਦਾ ਬਚਨ ਪੱਲੇ ਬੰਨ ਲਿਆ। ਮਹਾਤਮਾ ਨੇ ਕਿਹਾ, 7 ਲੜਕੇ ਤੇਰੇ ਹਨ, 8ਵਾਂ ਲੜਕਾ ਪੈਦਾ ਹੋਵੇਗਾ, ਉਹਦਾ ਨਾਮ ਨਾਰਾਇਣ ਰੱਖ ਦੇਈਂ। ਨਾਰਾਇਣ ਨਾਰਾਇਣ ਉਹਦੇ ਨਾਲ ਪ੍ਰੇਮ ਜ਼ਿਆਦੇ ਕਰੀ। ਜਦੋਂ ਜਮਦੂਤ ਆਏ, ਆਪਣੇ ਪੁੱਤਰ ਨੂੰ ਬਾਜਾਂ ਮਾਰਦਾ, ਹੇ ਨਾਰਾਇਣ ਮੇਰੀ ਰੱਖਿਆ ਕਰ, ਹੇ ਨਾਰਾਇਣ ਮੈਨੂੰ ਬਚਾ ਲੈ। ਉਸ ਵੇਲੇ ਧਰਮ ਰਾਜ ਦੇ ਦੂਤਾਂ ਨੂੰ ਪਰੇ ਹਟਾਇਆ, ਪਰਮੇਸ਼ਰ ਨਿਰੰਕਾਰ ਦੇ ਦੂਤ ਉਸ ਨੂੰ ਬਵਾਨ ਵਿੱਚ ਬਾਲ ਕੇ ਲੈ ਗਏ। ਇਹ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਸਤਾਰਾ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕਾਂਕਰ ਮਾਰ ਬਦਾਰੇ। ਬਾਜ ਤਾਂ ਪੁੱਤਰ ਨੂੰ ਮਾਰੀ, ਪਰਮੇਸ਼ੁਰ ਦਾ ਨਾਮ ਤਾਂ ਪਰਮੇਸ਼ੁਰ ਦਾ ਹੀ ਸੀ। ਉਹ ਪਰਮੇਸ਼ੁਰ ਦਾ ਨਾਮ ਕਰੋੜਾਂ ਪਾਪਾਂ ਨੂੰ ਖਤਮ ਕਰਦਾ ਹੈ। ਜਦੋਂ ਦੂਤਾਂ ਦੀ ਅਤੇ ਜਮ ਦੂਤਾਂ ਦੀ ਆਪਸੀ ਵਾਰਤਾਲਾਪ ਹੋਈ ਤਾਂ ਉਹਨਾਂ ਦੂਤਾਂ ਨੇ ਕਿਹਾ, ਇਹ ਤਾਂ ਜੀ ਪਾਪੀ ਹੈ, ਸਾਰੀ ਜ਼ਿੰਦਗੀ ਬੇਸਵਾ ਦਾ ਗਮਨ ਰਿਹਾ, ਇਸ ਕੋ ਪੰਛੀਆਂ ਨੂੰ ਮਾਰ ਮਾਰ ਖਾਂਦਾ ਰਿਹਾ, ਮਾਸ ਖਾਂਦਾ ਰਿਹਾ, ਕਦੀ ਰੱਬ ਦਾ ਨਾਮ ਇਹਨੇ ਲਿਆ ਨਹੀਂ ਹੈ। ਉਹਨਾਂ ਦੂਤਾਂ ਨੇ ਇੱਕ ਜਵਾਬ ਦਿੱਤਾ, ਕਹਿਣ ਲੱਗੇ, ਅੰਤ ਸਮੇਂ ਜਿਹਦੇ ਮੂੰਹ 'ਚੋਂ ਨਾਰਾਇਣ ਦਾ ਨਾਮ ਨਿਕਲ ਜਾਵੇ, ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਲੋਚਨ ਅਤੇ ਨਰਮੁਖਤਾ, ਪੀਤੰਬਰ ਵਾਂ ਕੇ ਹਿਰਦੇ ਵਸੇ। ਉਹ ਕਹਿਣ ਲੱਗੇ, ਇੱਕ ਵਾਰੀ ਨਾਲ ਕਿਸ ਤਰ੍ਹਾਂ ਤਰ ਸਕਦਾ ਹੈ? ਕਹਿਣ ਲੱਗੇ, ਭਾਈ ਤੀਲਾਂ ਦੀ ਡੱਬੀ, ਇੱਕੋ ਹੀ ਤੀਲ ਦੇ ਨਾਲ ਸੈਕੜੇ ਮਨ ਬਾਲਣ ਸੜ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦਾ ਨਾਮ ਹੈ, ਸੈਕੜੇ ਪਾਪਾਂ ਨੂੰ ਖਤਮ ਕਰ ਦਿੰਦਾ, ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦਾ। ਉਹ ਕਹਿਣ ਲੱਗੇ, ਜੀ ਇਹਨੇ ਅੰਤ ਸਮੇਂ 'ਤੇ ਲਿਆ ਹੈ। ਉਹ ਕਹਿੰਦੇ, ਅੰਤ ਸਮੇਂ ਪਰਮੇਸ਼ੁਰ ਦਾ ਨਾਮ ਲਿਆ, ਪਿਛਲੇ ਪਾਪ ਕਰਮ ਖਤਮ ਹੋ ਗਏ, ਹੁਣ ਮੂਹਰੇ ਇਹਨੇ ਕੋਈ ਕੀਤਾ ਨਹੀਂ ਆ। ਅੱਗੇ ਸੰਸਾਰੀ ਲੋਕ ਪਿਛਲੇ ਖਤਮ ਹੋ ਜਾਂਦੇ, ਗਾਹਾਂ ਹੋਰ ਕਰ ਲੈਂਦੇ ਆ, ਇਹਨੇ ਕੀਤਾ ਨਹੀਂ ਹੈ ਕੋਈ, ਹੁਣ ਗਾਹਾਂ ਇਹਦਾ ਪਾਪ ਖਤਮ ਹੈ, ਇਹ ਸੱਚਖੰਡ ਨੂੰ ਜਾਵੇਗਾ। ਐਸੇ ਦੁਨੀਆ ਦੇ ਵਿੱਚ ਪਾਪੀ ਜੀਵਾਂ ਨੂੰ, ਸੰਸਾਰ ਦੇ ਵਿੱਚ ਰੱਬ ਦੇ ਮਾਰਗ ਤੋਂ ਭੁੱਲੇ ਹੋਏ ਪੁਰਖਾਂ ਨੂੰ ਸਹੀ ਮਾਰਗ 'ਤੇ ਲਾਉਣ ਵਾਸਤੇ ਨਿਰੰਕਾਰ ਜੀ ਨੇ ਸਮੇਂ ਸਮੇਂ ਅਨੁਸਾਰ 6 ਪ੍ਰਕਾਰ ਦੇ ਅਵਤਾਰ ਆਏ ਆ। ਪੂਰਨ ਤਮ ਅਵਤਾਰ, ਤਮ ਅਵਤਾਰ, ਅੰਸਾ ਅਵਤਾਰ, ਅਵੇਸਾ ਅਵਤਾਰ, ਨਿਮਿਤ ਅਵਤਾਰ ਅਤੇ ਨਿਤ ਅਵਤਾਰ। ਇਹ ਮਹਾਂਪੁਰਸ਼ ਨਿਤ ਅਵਤਾਰ ਆਉਂਦੇ ਆ, ਸਦਾ ਆਉਂਦੇ ਹੀ ਰਹਿੰਦੇ ਆ। ਜਿਹੜੇ ਨਿਮਿਤ ਆਉਂਦੇ ਆ, ਉਹ ਕਿਸੇ ਕਿਸੇ ਖਾਸ ਕਾਰਜ ਵਾਸਤੇ ਆਉਂਦੇ ਆ। ਜਿਸ ਤਰ੍ਹਾਂ ਨਰਸਿੰਘ ਅਵਤਾਰ ਆਇਆ ਹੈ, ਇੱਕੋ ਹੀ ਕੰਮ ਕਰਨ ਵਾਸਤੇ ਆਏ ਸੀ, ਕਰਕੇ ਚਲੇ ਗਏ, ਉਹਨਾਂ ਦੀ ਪੂਜਾ ਨਹੀਂ ਹੋਈ ਬਾਅਦ ਵਿੱਚ।
ਕਿਉਂਕਿ ਇੱਕੋ ਕਰਮ ਵਾਸਤੇ ਆਏ ਸੀ, ਕਰਕੇ ਚਲੇ ਗਏ। ਅੰਸਾ ਹੋਰ ਬੜੇ ਮੱਛ ਅਵਤਾਰ, ਕੱਛ ਅਵਤਾਰ, ਬਰਾਹ ਅਵਤਾਰ, ਨਰਸਿੰਘ ਅਵਤਾਰ, ਇਹ ਕੋਈ ਇੱਕ ਕੰਮ ਕਰਨ ਆਏ ਸੀ, ਕਰਕੇ ਚਲੇ ਗਏ। ਮਹਾਂਪੁਰਖਾਂ ਨੂੰ ਨਿੱਤ ਅਵਤਾਰ ਦੱਸਿਆ ਹੈ, ਇਹ ਸਦਾ ਹੀ ਆਉਂਦੇ ਰਹਿੰਦੇ ਆ ਦੁਨੀਆਂ ਦੇ ਅੰਦਰ। ਪਰਮੇਸ਼ਰ ਨਿਰੰਕਾਰ ਜੀ ਆਪ ਇਹਨਾਂ ਦੀਆਂ ਡਿਊਟੀਆਂ ਲਾ ਕੇ ਭੇਜਦੇ ਆ, ਇਹ ਆਪਣੀਆਂ ਆਪਣੀਆਂ ਡਿਊਟੀਆਂ ਕਰਕੇ ਫਿਰ ਜਿੱਥੋਂ ਆਉਂਦੇ ਆ ਮੁੜ ਕੇ ਉਸੇ ਜਗ੍ਹਾ ਨੂੰ ਚਲੇ ਜਾਂਦੇ ਆ। ਸਿਰਫ ਜੀਵਾਂ ਨੂੰ, ਸੰਸਾਰ ਦੇ ਲੋਕਾਂ ਨੂੰ ਭਲੇ ਮਾਰਗ ਬੁਲਾਉਣ ਵਾਸਤੇ ਆਉਂਦੇ ਆ। ਜਦੋਂ ਕਿਸੇ ਦੀ ਮਰਿਆਦਾ ਵਿਗੜ ਜਾਂਦੀ ਹੈ, ਤੁਸੀਂ ਕੜਾਹ ਪ੍ਰਸ਼ਾਦ ਬਣਾਉਂਦੇ ਹੋ, ਮਰਿਆਦਾ ਤੋਲਟ ਬਣ ਜਾਵੇ, ਮਹਿਕਦਾ ਨਹੀਂ ਹੈ। ਦਾਲ ਸਬਜ਼ੀ ਦੀ ਮਰਿਆਦਾ ਤੁਸੀਂ ਸਹੀ ਤਰੀਕੇ ਨਾਲ ਨਾ ਬਣਾਓ ਤਾਂ ਦਾਲ ਸਬਜ਼ੀ ਸਵਾਦ ਨਹੀਂ ਬਣਦੀ। ਪ੍ਰਸ਼ਾਦਾ ਬਣਾਉਣਾ ਹੋਵੇ, ਉਹਦੀ ਮਰਿਆਦਾ ਗਲਤ ਹੋ ਜਾਵੇ, ਪਾਣੀ ਘੱਟ ਹੋਵੇ ਜਾਂ ਜ਼ਿਆਦਾ ਹੋਵੇ, ਤਾਂ ਉਹਦੇ ਵੀ ਉਹ ਆਨੰਦ ਨਹੀਂ ਆਉਂਦਾ ਜਿਹੜਾ ਆਉਂਦਾ ਮਰਿਆਦਾ ਦੇ ਅਨੁਸਾਰ ਆਉਂਦਾ ਹੈ। ਜਿਹੜੇ ਜੀਵ ਸੰਸਾਰ ਅੰਦਰ ਨਿਰੰਕਾਰ ਜੀ ਨੇ ਭੇਜੇ ਹੈ, ਉਹ ਜੀਵ ਜਦੋਂ ਆਪਣੇ ਕਰਮਾਂ ਨੂੰ ਛੱਡ ਜਾਂਦੇ ਹੈ, ਨਾ ਕਰਨ ਵਾਲੇ ਕਰਮ ਕਰ ਨਾ ਕਰਮ ਜਿਹੜੇ ਨਾ ਕਰਨੇ ਵਾਲੇ ਨੇ ਉਹਨਾਂ ਨੂੰ ਕਰਨ ਜੀਵ ਲੱਗ ਜਾਂਦੇ ਹੈ। ਸੰਸਾਰ ਦੀ ਮਰਿਆਦਾ ਤਾਂ ਭੰਗ ਹੁੰਦੀ ਹੈ, ਉਹ ਜੀਵਾਂ ਦੀ ਆਪਣੀ ਵੀ ਮਤ ਮਰਿਆਦਾ ਭੰਗ ਹੋ ਜਾਂਦੀ ਹੈ। ਇਹਨਾਂ ਨੂੰ ਦੱਸਣ ਵਾਸਤੇ ਹੀ ਮਹਾਂਪੁਰਸ਼ ਸੰਸਾਰ ਵਿੱਚ ਆਉਂਦੇ ਰਹਿੰਦੇ ਆ, ਜਿਹਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਵੀ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ, ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ ਹੁਕਮਨਾਮਾ, ਹੁਕਮਨਾਮਾ ਤਾਂ ਲੰਬਾ ਹੈ, ਇੰਨੀ ਵਿਚਾਰ ਜੇ ਕਰਨੀ ਹੋਵੇ ਤਾਂ ਬਹੁਤ ਸਮਾਂ ਲੱਗ ਜੂਗਾ। ਥੋੜ੍ਹੀ ਜਿੰਨਾ ਵੀ ਵਿਚਾਰ ਹੋ ਸਕੀ ਉਸ ਵਿਚਾਰ ਦੇ ਨਾਲ ਜੋੜਨਾ ਕਰੀਏ। ਮਹਾਂਪੁਰਸ਼ਾਂ ਦੀ ਯਾਦ ਹੈ, ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ, ਜਿਨ੍ਹਾਂ ਦਾ ਇਹਨਾਂ ਮਹਾਂਪੁਰਸ਼ਾਂ ਦੇ ਨਾਲ ਪੁਰਾਤਨ ਪਿਛਲਿਆਂ ਸਮਿਆਂ ਦਾ ਸੰਬੰਧ ਵੀ ਸੀ, ਪਿਛਲਿਆਂ ਜਨਮਾਂ ਦਾ ਸੰਬੰਧ ਵੀ ਸੀ, ਔਰ ਇਸ ਜਨਮ ਦੇ ਵਿੱਚ ਵੀ ਉਹਨਾਂ ਦੇ ਨਾਲ ਸੰਬੰਧ ਰਿਹਾ। ਔਰ ਇਹ ਡਿਊਟੀ ਬੀਬੀ ਜੀ ਨੇ ਹੁੰਦਿਆਂ ਹੀ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲਿਆਂ ਨੂੰ ਕਿਹਾ ਸੀ, ਇੱਕ ਤੈਨੂੰ ਹੋਰ ਵੀ ਦਿਨ ਮਨਾਉਣਾ ਪਵੇਗਾ। ਇਹ ਉਹਨਾਂ ਨੇ ਵਚਨ ਕੀਤਾ ਸੀ ਬੀਬੀ ਜੀ ਦੇ ਨਾਲ। ਦਾਸਾਂ ਨੂੰ ਵੀ ਉਹਨਾਂ ਨੇ ਹੁਕਮ ਕੀਤਾ ਸੀ ਇਸ ਬਰਸੀ 'ਤੇ ਆਉਣ ਦਾ। ਸੋ ਪਰਮੇਸ਼ਰ ਨਿਰੰਕਾਰ ਮਹਾਂਪੁਰਸ਼ ਕਿਰਪਾ ਕਰਕੇ ਇਹ ਸਿਰੇ 'ਤੇ ਸਵਾਸਾਂ ਤੱਕ ਸਿਰੇ ਤੱਕ ਲੱਗ ਜਾਵੇ, ਇਹ ਮਹਾਂਪੁਰਸ਼ਾਂ ਦੀ ਬਖਸ਼ਿਸ਼ ਤੋਂ ਬਿਨਾਂ ਲੱਗਦਾ ਨਹੀਂ ਹੈ। ਉਹਨਾਂ ਦੀ ਕਿਰਪਾ ਹੋਵੇ ਜਿਨ੍ਹਾਂ ਜੀਵਾਂ 'ਤੇ, ਉਹਨੂੰ ਪਾਪ ਸਾਗਰ ਤੋਂ ਪਾਰ ਕਰ ਦਿੰਦੇ ਆ, ਜਾਂ ਜੀਵਨ ਦੇ ਸਵਾਸਾਂ ਨੂੰ ਡਿਊਟੀ ਨਿਭਾ ਦੇਣੀ, ਇਹ ਮਹਾਂਪੁਰਸ਼ਾਂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ ਹੁਕਮਨਾਮਾ ਸੋਰਠ ਮਹੱਲਾ ਤੀਜਾ ਅਤੇ ਤੁੱਕੀ, ਤਿੰਨ ਪੰਗਤੀਆਂ ਦੀ ਇਹ ਸਾਧ ਸੰਗਤ, ਤਿੰਨ ਪੰਗਤੀਆਂ ਦੇ ਨਾਲ ਅਤੇ ਤਿੰਨ ਤੁੱਕੀ, ਤਿੰਨ ਤੁੱਕਾਂ ਨੇ ਇਕੱਠੀਆਂ ਕੁ ਚੱਲਦੀਆਂ ਨੇ। ਅਤੇ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਐ ਨਿਰੰਕਾਰ ਤੂੰ ਸਦਾ ਭਗਤਾਂ ਦੀ ਰੱਖਦਾ ਹੀ ਆਇਆ। ਪਿਛਲੀਆਂ ਯੁੱਗਾਂ ਤੋਂ ਲੈ ਕੇ ਦੇਖੋ ਜਿੰਨੇ ਵੀ ਭਗਤ ਹੋਏ ਆ, ਉਹਨਾਂ ਦੇ ਤੂੰ ਆ ਕੇ ਸੰਸਾਰ ਵਿੱਚ ਪੈਜ ਰੱਖੀ ਹੈ। ਕਬੀਰ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ ਹੈ, ਜੈ ਦਿਓ ਨਾਮਾ ਬਿਪਸਧਾਮਾ, ਤਿਨਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਮਹਾਰਾਜ ਜੈ ਦੇਵ ਨਾਮਦੇਵ ਜੀ, ਸੁਧਾਮੇ ਵਰਗੇ ਗਰੀਬ ਜਿਨ੍ਹਾਂ ਦਾ ਦਲਿੱਦਰ ਕੱਟ ਦਿੱਤਾ ਤੂੰ, ਜਿਹੜੇ ਸੰਤੋਖੀ ਪੁਰਸ਼ ਸਨ ਜਿਨ੍ਹਾਂ ਦਾ ਦਲਿੱਦਰ ਚਾਰ ਪਦਾਰਥ ਸੁਦਾਮੇ ਦੇ ਅੱਗੇ ਪਿੱਛੇ ਫਿਰਨ ਲੱਗ ਗਏ, ਤੂੰ ਮਹਾਰਾਜ ਉਹਦਾ ਦਲਿੱਦਰ ਵੀ ਕੱਟ ਦਿੱਤਾ। ਜਦੋਂ ਜਦੋਂ ਵੀ ਭਗਤ ਪੈਦਾ ਕੀਤੇ ਹੈ ਉਹਨਾਂ ਦੀ ਪੈਜ ਰੱਖੀ ਹੈ। ਨਾਮਦੇਵ ਜੀ ਦੀ ਪਵਿੱਤਰ ਬਾਣੀ ਪੜ੍ਹੋ, ਨਾਮਦੇਵ ਜੀ ਨੂੰ ਬਚਾਉਣ ਵਾਸਤੇ, ਕਹੇ ਸੁਲਤਾਨ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਉਹ ਕਹਿੰਦਾ ਰਾਮਦੇਵ ਜਿਹਨੂੰ ਤੂੰ ਚੇਤੇ ਕਰਦਾ ਉਹਦੇ ਕੰਮ ਦੇਖੀਏ, ਇਹ ਮਰੀ ਹੋਈ ਗਊ ਜੀਂਦੀ ਕਰ ਦੇ। ਨਾਮਦੇਵ ਜੀ ਨੇ ਜੇ ਉਹਨਾਂ ਨੂੰ ਟਾਈਮ ਦੇ ਦਿੱਤਾ, ਸੱਤ ਘੜੀਆਂ ਦੇ ਵਿੱਚ ਜੇ ਤੂੰ ਜੀਂਦੀ ਨਾ ਕੀਤੀ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਨਾਮਦੇਵ ਜੀ ਨੂੰ ਬੰਨ ਲਿਆ। ਨਾਮਦੇਵ ਜੀ ਕਹਿਣ ਲੱਗੇ, ਜੀਉਣਾ ਜੀਂਦੇ ਕਰਨਾ ਜਾਂ ਮਾਰਨਾ ਪਰਮੇਸ਼ਰ ਦੇ ਹੱਥ ਹੈ, ਸਾਡੇ ਹੱਥ ਵਿੱਚ ਉਹ ਕੋਈ ਚੀਜ਼ ਨਹੀਂ ਹੈ। ਪਰ ਉਹਨੇ ਰਾਜੇ ਨੇ ਮੰਨਿਆ ਨਹੀਂ, ਸ਼ਹਿਰ ਦੇ ਲੋਕ ਇਕੱਠੇ ਹੋ ਕੇ ਰਾਜੇ ਕੋਲ ਗਏ, ਰਾਜਾ ਨਾਮਦੇਵ ਦੇ ਬਰਾਬਰ ਸੋਨਾ ਤੋਲ ਕੇ ਦੇ ਦਿੰਦੇ ਹਾਂ, ਤੂੰ ਇਹਨੂੰ ਛੱਡ ਦੇ। ਪਰ ਰਾਜਾ ਨਹੀਂ ਮੰਨਿਆ। ਪਰ ਜਦੋਂ ਉਹਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਸੱਤ ਘੜੀਆਂ ਬੀਤ ਗਈਆਂ,
ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ, ਨਿਰੰਕਾਰ ਜੀ ਆਪ ਆਏ ਨਾਮਦੇਵ ਜੀ ਦੀ ਰੱਖਿਆ ਕਰਨ ਵਾਸਤੇ। ਸਾਧ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਿਰ ਪਵਣ ਤਣੀ। ਦੁਨੀਆ ਸਾਰੀ ਖੜੀ ਦੇਖਦੀ ਹੈ, ਨਾਮਦੇਵ ਨੂੰ 7 ਘੜੀਆਂ ਬੀਤ ਗਈਆਂ, ਹੁਣ ਇਹਨੂੰ ਮੌਤ ਦੇ ਘਾਟ ਰਾਜੇ ਨੇ ਉਤਾਰ ਦੇਣਾ। ਪਾਖੰਤਣ ਬਾਜ ਬਜਾਇਲਾ, ਗਰੜ ਚੜ੍ਹੇ ਗੋਬਿੰਦ ਆਇਲਾ। ਗਰੜ ਦੀ ਸਵਾਰੀ ਕਰਕੇ ਭਗਵਾਨ ਨਿਰੰਕਾਰ ਨਾਮਦੇਵ ਜੀ ਦੀ ਰੱਖਿਆ ਕਰਨ ਵਾਸਤੇ ਆਏ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁੱਖ ਲਾਇਆ। ਕਹੇ ਧਰਤ ਕੋਡੀ ਕਰੂੰ, ਧਰਤੀ ਪੁੱਠੀ ਕਰ ਦਈਏ, ਆਕਾਸ਼ ਉੱਪਰ ਸਿੱਟ ਦਈਏ, ਸਾਰੀ ਦੁਨੀਆ ਮਾਰ ਦਈਏ। ਕਹੇ ਤਾਂ ਮੋਈ ਗਹੂ ਦੇ ਜਵਾਏ। ਨਾਮਦੇਵ ਜੀ ਕਹਿਣ ਲੱਗੇ, ਮਹਾਰਾਜ ਦੁਨੀਆ ਦਾ ਕੀ ਕਸੂਰ ਹੈ ਜੀ, ਇਹ ਗਊ ਜੀਂਦੀ ਕਰ ਦਿਓ, ਇਹ ਮਹਾਰਾਜ ਗਊ ਜੀਂਦੀ ਕਰ ਦਿਓ ਜੀ, ਇਹਦਾ ਹੀ ਤਾਂ ਸਾਰਾ ਰੌਲਾ। ਉਸ ਵੇਲੇ ਭਗਵਾਨ ਨੇ ਗਊ ਜੀਂਦੀ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਜ਼ਿਕਰ ਹੈ, ਉਸ ਗਾਂ ਦਾ ਦੁੱਧ ਚੋ ਕੇ ਰਾਜੇ ਦੇ ਸਾਹਮਣੇ ਕਟੋਰੀ ਭਰ ਕੇ ਰੱਖਿਆ, ਰਾਜੇ ਨੇ ਪੀਤਾ। ਭਗਤਾਂ ਦੀ ਪੈਜ ਹਰੇਕ ਯੁੱਗ ਵਿੱਚ ਭਗਵਾਨ ਕਰਦੇ ਆਏ ਹੈ, ਹਰੇਕ ਯੁੱਗ ਵਿੱਚ ਉਹਨਾਂ ਦੀ ਰੱਖਿਆ ਕੀਤੀ ਹੈ। ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਸੰਸਾਰ ਵਿੱਚ ਸਤਿਕਾਰ ਨਹੀਂ ਦਿੰਦਾ ਸੀ, ਉਹਨਾਂ ਦਾ ਸਤਿਕਾਰ ਦੁਨੀਆ ਅੱਜ ਤੱਕ ਕਰਦੀ ਹੈ। ਧਰੂ ਨੂੰ ਧੱਕੇ ਪੈਂਦੇ ਸਨ, ਧਰੂ ਦਾ ਸਤਿਕਾਰ ਅੱਜ ਤੱਕ ਦੁਨੀਆ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਪ੍ਰਹਲਾਦ ਨੂੰ ਉਹਦੇ ਪਿਤਾ ਨੇ ਬੜੇ ਦੁੱਖ ਦਿੱਤੇ, ਤਲਵਾਰ ਨਾਲ ਵੱਢਣ ਵੀ ਲੱਗਿਆ, ਅੱਗ ਵਿੱਚ ਵੀ ਬਹਾਲਿਆ, ਪਾਣੀ ਵਿੱਚ ਵੀ ਡੋਬਿਆ, ਪਰ ਪ੍ਰਹਲਾਦ ਮੰਨਿਆ ਨਹੀਂ। ਉਹਦੀ ਰੱਖਿਆ ਭਗਵਾਨ ਨੇ ਕੀਤੀ, ਅੱਜ ਤੱਕ ਉਹਨਾਂ ਨੂੰ ਦੁਨੀਆ ਜਾਣਦੀ ਹੈ। ਉਹਨਾਂ ਦੇ ਮਗਰ ਲੱਗਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਹਦਾਇਤ ਕੀਤੀ ਹੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਉਹਨਾਂ ਵਾਂਗਰ ਨਾਮ ਜਪਣਾ ਕਰੋ ਭਾਈ। ਹੋਰ ਵੀ ਜਿੰਨੇ ਦੁਨੀਆ ਦੇ ਅੰਦਰ ਭਗਤ ਆਏ ਆ, ਕਿਉਂਕਿ ਸੰਸਾਰੀਆਂ ਅਤੇ ਭਗਤਾਂ ਦਾ ਜੋੜ ਕਦੀ ਨਹੀਂ ਆਇਆ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਇਹਨਾਂ ਦੀ ਚਾਲ ਵੱਖਰੀ ਹੁੰਦੀ ਹੈ, ਸੰਸਾਰ ਦੀ ਚਾਲ ਵੱਖਰੀ ਹੁੰਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਦੱਸਿਆ, ਆਤਮਾ ਵੱਖਰੇ ਰਹਿੰਦੇ ਆ, ਸੰਸਾਰ ਵੱਖਰਾ ਰਹਿੰਦਾ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲੈ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਇਹ ਗੱਲਾਂ ਸੰਸਾਰੀ ਲੋਕਾਂ ਵਿੱਚ ਹੁੰਦੀਆਂ, ਮਹਾਤਮਾ ਵਿੱਚ ਨਹੀਂ ਹੁੰਦਾ। ਲੱਭ ਹੁੰਦਾ ਆਪਣੇ ਸਰੀਰ ਦਾ ਸੁੱਖ ਦੇਖਣਾ, ਜੇ ਸਰੀਰ ਦਾ ਸੁੱਖ ਨਹੀਂ ਹੈ, ਧਰਮ ਦੇ ਕੰਮ ਸਾਰੇ ਛੱਡ ਦੇਣੇ। ਧਰਮ ਦਾ ਅੱਜ ਦੁਨੀਆ ਬਾਹਰ ਜਾਂਦੀ ਹੈ ਵਿਦੇਸ਼ਾਂ ਵਿੱਚ ਝੂਠ ਬੋਲ ਬੋਲ ਕੇ, ਧਰਮ ਦੇ ਕਾਰਜ ਸਾਰਿਆਂ ਨੂੰ ਛਿੱਕੇ ਟੰਗ ਦਿੰਦੇ ਹੈ। ਉਹਨਾਂ ਨੇ ਲੱਭ ਹੁੰਦਾ ਇਹ, ਜਿਹਦੇ ਅੰਦਰ ਲੱਭ ਹੈ, ਮਤਲਬ ਪ੍ਰਸਤੀ ਹੈ, ਮਤਲਬ ਵਾਸਤੇ ਆ ਤੀਰਥਾਂ 'ਤੇ ਜਾਣਾ, ਮਤਲਬ ਵਾਸਤੇ ਗੁਰਦੁਆਰੇ ਜਾ ਕੇ ਸੇਵਾ ਕਰਨੀ, ਕੇਵਲ ਅਤੇ ਕੇਵਲ ਆਪਣੇ ਸੁੱਖ ਵਾਸਤੇ ਹੈ। ਬਹੁਤ ਲੋਕ ਰੱਬ ਦੀ ਵਡਿਆਈ ਕਰਦੇ ਦੇਖੇ ਹੋਣਗੇ ਤੁਸੀਂ, ਬਹੁਤ ਲੋਕ ਗੁਰੂ ਘਰਾਂ ਵਿੱਚ ਸੇਵਾ ਕਰਦੇ ਦੇਖੇ ਹੋਣਗੇ। ਅੰਦਰ ਮਨ ਦੀ ਭਾਵਨਾ ਨੂੰ ਜੇ ਕੋਕ ਕੇ ਦੇਖੀਏ ਤਾਂ ਬਹੁਤ ਘੱਟ ਪੁਰਖ ਮਿਲਣਗੇ ਜਿਹੜੇ ਰੱਬ ਦੀ ਵਡਿਆਈ ਸਿਫਤ ਸਲਾਹ ਪਿਆਰ ਵਿੱਚ ਕਰਦੇ ਆ। ਉਹਨਾਂ ਦੇ ਮੂੰਹ 'ਚੋਂ ਨਿਕਲੇ ਹੋਏ ਬੋਲ ਦੁਨੀਆ 'ਤੇ ਅਸਰ ਵੀ ਕਰਦੇ ਆ। ਜਿਨ੍ਹਾਂ ਦੇ ਅੰਦਰ ਕੁਛ ਗੱਲ ਹੋਰ ਹੁੰਦੀ ਹੈ, ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚਿਆ, ਸਤਨਾਮ ਵਾਹਿਗੁਰੂ ਤਾਂ ਸ਼ਹਿਰਾਂ ਵਿੱਚ ਮੰਗਤੇ ਵੀ ਕਰਦੇ ਫਿਰਦੇ ਆ, ਸਤਨਾਮ ਵਾਹਿਗੁਰੂ ਰਾਮ ਰਾਮ ਕਰਦੇ ਫਿਰਦੇ ਆ। ਮੰਗਤਿਆਂ ਨੂੰ ਮੰਗਦੇ ਦੇਖ ਲਓ ਬਾਜ਼ਾਰ ਵਿੱਚ, ਰੱਬ ਦਾ ਨਾਮ ਤਾਂ ਉਹ ਵੀ ਲੈਂਦੇ ਆ। ਉਹਨਾਂ ਨੂੰ ਕਿਉਂ ਨਹੀਂ ਪ੍ਰਾਪਤੀ ਹੁੰਦੀ, ਉਹਨਾਂ ਦੇ ਮਗਰ ਪਦਾਰਥ ਕਿਉਂ ਨਹੀਂ ਤੁਰਦੇ, ਉਹਨਾਂ ਦੇ ਮਗਰ ਇਹ ਵਸਤੂਆਂ ਕਿਉਂ ਨਹੀਂ ਤੁਰਦੀਆਂ, ਉਹਨਾਂ ਨੇ ਇਹ ਨਾਮ ਨੂੰ ਕਮਾਇਆ ਨਹੀਂ ਹੈ, ਕੇਵਲ ਪਿਆਰ ਵਿੱਚ ਨਹੀਂ ਗਾਇਆ, ਕੇਵਲ ਅਤੇ ਕੇਵਲ ਪਦਾਰਥਾਂ ਦੀ ਪੂਰਤੀ ਵਾਸਤੇ ਹੀ ਗਲੀ ਗਲੀ ਦੁਕਾਨ 'ਤੇ ਰਾਮ ਰਾਮ ਦਾ ਨਾਂ ਸਤਨਾਮ ਵਾਹਿਗੁਰੂ ਕਹਿੰਦੇ ਆ। ਕੇਵਲ ਅਤੇ ਕੇਵਲ ਲੋਭ ਦੀ ਲੱਭ ਕਰਕੇ ਹੀ ਇਹਨੂੰ ਕਹਿੰਦੇ ਲੱਭ, ਸਰੀਰ ਦੀ ਸੁੱਖ ਵਾਸਤੇ ਹੀ ਰਾਮ ਨੂੰ ਚੇਤੇ ਕਰਨਾ, ਪਰਮੇਸ਼ੁਰ ਨੂੰ ਯਾਦ ਕਰਨਾ, ਇਹ ਕਿਤੇ ਸਾਧ ਸੰਗਤ ਕੰਮ ਨਹੀਂ ਆਉਂਦਾ, ਇਹ ਇੱਕ ਔਗੁਣ ਹੈ, ਭਗਤਾਂ ਵਿੱਚ ਇਹ ਨਹੀਂ ਹੈ। ਚਾਹੇ ਸੁੱਖ ਮਿਲਿਆ ਜਾਂ ਨਹੀਂ ਮਿਲਿਆ, ਸੁਦਾਮੇ ਦਾ ਜ਼ਿਕਰ ਦੇਖੋ, ਦੁਆਪਰ ਯੁੱਗ ਦੇ ਵਿੰਦਰ, ਜਿਹਦੇ ਕੋਲ ਖਾਣ ਨੂੰ ਸਵੇਰ ਨੂੰ ਰੋਟੀ ਸੀ, ਸ਼ਾਮ ਨੂੰ ਨਹੀਂ ਸੀ, ਅਤੇ ਸਾਰਾ ਕੁਛ ਇੰਨਾ ਦਲਿੱਦਰ ਪਿਆ ਸੀ, ਸ਼੍ਰੀ ਭਗਵਾਨ ਕ੍ਰਿਸ਼ਨ ਦੇ ਕੋਲ ਗਿਆ ਨਹੀਂ। ਸਤਿਗੁਰੂ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ, ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸੁਦਾਏ, ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਘਰਵਾਲੀ ਕਹਿੰਦੀ, ਤੇਰੇ ਭਗਵਾਨ ਮਿੱਤਰ ਹੈ ਜਾਂ ਜਾਇਆ, ਉਹਨਾਂ ਕੋਲ ਕੁਛ ਮੰਗ ਕੇ ਲਿਆ। ਸੁਦਾਮਾ ਕਹਿੰਦਾ, ਮੈਂ ਮੰਗਣਾ ਕੁਛ ਨਹੀਂ ਹੈ, ਮੈਂ ਤੇਰੇ ਕਹੇ ਚਲੇ ਜਾਂਦਾ। ਉਹ ਕਹਿਣ ਲੱਗੀ, ਮੰਗਣਾ ਕਿਉਂ ਨਹੀਂ ਹੈ? ਸੁਦਾਮਾ ਕਹਿਣ ਲੱਗਿਆ, ਜੇ ਭਗਵਾਨ ਹੈ ਉਹ ਮੇਰੀ ਹਾਲਤ ਨੂੰ ਜਾਣਦਾ, ਉਹ ਮੈਨੂੰ ਜਾਣਦਾ, ਉਹ ਹਰੇਕ ਜੀਵ ਦੇ ਅੰਦਰ ਬੈਠਾ,
ਉਹਦੀ ਮੇਰੀ ਹਾਲਤ ਦਾ ਪਤਾ ਹੈ ਕਿਸ ਦਸ਼ਾ ਵਿੱਚ ਇਹ ਗੁਜ਼ਰ ਰਿਹਾ। ਜੇ ਭਗਵਾਨ ਨਹੀਂ ਤਾਂ ਫਿਰ ਮੰਗਣ ਦਾ ਫਾਇਦਾ ਵੀ ਕੋਈ ਨਹੀਂ। ਮੈਂ ਚਲੇ ਜਾਂਦਾ ਤੁਰਦਾ ਗਿਣਦਾ ਗਿੱਟੀਆਂ ਕਿ ਉਹ ਮਿਲ ਜੇ ਕੌਣ ਮਿਲਾ, ਇਹ ਰਾਜਿਆਂ ਦੇ ਨੇੜੇ ਕੌਣ ਜਾਣ ਦਿੰਦਾ ਗਰੀਬਾਂ ਨੂੰ। ਭਗਵਾਨ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਸਿੱਖ ਦੀ ਕੌਡੀ ਲੈਣ ਚਲੇ ਗਏ ਸੀ ਸਾਰਿਆਂ ਸੰਗਤਾਂ ਦੇ ਵਿੱਚ ਦੀ, ਅਤੇ ਉਹਨਾਂ ਨੇ ਪ੍ਰੇਮ ਦੇਖਣਾ। ਪ੍ਰੇਮ ਦੇ ਵਿੱਚ ਰਾਮ ਜੀ ਮਹਾਰਾਜ ਨੇ ਭੀਲਣੀ ਦੇ ਜੂਠੇ ਬੇਰ ਖਾ ਲਏ। ਪ੍ਰੇਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ ਭਗਵਾਨ ਕ੍ਰਿਸ਼ਨ ਨੇ ਦੁਰਯੋਧਨ ਦੇ ਮਹਿਲਾਂ ਦੇ ਪਦਾਰਥ ਛੱਡ ਕੇ, 36 ਪਦਾਰਥਾਂ ਨੂੰ ਛੱਡ ਕੇ ਬਿਦਰ ਦਾ ਅਲੂਣਾ ਸਾਗ ਖਾਧਾ ਹੈ, ਜਿਹਨੂੰ ਅਲੂਣਾ ਸਾਹਿਬ ਸਾਗ ਸਤਿਗੁਰੂ ਗੁਰਬਾਣੀ ਵਿੱਚ ਲਿਖਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਣੀ, ਕਬੀਰ ਕੋ ਠਾਕਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਭਗਵਾਨ ਨੇ ਪ੍ਰੇਮ ਦੇਖਿਆ, ਜਿੱਥੇ ਜਿੱਥੇ ਪ੍ਰੇਮ ਸੀ ਕਿਸੇ ਦਾ ਉੱਥੇ ਜਾ ਕੇ ਭਗਵਾਨ ਖੜ੍ਹੇ ਹੋ ਗਏ। ਉਸ ਵੇਲੇ ਸੁਦਾਮੇ ਦਾ ਦਲਿੱਦਰ ਭਗਵਾਨ ਕ੍ਰਿਸ਼ਨ ਨੇ ਲੰਮੀ ਚੌੜੀ ਗਾਥਾ ਹੈ, ਜਾ ਕੇ ਤੁਰਦਾ ਗਿਣਦਾ ਗਿੱਟੀਆਂ ਕਿ ਉਹ ਮਿਲੀਏ ਕੌਣ ਮਿਲਾਏ, ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ, ਦਰਵਾਜ਼ੇ 'ਤੇ ਪਹਿਰੇਦਾਰ ਖੜ੍ਹੇ ਹੈ, ਗਰੀਬ ਆਦਮੀਆਂ ਨੂੰ ਕੌਣ ਨੇੜੇ ਜਾਣ ਦਿੰਦਾ ਰਾਜਿਆਂ ਦੇ, ਗਰੀਬਾਂ ਨੂੰ ਤਾਂ ਪਰੇ ਦਰਕਾਰ ਦਿੰਦੇ ਹੈ। ਇੱਕੋ ਹੀ ਮਹਾਤਮਾ ਗੁਰੂ ਨਾਨਕ ਦੇ ਜਾਂ ਹੋਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੈ ਦੂਸਰਿਆਂ ਧਰਮਾਂ ਵਿੱਚ ਵੀ ਹੈ, ਜੇ ਗਰੀਬ ਨਿਵਾਜੀ ਹੈ ਤਾਂ ਉਹਨਾਂ ਦੇ ਅੰਦਰ ਹੈ। ਉਹ ਪ੍ਰੇਮ ਦੇਖਦੇ ਆ, ਉਹਨਾਂ ਨੂੰ ਕੋਈ ਧਨ ਦੌਲਤ ਵਾਲਿਆਂ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਜਿੱਥੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ ਖੀਰ ਸਮਾਨ ਸਾਗ ਮੈਂ ਪਾਇਆ। ਇਹ ਗੋਲੇ ਦੇ ਘਰ ਜਾ ਕੇ ਭਗਵਾਨ ਕ੍ਰਿਸ਼ਨ ਨੇ ਅਲੂਣਾ ਸਾਗ ਖਾਧਾ, ਜਿਹਨੂੰ ਭਗਵਾਨ ਨੇ ਖੀਰ ਸਮਾਨ ਲਿਖਿਆ, ਬਹੁਤ ਸਤਿਕਾਰ ਗੁਰਬਾਣੀ ਵਿੱਚ ਦਿੱਤਾ ਹੈ। ਤਾਂ ਦੁਰਯੋਧਨ ਨੇ ਬਚਨ ਕੀਤਾ, ਇਹ ਦੁਰਯੋਧਨ ਨੂੰ ਬਚਨ ਸੁਣਾਏ ਭਗਵਾਨ ਕ੍ਰਿਸ਼ਨ ਮਹਾਰਾਜ ਨੇ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੈ। ਸਾਨੂੰ ਤਾਂ ਉਹ ਗਰੀਬ ਚੰਗਾ ਲੱਗਦਾ, ਹਸਤੀ ਦੇਖ ਪਰਮ ਅਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੂੰ ਰਾਜਾ ਹੋ ਕੇ ਤੂੰ ਭਗਵਾਨ ਪਰਮੇਸ਼ਰ ਨੂੰ ਜਾਣਦਾ ਨਹੀਂ ਹੈ, ਤੂੰ ਭੁਲੇਖੇ ਵਿੱਚ ਪਿਆ ਹੋਇਆ। ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਣੀ, ਕਬੀਰ ਕੋ ਠਾਕਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਭਾਈ ਗੁਰਦਾਸ ਜੀ ਨੇ ਤਾਂ ਜ਼ਿਕਰ ਕੀਤਾ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਹੱਸ ਬੋਲੇ ਭਗਵਾਨ ਜੀ, ਸੁਣ ਹੋ ਰਾਜਾ ਹੋ ਸਨਮੁੱਖਾ, ਤੁਮਰੋ ਪਾਓ ਨਾ ਦਿਸੇ ਅੰਦਰ ਚਾਓ ਨਾ ਚੁੱਖਾ, ਗੋਬਿੰਦ ਪਾਓ ਭਗਤ ਦਾ ਭੁੱਖਾ। ਅਸੀਂ ਤਾਂ ਪ੍ਰੇਮ ਦੇ ਭੁੱਖੇ ਹਾਂ, ਜਿਹਦੇ ਅੰਦਰ ਪ੍ਰੇਮ ਦੀ ਭਾਵਨਾ ਅਸੀਂ ਤਾਂ ਉਹਦੇ ਜਾ ਕੇ ਬੈਠ ਜਾਣਾ। ਇੱਕ ਹੈ ਸੰਸਾਰੀ ਲੋਕਾਂ ਵਿੱਚ ਲੱਭ ਦੀ ਗੱਲ ਹੈ, ਮਾਰੋ ਨਿਗਾਹ ਆਪਣੇ ਆਪਣੇ ਅੰਦਰ ਕਿ ਕੋਈ ਲੋਭ ਦੇ ਵਾਸਤੇ ਤਾਂ ਨਹੀਂ ਗੁਰੂ ਨੂੰ ਮੰਨਦੇ, ਜਿਹਨਾਂ ਦੇ ਅੰਦਰ ਲੋਭ ਦੀ ਅੰਸ ਨਹੀਂ, ਕੁਛ ਮੰਗਣਾ ਹੀ ਨਹੀਂ ਹੈ। ਮਹਾਰਾਜ ਤੇਰੇ ਨਾਲ ਮੇਰਾ ਪ੍ਰੇਮ ਹੈ, ਤੇਰੇ ਪ੍ਰੇਮ ਤੋਂ ਬਿਨਾਂ। ਭਾਈ ਨੰਦ ਲਾਲ ਜੀ ਦਾ ਜ਼ਿਕਰ ਦੇਖੋ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ 'ਤੇ ਐਵੇਂ ਨਹੀਂ ਦੁਨੀਆ ਚੇਤੇ ਕਰਦੀ, ਐਵੇਂ ਨਹੀਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਅੱਜ ਦਰਬਾਰ ਸਾਹਿਬ ਵਰਗੇ ਸਥਾਨਾਂ ਪਵਿੱਤਰ ਸਥਾਨਾਂ 'ਤੇ ਗਾਈਆਂ ਜਾਂਦੀਆਂ ਨੇ। ਅੱਜ ਉਹਨਾਂ ਦੀਆਂ ਗਜ਼ਲਾਂ ਨੂੰ ਸਿੱਖ ਕੌਮ ਨੇ ਵੀ ਮਾਨਤਾ ਦਿੱਤੀ ਹੈ, ਬੜੀ ਸਿਫਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਲਿਖੀ ਹੈ। ਇੱਕ ਬਹੁਤ ਵੱਡੇ ਸਰਕਾਰੀ ਦਰਬਾਰੇ ਅਹੁਦੇ 'ਤੇ ਲੱਗੇ ਹੋਏ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਐਸੇ ਪੌਰੇ ਬਣੇ ਜਿਨ੍ਹਾਂ ਦੀ ਪ੍ਰੇਮ ਦੀ ਹੱਦ ਦੱਸੀ ਨਹੀਂ ਜਾ ਸਕਦੀ। ਉਹਨਾਂ ਦੇ ਨਾਲ ਦੇ ਕੁਛ ਅਹਿਲਕਾਰ ਜਿਹੜੇ ਉਹ ਵੀ ਸਰਕਾਰੀ ਦਰਬਾਰੇ ਨੌਕਰੀ ਕਰਦੇ ਸਨ, ਉਹਨਾਂ ਨੇ ਕਿਹਾ ਨੰਦ ਲਾਲ ਮੁੜ ਕੇ ਆਇਆ ਨਹੀਂ ਹੈ। ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗਿਆ, ਜਾ ਕੇ ਦੇਖੀਏ ਉਹਨੂੰ ਕਿਹੜਾ ਸੁੱਖ ਮਿਲਿਆ। ਇੱਥੋਂ ਰਾਜ ਐਡਾ ਵੱਡਾ ਉਹਦਾ ਅਹੁਦਾ ਸੀ, ਉਹ ਇੱਥੋਂ ਰਾਜ ਦੇ ਸੁੱਖਾਂ ਨੂੰ ਛੱਡ ਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਚਲਿਆ ਗਿਆ। ਜਾ ਕੇ ਦੇਖੀਏ ਕਿੰਨੇ ਕੁ ਸੁੱਖ ਹਨ, ਜਾਂ ਜਾ ਕੇ ਭਾਈ ਨੰਦ ਲਾਲ ਜੀ ਦੀ ਦਸ਼ਾ ਦੇਖੀ, ਕੋਹਣੀਆਂ ਤੱਕ ਗੋਡਿਆਂ ਕੋਹਣੀਆਂ ਤੱਕ ਬਾਹਾਂ ਸਵਾਹ ਵਿੱਚ ਲਿਬੜੀਆਂ ਹੋਈਆਂ, ਔਰ ਰੱਬ ਦੇ ਪਿਆਰ ਵਿੱਚ ਭਾਂਡੇ ਮਾਂਜ ਰਹੇ ਹੈ, ਸੇਵਾ ਭਾਵਨਾ ਨਾਲ ਲੱਗੇ ਹੋਏ ਹੈ। ਨੰਦ ਲਾਲ ਜੀ ਨੂੰ ਮਿਲੇ, ਉਹਨਾਂ ਦੇ ਨਾਲ ਦੇ ਦੋਸਤ ਮਿੱਤਰ, ਉਹਨਾਂ ਨੇ ਜਾ ਕੇ ਭਾਈ ਨੰਦ ਲਾਲ ਜੀ ਨੇ ਕਿਹਾ ਜਾ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਲਓ। ਨਮਸਕਾਰ ਕਰਨ ਆਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਬੜੇ ਉੱਚੇ ਅਹੁਦੇ ਤੋਂ ਇਹ ਆਇਆ ਸਾਡੇ ਨਾਲ ਆਨੰਦ ਲਾਲ, ਇੱਥੇ ਸਾਨੂੰ ਨਹੀਂ ਸਮਝ ਲੱਗੀ ਇਹਨੂੰ ਕਿਹੜਾ ਸੁੱਖ ਪ੍ਰਾਪਤ ਹੋਇਆ, ਇੱਥੇ ਮੈਂ ਅਸੀਂ ਤਾਂ ਜੋ ਉਹਦੀ ਦਸ਼ਾ ਦੇਖੀ ਹੈ ਇਹ ਤਾਂ ਅੱਗੇ ਨਾਲ ਵੀ ਔਖਾ ਹੀ ਦੇਖਿਆ। ਸਾਹਿਬ ਕਹਿਣ ਲੱਗੇ ਮੈਂ ਇਹਨਾਂ ਤੋਂ ਕੁਛ ਲੁਕੋਇਆ ਨਹੀਂ ਹੋਇਆ, ਇਹ ਮੈਂ ਸਭ ਕੁਛ ਗੁਰਸਿੱਖਾਂ ਦੇ ਸਾਹਮਣੇ ਰੱਖਿਆ ਹੋਇਆ, ਮੈਂ ਇਹਨਾਂ ਦੇ ਕੋਈ ਚੀਜ਼ ਨਹੀਂ ਲੁਕੋਈ।
ਇਹਨਾਂ ਨੂੰ ਪੁੱਛ ਲਾ, ਮੈਂ ਤਾਂ ਕਿਸੇ ਨੂੰ ਕਦੀ ਕਿਹਾ ਹੀ ਨਹੀਂ ਵੀ ਕਿਹੜੀ ਚੀਜ਼ ਤੈਨੂੰ ਚਾਹੀਦੀ, ਤੂੰ ਲੈ ਲਾ ਭਾਈ ਆਪਣਾ ਸੁੱਖ ਲੈ। ਮੈਂ ਇਹਨਾਂ ਦੇ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ। ਮੈਂ ਤਾਂ ਇਹਨਾਂ ਤੋਂ ਕੁਛ ਲੁਕੋਇਆ ਨਹੀਂ ਹੈ। ਜਾਓ ਆਨੰਦ ਲਾਲ ਨੂੰ ਸੱਦ ਕੇ ਲੈ ਕੇ ਆਓ। ਭਾਈ ਆਨੰਦ ਲਾਲ ਜੀ ਨੂੰ ਸੱਦ ਕੇ ਲੈ ਕੇ ਆਏ, ਤੁਹਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਛੱਡ ਯਾਦ ਕਰਦੇ ਆ ਸਾਹਿਬ। ਭਾਈ ਆਨੰਦ ਲਾਲ ਜੀ ਬੜੀ ਖੁਸ਼ੀ ਵਿੱਚ, ਜਿਹਨੂੰ ਰੱਬ ਚੇਤੇ ਕਰੇ, ਜਿਹਨੂੰ ਪਰਮੇਸ਼ਰ ਚੇਤੇ ਕਰੇ, ਉਹਦੇ ਮਨ ਦੀ ਖੁਸ਼ੀ ਤਾਂ ਤੁਸੀਂ ਉਹੀ ਜਾਣ ਸਕਦਾ, ਦੂਜਾ ਨਹੀਂ ਜਾਣ ਸਕਦਾ। ਭਾਈ ਆਨੰਦ ਲਾਲ ਜੀ ਸਾਹਮਣੇ ਆ ਕੇ ਖੜ੍ਹੇ ਹੋ ਗਏ। ਆ ਕੇ ਸਾਹਿਬਾਨ ਨੂੰ ਬੇਨਤੀ ਕੀਤੀ, ਮਹਾਰਾਜ ਕੀ ਹੁਕਮ ਹੈ ਜੀ? ਕਹਿਣ ਲੱਗੇ, ਆਨੰਦ ਲਾਲ ਤੇਰੇ ਨਾਲ ਦੇ ਸਾਥੀ ਹੈ, ਇਹ ਕਹਿੰਦੇ ਆਨੰਦ ਲਾਲ ਇੱਥੇ ਔਖਾ ਹੋਣਾ, ਮੈਂ ਤਾਂ ਤੇਰੇ ਤੋਂ ਕੋਈ ਚੀਜ਼ ਲੁਕੋਈ ਨਹੀਂ ਹੈ। ਜਿਹੜੀ ਚੀਜ਼ ਦੁਨੀਆ ਵਿੱਚ ਤੈਨੂੰ ਚਾਹੀਦੀ ਆ, ਕੋਈ ਵੀ ਜਿਹੜੀ ਨਾ ਲੈ ਦੇ, ਮੈਂ ਤੈਨੂੰ ਦੇ ਸਕਦਾ। ਤੂੰ ਜਿਹੜੀ ਵੀ ਮੰਗਣੀ ਮੰਗ ਲੈ। ਗੁਰੂ ਦੀ ਖੁਸ਼ੀ ਹੈ, ਅੱਗੇ ਸਿੱਖ ਵੀ ਖੁਸ਼ ਹੈ ਕਿ ਮੈਨੂੰ ਗੁਰੂ ਨੇ ਮੰਗਣ ਵਾਸਤੇ ਬਖਸ਼ਿਸ਼ ਕੀਤੀ ਹੈ, ਗੱਲ ਬਚਨ ਕੀਤਾ ਹੈ। ਭਾਈ ਆਨੰਦ ਲਾਲ ਨੇ ਅੱਖਾਂ ਵਿੱਚ ਅੱਥਰੂ ਭਰ ਕੇ, ਗਲ ਵਿੱਚ ਪਰਨਾ ਪਾ ਕੇ ਕਹਿਣ ਲੱਗੇ, ਮਹਾਰਾਜ ਤੁਹਾਡੀ ਜੇ ਬਹੁਤ ਖੁਸ਼ੀ ਹੈ, ਮੈਨੂੰ ਅੱਜ ਇੱਕ ਵਰ ਦੇ ਦਿਓ। ਜਦੋਂ ਵੀ ਤੁਸੀਂ ਦੁਨੀਆਂ ਵਿੱਚ ਸਰੀਰ ਧਾਰਨ ਕਰਕੇ ਆਓ, ਮੈਨੂੰ ਨਾਲ ਲੈ ਕੇ ਆਇਓ, ਆਪਣੇ ਦਰ ਦਾ ਕੁੱਤਾ ਬਣਾ ਕੇ ਲੈ ਕੇ ਆਇਓ, ਮੈਂ ਸਾਰਾ ਜੀਵਨ ਤੁਹਾਡੇ ਚਰਨਾਂ ਦੀ ਸੇਵਾ ਵਿੱਚ ਹੀ ਲੱਗਾ ਰਹਾਂ। ਇਹ ਬਖਸ਼ਿਸ਼ਾਂ ਗੁਰੂ ਸਾਹਿਬਾਂ ਤੋਂ ਬਖਸ਼ਿਸ਼ ਕੀਤੀਆਂ, ਬਖਸ਼ਿਸ਼ ਪ੍ਰਾਪਤ ਕੀਤੀਆਂ ਗੁਰਸਿੱਖਾਂ ਨੇ, ਜਿਨ੍ਹਾਂ ਦੇ ਅੰਦਰ ਲੱਭ ਦੀ ਅੰਸ਼ ਨਹੀਂ ਸੀ। ਇੱਕ ਹੈ ਲੱਭ ਅਤੇ ਇੱਕ ਹੈ ਲੋਭ। ਲੋਭ ਹੈ ਪਰਿਵਾਰ ਨੂੰ ਦੇਣਾ, ਲੱਭ ਤਾਂ ਹੈ ਹੀ, ਆਪਣੇ ਤਾਂ ਸੁੱਖ ਪ੍ਰਾਪਤ ਹੋ ਗਏ, ਉਹਨਾਂ ਤੋਂ ਬਾਅਦ ਪਰਿਵਾਰ ਦੀ ਚਿੰਤਾ ਵਿੱਚ ਪੈ ਜਾਣਾ, ਪਰਿਵਾਰ ਨੂੰ ਸਮਾਨ ਦੇਣ ਲੱਗ ਜਾਣਾ, ਪਰਿਵਾਰ ਦੀ ਚਿੰਤਾ ਵਿੱਚ ਡੁੱਬ ਜਾਣਾ, ਇਹਨੂੰ ਕਹਿੰਦੇ ਲੋਭ। ਹੰਕਾਰ ਹੁੰਦਾ, ਹੰਕਾਰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸਾਰੇ ਜਾਣਦੇ ਹੀ ਹੋ। ਜਾਬੇ ਜਾਣੇ ਮੈਂ ਕਿਸ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਗੁਰਦੁਆਰੇ ਵਿੱਚ ਇੱਕ ਪੱਖਾ ਚੜਾਉਣਾ, ਸਾਰੇ ਟੱਬਰ ਦੇ ਨਾਂ ਲਿਖ ਦੇਣੇ। ਔਰ ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਜਾਂ ਉਹ ਬੈਠੇ ਸਨ, ਸਮਾਗਮ ਸੀ, ਕਿਸੇ ਪ੍ਰੇਮੀ ਨੇ ਕਿਹਾ, ਮਹਾਰਾਜ ਥੋੜ੍ਹੀ ਮਾਇਆ ਸੇਵਾ ਕਰਨੀ ਹੈ, ਸਟੇਜ 'ਤੇ ਲਾਊਡ ਸਪੀਕਰ ਵਿੱਚ ਬੋਲ ਦਿਓ। ਕਹਿਣ ਲੱਗੇ, ਭਾਈ ਜੇ ਲਾਊਡ ਸਪੀਕਰ 'ਚ ਬੁਲਾਉਣਾ ਤਾਂ ਦਰਗਾਹ ਵਿੱਚ ਨਹੀਂ ਨਾ ਬੋਲਿਆ ਜਾਣਾ, ਇੱਥੇ ਬੁਲਾ ਲਓ ਜਾਂ ਫਿਰ ਉੱਥੇ ਬੁਲਾ ਲਓ। ਜਿਨ੍ਹਾਂ ਨੇ ਭਾਈ ਕੇਵਲ ਨਾਮ ਦਾਨ ਕਰਕੇ ਵੀ ਵਿੱਚ ਹੋਮੇ ਹੈ, ਤੀਰਥ ਵਰਤਰ ਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨੇਹ ਭੁੱਲ ਜਾਤ 'ਤੇ ਜਿਉਂ ਕੁੰਚਰ ਇਸ਼ਨਾਨ। ਉਹਦੇ ਪੱਲੇ ਵਿੱਚ ਕੁਛ ਨਹੀਂ ਹੈ, ਮੈਂ ਇਹ ਕੀਤਾ, ਮੈਂ ਇਹ ਕੀਤਾ, ਉਹਦੇ ਪੱਲੇ ਵਿੱਚ ਕੁਛ ਨਹੀਂ ਰਹੂਗਾ, ਜਿੱਦਾਂ ਹਾਥੀ ਦੇ ਪੱਲੇ ਨਾਤਾ ਜਾਹੇ ਨਾ ਨਾਤਾ। ਇਹ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਹੈ। ਅੰਦਰ ਹੋਮੇ ਅੰਸ਼ ਮਾੜੀ ਮੋਟੀ ਵੀ ਅੰਦਰ ਆ ਗਈ, ਮਨ ਮੈਂ ਤਰੇ ਗੁਮਾਨ, ਕਿਸੇ ਨੂੰ ਦੱਸੀ ਤਾਂ ਨਹੀਂ, ਅੰਦਰ ਮਨ 'ਚ ਹੀ ਆਈ ਹੈ। ਜਾਬੇ ਜਾਣੇ ਮੈਂ ਕਿਸ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਉਹ ਗਰਭ ਜੋਨੀ ਤੋਂ ਬਚ ਨਹੀਂ ਸਕਦਾ। ਤਾਂ ਸਤਿਗੁਰ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ। ਤ੍ਰਿਸ਼ਨਾ ਹੁੰਦੀ ਹੈ ਕਿਸੇ ਚੀਜ਼ ਦੇ ਨਾਲ, ਮਾਇਕ ਪਦਾਰਥਾਂ ਦੇ ਨਾਲ ਜੁੜਨਾ ਨਹੀਂ ਹੈ। ਬਹੁਤ ਲੋਕਾਂ ਕੋਲ ਆਪਣੇ ਸਮਾਨ ਵਰਤਣ ਤੋਂ ਵਾਧੂ ਨੇ, ਉਹ ਫਿਰ ਵੀ ਰੁਕੇ ਨਹੀਂ ਹੈ। ਬੜੇ ਬੜੇ ਰਾਜਿਆਂ ਦੇ ਕੋਲ ਬੜੇ ਬੜੇ ਅੰਬਾਰ ਲੱਗੇ ਧਨ ਦੌਲਤ ਦੇ ਬੈਠੇ, ਉਹ ਵੀ ਨਹੀਂ ਹੈ। ਇਹਨੂੰ ਕਹਿੰਦੇ ਤ੍ਰਿਸ਼ਨਾ। ਜਿੱਦਾਂ ਅੱਗ ਵਿੱਚ ਲੱਕੜੀਆਂ ਪਾਈ ਜਾਈਏ, ਅੱਗ ਵੱਧਦੀ ਚਲੇ ਜਾਂਦੀ ਹੈ, ਲੱਕੜੀਆਂ ਪਾਈ ਜਾਈਏ ਵੱਧਦੀ ਚਲੇ ਜਾਂਦੀ ਹੈ, ਇਸੇ ਤਰ੍ਹਾਂ ਤ੍ਰਿਸ਼ਨਾ ਹੈ। ਜਿੰਨੀ ਮਾਇਆ ਆਈ ਜਾਂਦੀ ਹੈ, ਇਹਦੀ ਅੱਗ ਵੱਧਦੀ ਚਲੇ ਜਾਂਦੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਹੇ, ਕੋਟ ਜੋੜੇ ਲਾਖ ਕਰੋਰੇ ਮਨ ਨਾ ਹੋਰੇ, ਹੋਰੇ ਹੋਰੇ ਕੋ ਹੀ ਲੁਝੀਹੇ। ਇਹ ਦੋ ਰੋਗ ਵੱਡੇ ਮਨੁੱਖ ਨੂੰ ਲੱਗੇ ਆ, ਇੱਕ ਤ੍ਰਿਸ਼ਨਾ ਦਾ ਅਤੇ ਇੱਕ ਹੋਮੇ ਦਾ। ਇਹ ਤ੍ਰਿਸ਼ਨਾ ਦਾ, ਹੋਮੇ ਦਾ ਰੋਗ ਤਾਂ ਪੁਰਾਣਾ ਹੀ ਚੱਲਿਆ ਆਉਂਦਾ, ਹੋਮੇ ਦੀਰਘ ਰੋਗ ਹੈ, ਇਹ ਜਨਮਾਂ ਤੋਂ ਹੀ ਚੱਲਿਆ ਆਉਂਦਾ, ਇਹ ਪੁਰਾਣਾ ਰੋਗ ਹੈ। ਕਈ ਵਾਰੀ ਵੈਦ ਕਹਿ ਦਿੰਦੇ ਵੀ ਤੈਨੂੰ ਪੁਰਾਣਾ ਰੋਗ ਹੈ, ਦੀਰਘ ਹੁੰਦਾ ਲੰਬਾ, ਇਹ ਲੰਬਾ ਰੋਗ ਹੈ, ਹੌਲੀ ਹੌਲੀ ਹਟਣਾ। ਪਾਈਏ ਨੇ ਉਹ ਸਤਿਗੁਰੂ ਜੀ ਨੇ ਦੱਸਿਆ ਕਿੱਦਾਂ ਹਟਣਾ, ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਦਾਰੂ ਵੀ ਤਾਂ ਇਹਦੇ ਅੰਦਰ ਹੀ ਹੈ, ਦਾਰੂ ਤਾਂ ਇਹਦੇ ਅੰਦਰ ਬਾਹਰੋਂ ਨਹੀਂ ਲਿਆਉਣਾ, ਜੇ ਅੰਦਰ ਬਿਮਾਰੀ ਤਾਂ ਅੰਦਰ ਹੀ ਇਲਾਜ ਵੀ ਤਾਂ ਇਹਦਾ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਜਿੱਦਾਂ ਜਿੱਦਾਂ ਹੌਲੀ ਹੌਲੀ ਸ਼ਬਦ ਨਾਲ ਜੁੜੂਗਾ, ਸੰਸਾਰ ਨਾਲ ਟੁੱਟਦਾ ਚਲੇ ਜਾਊਗਾ। ਜਿੰਨਾ ਸੰਸਾਰ ਨਾਲ ਜੁੜਦਾ, ਸ਼ਬਦ ਦੇ ਨਾਲ ਜੁੜਦਾ ਨਹੀਂ ਹੈ। ਸੁਰਤ ਸ਼ਬਦ ਨੂੰ ਨਹੀਂ ਫੜਦੀ, ਗੁਟਕਾ ਫੜ ਕੇ ਵੀ ਸੁਰਤ ਸੰਸਾਰ ਨੂੰ ਫੜਦੀ ਹੈ, ਅੰਦਰ ਭੋਰੇ 'ਚ ਬਹਿ ਕੇ ਵੀ ਸੁਰਤ ਪਰਿਵਾਰ ਨੂੰ ਫੜਦੀ ਹੈ। ਇਹ ਸੁਰਤ ਨੂੰ ਹੀ ਤੋੜਨਾ ਸੀ, ਸੁਰਤ ਸੰਸਾਰ ਨਾਲ ਜੁੜ ਗਈ, ਸੰਸਾਰ ਦੁਖੀ ਸੀ, ਇਹ ਵੀ ਦੁਖੀ ਹੈ। ਸੁਰਤ ਜੇ ਸੁਖੀ ਹੋਣ ਵਾਲੇ, ਸਾਰੀਆਂ ਇੱਛਾ ਪੂਰਨ ਕਰਨ ਵਾਲੇ ਪਰਮੇਸ਼ਰ ਨਾਲ ਜੁੜ ਜਾਵੇ ਤਾਂ ਸਾਰੇ ਸੁਖ, ਮਨ ਵੀ ਸੁਖੀ ਹੈ, ਤਨ ਵੀ ਸੁਖੀ ਹੈ,
ਕੋਈ ਚਿੰਤਾ ਇਹਦੇ ਅੰਦਰ ਆਉਂਦੀ ਨਹੀਂ ਹੈ। ਕੇਵਲ ਅਤੇ ਕੇਵਲ ਮਹਾਤਮਾ ਨੇ ਜੁੜਨ ਦਾ ਤਰੀਕਾ ਹੀ ਦੱਸਿਆ। ਅੱਜ ਤਾਂ ਬਹੁਤ ਆਤ ਮਨਮੁੱਖ ਲੋਕਾਂ ਦੀ ਸਿੱਖ ਧਰਮ ਦੇ ਅੰਦਰ ਜ਼ਿਆਦਾ ਪੈਦੇ ਹੋ ਗਏ ਆ। ਉਹ ਤਾਂ ਇਹੀ ਗੱਲ ਕਰੀ ਜਾਂਦੇ ਕਿਸੇ ਸੰਤ ਨੂੰ ਨਹੀਂ ਮੰਨਣਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਨਾਂ ਨੂੰ ਪਤਾ ਨਹੀਂ ਇਹ ਪੰਗਤੀ ਕਿੱਥੇ ਗਈ ਹੈ, ਇਹਦਾ ਅਰਥ ਕੀ ਹੈ। ਉਹਨਾਂ ਨੂੰ ਇਸ ਗੱਲ ਦਾ ਅਰਥ ਦਾ ਵੀ ਨਹੀਂ ਪਤਾ। ਮਾੜੀ ਮੋਟੀ ਪੰਗਤੀ ਫੜ ਲੈਣੀ, ਜਿਰਿਆ ਕਰਨ ਲੱਗ ਜਾਣਾ। ਨਹੀਂ, ਸੁਰਤ ਸ਼ਬਦ ਦਾ, ਸੁਰਤ ਦਾ ਗੁਰੂ ਸ਼ਬਦ ਹੈ, ਸਰੀਰ ਦਾ ਗੁਰੂ ਸਰੀਰ ਹੈ। ਸਰੀਰ ਦੱਸੂਗਾ ਤੇਰੀ ਸੁਰਤ ਸ਼ਬਦ ਨੂੰ ਕਿਉਂ ਨਹੀਂ ਫੜਦੀ, ਤੇਰੀ ਸੁਰਤ ਨੇ ਸ਼ਬਦ ਨੂੰ ਕਿਉਂ ਨਹੀਂ ਫੜਿਆ, ਘਾਟ ਕੀ ਹੈ। ਡਾਕਟਰ ਦੇਖਦੇ ਨੂੰ ਬਿਮਾਰੀ ਜਿਹੜੀ ਹਟਦੀ ਨਹੀਂ ਹੈ, ਇਹਦੇ ਵਿੱਚ ਕਮੀ ਕੀ ਹੈ। ਉਹ ਸ਼ੂਗਰ ਵਾਲੇ ਨੂੰ ਕਹਿੰਦੇ ਮਿੱਠਾ ਨਾ ਖਾਈ, ਇਹ ਚੀਜ਼ਾਂ ਖਾਈ ਨਾ, ਤੇਰੀ ਸ਼ੂਗਰ ਤਾਂ ਨਹੀਂ ਹਟਦੀ, ਦਵਾਈ ਤੇਰੇ 'ਤੇ ਅਸਰ ਨਹੀਂ ਕਰਦੀ। ਇਸੇ ਤਰ੍ਹਾਂ ਮਹਾਤਮਾ ਲੋਕ ਦੱਸਦੇ ਆ, ਤੇਰੀ ਸੁਰਤ ਸ਼ਬਦ ਨੂੰ ਫੜਦੀ ਕਿਉਂ ਨਹੀਂ, ਤੇਰੇ ਵਿੱਚ ਔਗੁਣ ਹੈ, ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਹੈ, ਲੱਭ ਹੈ, ਲੋਭ ਹੈ, ਹੰਕਾਰ ਹੈ, ਤ੍ਰਿਸ਼ਨਾ ਹੈ। ਲੱਭ, ਲੋਭ, ਹੰਕਾਰ, ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਬਹੁਤ ਸੰਸਾਰ ਵਿੱਚ ਵੱਧ ਘੱਟ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ। ਬਹੁਤਾ ਬੋਲਣਾ ਚੰਗਾ ਨਹੀਂ। ਭਗਤਾਂ ਨੇ ਆਪਣੇ ਜਿਹੜੀ ਸੁਰਤ ਸੀ ਸ਼ਬਦ ਨਾਲ ਜੋੜ ਕੇ ਰੱਖੀ, ਸੰਸਾਰ ਨਾਲ ਵਿਚਰੇ ਵੀ ਆ, ਸ਼ਬਦ ਉਹਨਾਂ ਕੇ ਵਚਨ ਕੀਤਾ ਜਿੰਨਾ ਕਿ ਜੀਵ ਦੇ ਭਲੇ ਮਾਤਰ ਸੀ, ਬਾਕੀ ਸਾਰੇ ਸਵਾਸ ਸ਼ਬਦ ਨਾਲ, ਪਰਮੇਸ਼ੁਰ ਦੇ ਸ਼ਬਦ ਨਾਲ ਜੋੜਿਆ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਇਹ ਨਹੀਂ ਵੀ ਅੱਜ ਤੋਂ ਹੀ, ਪਿੱਛੇ ਸਤਿਯੁਗ ਤੋਂ ਲੈ ਕੇ ਭਗਤ ਪੈਦਾ ਹੋਏ, ਅੱਜ ਤੱਕ ਉਹਨਾਂ ਦੀ ਰੱਖਿਆ ਹੁਣ ਵੀ ਕਰਦੇ ਭਗਵਾਨ। ਹੁਣ ਵੀ ਕੋਈ ਉਹਨਾਂ ਅੱਗੇ ਅਰਦਾਸ ਕਰਕੇ ਦੇਖ ਲਵੇ ਜਿਹੜੇ ਉਹਦੀ ਭਗਤੀ ਕਰਦੇ, ਹੁਣ ਕਿਹੜਾ ਭਗਵਾਨ ਕਿਤੇ ਗਏ ਆ। ਸਿਰਫ ਇੱਕ ਨਿਗਾਹ ਦੇ ਮਨੁੱਖ ਦੀ ਅੱਖਾਂ 'ਤੇ ਮੋਤੀ ਜਾਂ ਬੰਦੀ ਦੀ ਤਹਿ ਮਾੜੀ ਜੀ ਆ ਜਾਵੇ, ਸਾਰਾ ਸੰਸਾਰ ਦਿਸਣੋਂ ਹਟ ਜਾਂਦਾ। ਜਦ ਕੋਈ ਸਿਆਣਾ ਡਾਕਟਰ ਅੱਖਾਂ ਦਾ ਆਪਰੇਸ਼ਨ ਕਰ ਦੇਵੇ ਤਾਂ ਸਾਰਾ ਸੰਸਾਰ ਦਿਸਣ ਲੱਗ ਜਾਂਦਾ। ਇਹਦੀ ਅੱਖਾਂ ਦੇ ਉੱਤੇ ਅਸਾਧ ਸੰਗਤ ਤਹਿ ਚੜ੍ਹੀ ਹੋਈ ਹੈ, ਹੰਕਾਰ ਦੀ ਹੈ, ਹਉਮੈ ਦੀ ਹੈ, ਲੋਭ ਦੀ ਹੈ, ਸਾਰੀ ਇਹਨੂੰ ਦਿਸਣ ਨਹੀਂ ਦਿੰਦੇ। ਇਹ ਜਦੋਂ ਫਿਰ ਮਹਾਤਮਾ ਲੋਕ ਇਹਨੂੰ ਰਸਤਾ ਦੱਸਦੇ ਆ, ਫਿਰ ਜਿਹੜੀ ਸੁਰਤ ਹੈ ਸ਼ਬਦ ਨਾਲ ਜੁੜਦੀ ਹੈ। ਵੱਡੇ ਵੱਡੇ ਮਹਾਂਪੁਰਖ ਜਿਨ੍ਹਾਂ ਦੀਆਂ ਸੰਪਰਦਾਵਾਂ ਚੱਲਦੀਆਂ ਨੇ, ਸੰਤ ਬਾਬਾ ਜਵਾਲਾ ਸਿੰਘ ਜੀ, ਉਹਨਾਂ ਦੇ ਸੇਵਕ ਸਨ, ਬੜੇ ਬੜੇ ਮਹਾਤਮਾ ਹੋਏ ਆ। ਉਹਨਾਂ ਨੇ ਇੱਕ ਵਾਰ ਕਰਮ ਸਿੰਘ ਭੋਗ ਲੁਧਿਆਣੇ ਰਹਿਣ ਵਾਲੇ, ਇੱਕੋ ਹੀ ਦ੍ਰਿਸ਼ਟੀ ਕਰਕੇ ਸੁਰਤ ਨੂੰ ਸ਼ਬਦ ਨਾਲ ਜੋੜ ਦਿੱਤਾ। ਇੱਕੋ ਹੀ ਦ੍ਰਿਸ਼ਟੀ, ਇੱਕੋ ਵਾਰੀ ਉਹ ਆਇਆ ਹਰਖਵਾੜ ਔਰ ਸੁਨੇਹਾ ਦੇ ਕੇ ਸੱਦਿਆ ਉਹਨੇ, ਔਰ ਇੱਕੋ ਹੀ ਦ੍ਰਿਸ਼ਟੀ ਕੀਤੀ ਕਰਮ ਸਿੰਘ ਭੋਗਲ ਦੀ। ਤਿੰਨ ਤਿੰਨ ਮਹੀਨੇ ਸਮਾਧੀ ਨਹੀਂ ਸੀ ਖੁੱਲ੍ਹਦੀ, ਅੱਠ ਅੱਠ ਦਿਨ ਸਮਾਧੀ ਲਗਾਤਾਰ ਲੱਗੀ ਰਹਿਣੀ। ਸੰਤ ਬਾਬਾ ਭਗਵਾਨ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਸਨ, ਉਹ ਫਿਰ ਉਹਨਾਂ ਦੀ ਸਮਾਧੀ ਤੋੜਦੇ ਹੁੰਦੇ ਸਨ, ਅੱਠਾਂ ਦਿਨਾਂ ਬਾਅਦ, ਦਸਾਂ ਦਿਨਾਂ ਬਾਅਦ, ਜਦ ਉੱਠਣਾ ਹੀ ਨਹੀਂ। ਸੁਰਤ ਨੂੰ ਸ਼ਬਦ ਨਾਲ ਮੇੜ ਦਿੱਤਾ, ਸਰੀਰ ਨਾਲ ਸੰਬੰਧ ਹੀ ਟੁੱਟ ਗਿਆ, ਸਰੀਰ ਤਾਂ ਇੱਕ ਪਾਸੇ ਰਹਿ ਗਿਆ। ਤਾਂ ਹੀ ਫਿਰ ਗਰਮੀ ਸਰਦੀ ਸਰੀਰ ਨੂੰ ਵਿਆਪਦੀ ਨਹੀਂ ਹੈ। ਸੁਰਤ ਨੇ ਹੀ ਆਪਣੀ ਸੁਰਤ ਨੇ ਹੀ ਸਰੀਰ ਦੇ ਦੁੱਖ ਨੂੰ ਵਿਆਪਣਾ, ਇਹਨੂੰ ਲੱਗਣਾ ਹੈ। ਜਦੋਂ ਸੁਰਤ ਨੂੰ ਜਦੋਂ ਬੇਹੋਸ਼ ਕਰ ਦਿੰਦੇ ਬੰਦੇ ਨੂੰ, ਸਰੀਰ ਨੂੰ ਘੱਟ ਵੱਢ ਦੇਣ, ਕੁਛ ਨਹੀਂ ਹੁੰਦਾ। ਸੁਰਤ ਉਹਦੀ ਨੂੰ ਦੂਜੇ ਨਾਲੋਂ ਤੋੜ ਦੇਣਾ, ਸਰੀਰ ਨਾਲੋਂ ਤੋੜ ਦੇਣਾ, ਮਹਾਤਮਾ ਪੁਰਖਾਂ 'ਤੇ ਬਖਸ਼ਿਸ਼, ਇਹ ਭਗਤਾਂ ਵਿੱਚ ਬਖਸ਼ਿਸ਼ ਹੈ ਜਿਨ੍ਹਾਂ ਦੀ ਸੁਰਤ ਪਰਮੇਸ਼ਰ ਨਾਲ ਜੁੜੀ। ਲੋਗਨ ਲੋਗਨ ਸਿਉਂ ਮੇਰਾ ਠਾਢਾ ਬਾਗ, ਠਾਠਾ ਬਾਗਾ, ਸਾਚ ਨਾਮ ਮੇਰਾ ਮਨ ਲਾਗਾ। ਇਹ ਅਵਸਥਾ ਦੱਸੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਬਹੁਤ ਜਗ੍ਹਾ 'ਤੇ ਗੁਰਸਿੱਖ ਲਿਖਿਆ ਹੈ, ਗੁਰਮੁਖ ਲਿਖਿਆ ਹੈ, ਸਾਧ ਲਿਖਿਆ ਹੈ, ਸੰਤ ਲਿਖਿਆ ਹੈ, ਭਗਤ ਲਿਖਿਆ ਹੈ, ਬ੍ਰਹਮ ਗਿਆਨੀ ਲਿਖਿਆ ਹੈ, ਸਾਰੇ ਸਤਿਕਾਰਤ ਅਹੁਦੇ ਆਏ। ਇਹ ਜਿੰਨੀ ਜਿੰਨੀ ਕਿਸੇ ਦੀ ਅਵਸਥਾ, ਉੱਡਾ ਉੱਡਾ ਉੱਚਾ ਅਹੁਦਾ ਦੇ ਦਿੱਤਾ। ਜਨ ਵੀ ਲਿਖਿਆ ਹੈ, ਪ੍ਰਹਲਾਦ ਨੂੰ ਜਨ ਵੀ ਦੱਸਿਆ, ਭਗਤ ਵੀ ਦੱਸਿਆ, ਪ੍ਰਹਲਾਦ ਨੂੰ ਸੰਤ ਵੀ ਦੱਸਿਆ ਗੁਰਬਾਣੀ ਨੇ। ਤਕਰੀਬਨ ਇਹ ਇੱਕੋ ਹੀ ਕੈਟਾਗਰੀ ਦੇ, ਇੱਕੋ ਹੀ ਅਵਸਥਾ ਦੇ ਨਾਮ ਨੇ। ਭਗਤ ਪ੍ਰਹਲਾਦ ਜਨ ਤੋਂ ਦਰਾਖ ਲਏ, ਪ੍ਰਹਲਾਦ ਨੂੰ ਜਨ ਵੀ ਕਿਹਾ, ਭਗਤਾਂ ਦੀ ਸਦਾ ਤੂੰ ਰੱਖਦਾ ਭਗਤ ਪ੍ਰਹਲਾਦ ਨੂੰ ਭਗਤ ਵੀ ਕਿਹਾ, ਅਤੇ ਭਗਤ ਨੂੰ ਸੰਤ ਪ੍ਰਹਲਾਦ ਕੀ ਪਹਿਜ ਜਿਨ ਰਾਖੀ, ਹਰ ਨਾਕਸ਼ ਨਖੇ ਬਦਾਰੇ, ਪ੍ਰਹਲਾਦ ਨੂੰ ਸੰਤ ਵੀ ਕਿਹਾ। ਇਹ ਅਵਸਥਾ ਦੇ ਨਾਮ ਨੇ, ਜਿਨ੍ਹਾਂ ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਨਾਮ ਸੰਸਾਰ ਹੀ ਦੇ ਦਿੰਦਾ। ਸੰਸਾਰ ਦੇ ਲੋਕ ਉਹਨਾਂ ਦੇ ਕਰਮ ਦੇਖ ਕੇ ਉਹਨਾਂ ਨੂੰ ਸੰਤ ਕਹਿਣ ਲੱਗ ਜਾਂਦੇ ਆ। ਜਿਨ੍ਹਾਂ ਦੇ ਕਰਮ ਕਈ ਸੰਸਾਰ ਵਿੱਚ ਦੇਵਤਿਆਂ ਵਾਲੇ ਕਰਮ ਹੋਣ, ਦੁਨੀਆਂ ਨੂੰ ਦੇਵਤਾ ਕਹਿਣ ਲੱਗ ਜਾਂਦੀ ਹੈ। ਕਰਮਾਂ ਨੂੰ ਦੇਖ ਕੇ ਨਾਮ ਦਿੱਤੇ ਜਾਂਦੇ ਆ। ਜਦ ਹਰਨਾਕਸ਼ ਨੇ ਗਲਤ ਕਰਮ ਕੀਤਾ ਉਹਨੂੰ ਦੁਨੀਆਂ ਰਾਕਸ਼ ਕਹਿਣ ਲੱਗ ਗਈ, ਪ੍ਰਹਲਾਦ ਨੂੰ ਭਗਤ ਕਹਿਣ ਲੱਗ ਗਈ। ਕਰਮਾਂ ਦੇ ਉੱਤੇ ਹੀ ਹੈ, ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ।
ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਇਹ ਕਰਮ ਕਰਕੇ ਮਨੁੱਖ ਉਸ ਅਵਸਥਾ 'ਤੇ ਪਹੁੰਚਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੋਂ ਦਰਾਖ ਲਏ, ਹਰਨਾਕਸ਼ ਮਾਰ ਪਚਾਇਆ। ਹਰ ਜੀ ਇਹ ਤੇਰੀ ਵਡਿਆਈ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਹਾਰਾਜ ਤੇਰੀ ਇਹ ਵਡਿਆਈ ਹੈ। ਜਦੋਂ ਤੂੰ ਭਗਤਾਂ ਦੀ ਪੈਜ ਰੱਖਦਾ, ਤੇਰੀ ਵੀ ਵਡਿਆਈ ਹੈ ਅਤੇ ਭਗਤਾਂ ਦੀ ਵੀ ਵਡਿਆਈ ਆ। ਤੇਰੀ ਵਡਿਆਈ ਦੇ ਨਾਲ ਹੀ ਮਹਾਰਾਜ ਤੇਰੀ ਵਡਿਆਈ ਜਿਹੜੀ ਹੈ ਭਗਤਾਂ ਦੀ, ਹਰ ਦਾਸਨ ਕੀ ਉਸਤਤ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਪਰਮੇਸ਼ੁਰ ਨੂੰ ਆਪਣੀ ਵਡਿਆਈ ਚੰਗੀ ਲੱਗਦੀ, ਉਹ ਭਗਤਾਂ ਦੀ ਜੈ ਜੈਕਾਰ ਕਰਾਉਂਦਾ। ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰਾ। ਇੱਕ ਯੁੱਗ ਨਹੀਂ, ਦੋ ਯੁੱਗ ਨਹੀਂ, ਉਹਨਾਂ ਦੀ ਸਦਾ ਸਾਰਿਆਂ ਯੁੱਗਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੀ ਹੁੰਦੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਜੈ ਜੈਕਾਰ ਸੰਸਾਰ ਕਰੀ ਜਾਂਦਾ, ਨਿੰਦਕ ਨਿੰਦਿਆ ਕਰੀ ਜਾਂਦੇ ਆ, ਪਰ ਉਹਨਾਂ ਦੀ ਜੈ ਜੈਕਾਰ ਸੰਸਾਰ ਕਰਨ ਨੂੰ ਹਟਦਾ ਨਹੀਂ ਹੈ। ਅੱਜ ਤਾਂ ਹੀ ਦੁਨੀਆ ਭਗਤਾਂ ਨੂੰ ਚੇਤੇ ਕਰਦੀ ਹੈ, ਸੰਤਾਂ ਨੂੰ ਚੇਤੇ ਕਰਦੀ ਹੈ, ਮਹਾਤਮਾ ਨੂੰ ਚੇਤੇ ਕਰਦੀ ਹੈ। ਇਹ ਜਿਹਨਾਂ ਦੀ ਤੁਸੀਂ ਯਾਦ ਮਨਾਉਣ ਵਾਸਤੇ ਬੈਠੇ ਹੋ, ਇਹਨਾਂ ਨੇ ਨਾਮ ਜਪਿਆ, ਨਾਮ ਜਪਿਆ, ਸਾਲ ਬਾਅਦ ਪ੍ਰੇਮੀ ਆ ਕੇ ਉਹਨਾਂ ਦੀ ਯਾਦ ਮਨਾਉਂਦੇ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹ ਮਹੀਨਾ ਚੱਲ ਰਿਹਾ, ਸਾਹਿਬਾਂ ਦੇ ਕਸ਼ਟਾਂ ਭਰਿਆ ਮਹੀਨਾ, ਸਾਰਾ ਪਰਿਵਾਰ ਇਸ ਮਹੀਨੇ ਵਿੱਚ ਉਜੜ ਗਿਆ ਸੀ। ਸਾਹਿਬਾਂ ਦੇ ਨਾਲ ਜੋ ਸਮਾਂ ਬੀਤਿਆ ਤੁਸੀਂ ਸਾਰੇ ਜਾਣਦੇ ਹੋ। ਅੱਜ ਉਹਨਾਂ ਨੂੰ ਦੁਨੀਆ ਚੇਤੇ ਕਰ ਕਰਕੇ ਰੋਂਦੀ ਹੈ, ਯਾਦ ਕਰਦੇ ਆ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਚੇਤੇ ਕੀਤਾ ਉਹਨਾਂ ਨੂੰ ਸਾਰੀ ਦੁਨੀਆ ਚੇਤੇ ਕਰਦੀ ਹੈ, ਜਿਨ੍ਹਾਂ ਨੇ ਪਰਮੇਸ਼ੁਰ ਦਾ ਬੈਰ ਕੀਤਾ ਉਹਨਾਂ ਨਾਲ ਅੱਜ ਤੱਕ ਦੁਨੀਆ ਬੈਰ ਕਰੀ ਜਾਂਦੀ ਹੈ। ਹਰਨਾਕਸ਼ ਨੇ ਇੱਕੋ ਵਾਰ ਭਗਵਾਨ ਨਾਲ ਬੈਰ ਕੀਤਾ, ਅੱਜ ਤੱਕ ਦੁਨੀਆ ਉਹਦੀ ਬੈਰੀ ਹੈ। ਤ੍ਰੇਤੇ ਯੁੱਗ ਵਿੱਚ ਰਾਵਣ ਨੇ ਭਗਵਾਨ ਰਾਮ ਜੀ ਮਹਾਰਾਜ ਨਾਲ ਬੈਰ ਕੀਤਾ, ਅੱਜ ਤੱਕ ਦੁਨੀਆ ਰਾਵਣ ਨੂੰ ਮਾੜਾ ਗਿਣਦੀ ਹੈ, ਸਾਲ ਬਾਅਦ ਉਹਨੂੰ ਮਾੜਾ ਗਿਣਦੇ ਆ। ਦੁਆਪਰ ਯੁੱਗ ਦੇ ਵਿੱਚ ਕੰਸ ਨੇ ਭਗਵਾਨ ਕ੍ਰਿਸ਼ਨ ਨਾਲ ਬੈਰ ਕੀਤਾ, ਅੱਜ ਤੱਕ ਦੁਨੀਆ ਕੰਸ ਨੂੰ ਮਾੜਾ ਹੀ ਕਹਿੰਦੀ ਹੈ। ਕਲਯੁੱਗ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਔਰੰਗਜ਼ੇਬ ਨੇ ਬੈਰ ਕੀਤਾ, ਅੱਜ ਦੁਨੀਆ ਦੇ ਲੋਕ ਔਰੰਗਜ਼ੇਬ ਨੂੰ ਦੂਜੇ ਧਰਮ ਵੀ ਮਾੜਾ ਕਹਿੰਦੇ ਆ। ਸਿੱਖਾਂ ਨੇ ਤਾਂ ਕਹਿਣਾ ਹੀ ਆ, ਦੂਜੇ ਧਰਮ ਵੀ ਮਾੜਾ ਕਹਿੰਦੇ ਆ। ਕਾਦੀਆਂ ਦੇ ਵਿੱਚ ਮੁਸਲਮਾਨਾਂ ਦੀ ਇੱਕ ਸ਼ਰ੍ਹਾ ਚੱਲਦੀ, ਸੰਪਰਦਾ ਚੱਲਦੀ ਮੁਸਲਮਾਨਾਂ ਦੀ, ਉਹਨਾਂ ਨੂੰ ਕਾਦੀਆਂ ਵਾਲੇ ਕਹਿੰਦੇ ਆ। ਉਹ ਇਸ ਗੱਲ 'ਤੇ ਹੈ ਕਿ ਸਾਰਿਆਂ ਨਾਲ ਪ੍ਰੇਮ ਕਰੋ, ਪ੍ਰੇਮ ਦੀ ਭਾਵਨਾ ਨਾਲ ਰਹੀਏ। ਉਹ ਸਿੱਖ ਧਰਮ ਵਾਲਿਆਂ ਨੂੰ ਵੀ ਸੱਦਦੇ ਆ, ਦੂਜਿਆਂ ਨੂੰ ਵੀ ਸੱਦਦੇ ਆ। ਪਿੱਛੇ ਜੇ ਉਹਨਾਂ ਨੇ ਵਿਚਾਰ ਕੀਤੀ ਸੀ, ਸਿੱਖਾਂ ਨੂੰ ਇਹ ਕਿਹਾ ਸੀ ਵੀ ਜੋ ਪਿੱਛੇ ਹੋ ਚੁੱਕਿਆ ਹੋ ਚੁੱਕਿਆ, ਜਿਹੜਾ ਹੁਣ ਆਪਾਂ ਪਿਛਲਾ ਭੁਲਾ ਕੇ ਫਿਰ ਆਪਾਂ ਉਸੇ ਤਰ੍ਹਾਂ ਫਿਰ ਪ੍ਰੇਮ ਪਿਆਰ ਨਾਲ ਰਹੀਏ, ਵੈਰ ਦੀ ਭਾਵਨਾ ਅੰਦਰੋਂ ਗਵਾ ਦਈਏ, ਪਿਛਲੀਆਂ ਗੱਲਾਂ ਨੂੰ ਆਪਾਂ ਭੁਲਾ ਦਈਏ। ਪਰ ਸਿੱਖਾਂ ਦਾ ਅੱਗੇ ਜਵਾਬ ਸੀ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨਾਲ ਹੋਈ ਭੁੱਲ ਜਾਂਦੀ ਹੈ, ਵੀ ਕਿਸੇ ਦੇ ਬੱਚਿਆਂ ਨੂੰ ਕੋਈ ਮਾਰ ਦੇਵੇ ਭੁੱਲ ਜਾਂਦੀ ਹੈ, ਜਦੋਂ ਕੋਈ ਖੁਸ਼ੀ ਦਾ ਦਿਨ ਆਉਂਦਾ ਚੇਤੇ ਆਉਂਦੇ ਆ। ਕਿਸੇ ਦੀ ਮਾਤਾ ਨੂੰ ਕੋਈ ਮਾਰ ਦੇਵੇ, ਜਦੋਂ ਸਮਾਂ ਕੁਝ ਦਿਆ ਵਿਆਹ ਸ਼ਾਦੀ ਆਉਂਦਾ ਉਹਨੂੰ ਚੇਤੇ ਕਰਦੇ ਆ। ਇਸੇ ਤਰ੍ਹਾਂ ਉਹ ਤਾਂ ਸਿੱਖ ਕੌਮ ਨੂੰ ਭੁੱਲ ਹੀ ਨਹੀਂ ਸਕਦਾ, ਆਉਣ ਵਾਲੀਆਂ ਪੀੜ੍ਹੀਆਂ ਜਿੰਨੀਆਂ ਮਰਜ਼ੀ ਬੀਤ ਜਾਣ, ਸਿੱਖਾਂ ਨੇ ਜਵਾਬ ਦਿੱਤਾ ਕਿ ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਹੈ। ਜਦੋਂ ਇੱਕ ਪਰਿਵਾਰ ਆਪਣੇ ਪਰਿਵਾਰ ਦੇ ਸੰਬੰਧੀਆਂ ਨੂੰ ਗਿਆ ਨਹੀਂ ਭੁੱਲ ਸਕਦਾ। ਇੱਕ ਸਾਡੇ ਧਰਮ ਦੇ ਆਗੂ ਜਿਨ੍ਹਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ, ਸਿਰਫ ਧਰਮ ਦੀ ਪੌੜੀ, ਧਰਮ ਦੇ ਰਸਤੇ 'ਤੇ ਤੁਰੇ, ਉਹਨਾਂ ਨੂੰ ਤਕਲੀਫਾਂ ਦਿੱਤੀਆਂ, ਜੋ ਕੁਛ ਕੀਤਾ, ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ, ਧਰਮ ਦੇ ਉੱਤੇ ਆਉਣ ਵਾਲੇ ਪੁਰਖ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰਦੇ। ਇਸੇ ਤਰ੍ਹਾਂ ਜਿਨ੍ਹਾਂ ਨੇ ਭਗਤਾਂ ਨਾਲ ਬੈਰ ਕੀਤਾ, ਸੰਸਾਰ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ। ਤਾਂ ਸਤਿਗੁਰੂ ਜੀ ਕਹਿੰਦੇ, ਹਰ ਜੀ ਇਹ ਤੇਰੀ ਵਡਿਆਈ, ਇਹ ਮਹਾਰਾਜ ਤੁਹਾਡੀ ਵਡਿਆਈ ਹੈ ਜੀ, ਇਹ ਨਿਰੰਕਾਰ ਇਹ ਤੁਹਾਡੀ ਵਡਿਆਈ ਹੈ ਮਹਾਰਾਜ। ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ। ਮਹਾਰਾਜ ਤੁਸੀਂ ਪੈਜ ਰੱਖਦੇ ਹਾਂ ਤਾਂ ਤੁਹਾਡੀ ਭਗਤ ਤੁਹਾਡੀ ਸਰਨ ਵਿੱਚ ਰਹਿੰਦੇ ਆ, ਇਹ ਤੁਹਾਡੀ ਸਰਨ ਤੋਂ ਉਰੇ ਪਰੇ ਹੁੰਦੇ ਹੀ ਨਹੀਂ, ਹਰ ਵੇਲੇ ਤੁਹਾਨੂੰ ਨਾਲ ਰੱਖਦੇ ਆ, ਕਦੀ ਵੀ ਤੁਹਾਡਾ ਚੇਤਾ ਨਹੀਂ ਭੁਲਾਉਂਦੇ। ਜਿਹਨਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸੰਤ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਮਨਮੁੱਖਾਂ ਦੀ ਦਸ਼ਾ ਦੱਸੀ ਹੈ। ਭਗਤਾਂ ਨੂੰ ਜਮ ਜੋਹੇ ਨਾ ਸਾਕੇ, ਇਹ ਤੋਂ ਬਾਅਦ ਵਿੱਚ ਮਨਮੁੱਖਾਂ ਦੀ ਕਾਲ ਨਾ ਨੇੜੇ ਜਾਈ, ਭਗਤਾਂ ਦੇ ਨੇੜੇ ਜਮ ਜਾ ਨਹੀਂ ਸਕਦਾ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਰਾਜਾ ਸਾਰੀ ਜਗ੍ਹਾ 'ਤੇ ਤਾਂ ਨਹੀਂ ਜਾ ਸਕਦਾ, ਰਾਜੇ ਦਾ ਨਾਮ ਸਾਰੀ ਜਗ੍ਹਾ 'ਤੇ ਚੱਲਦਾ। ਹਿੰਦੁਸਤਾਨ ਦਾ ਰਾਜਾ ਹੈ ਜਾਂ ਬਾਕੀ ਮੁਲਕਾਂ ਦੇ ਰਾਜੇ ਹੈ, ਉਹ ਰਾਜਾ ਇਕੱਲੇ ਇਕੱਲੇ ਦੇ ਘਰ ਤਾਂ ਨਹੀਂ ਪਹੁੰਚ ਸਕਦਾ, ਉਹ ਰਾਜੇ ਦੇ ਨਾਮ ਚੱਲਦਾ ਹੈ। ਉਹ ਕਿਸੇ ਨੂੰ ਆਪਣਾ ਨਾਮ ਦੇ ਦੇਵੇ, ਕਾਰਡ 'ਤੇ ਲਿਖ ਕੇ ਆਪਣਾ ਕਾਰਡ ਦੇ ਦੇਵੇ,
ਉਹ ਜਿੱਥੇ ਵੀ ਸਰਕਾਰੀ ਦਰਬਾਰੇ ਚੁ ਕਿਤੇ ਉਹਨੂੰ ਕੋਈ ਕੁਛ ਕਹੂਗਾ ਨਹੀਂ। ਇੱਕ ਨਾਮ ਹੈ, ਇੱਕ ਕਾਰਡ ਹੈ, ਜਿਹਦੇ ਨਾਮ ਨੂੰ ਸੁਣ ਕੇ ਧਰਮ ਰਾਜਾ ਵੀ ਡਰਦਾ, ਧਰਮ ਰਾਜੇ ਦੇ ਦੂਤ ਵੀ ਡਰਦੇ ਆ। ਕਾਲ ਉਹਨਾਂ ਦੇ ਨੇੜੇ ਨਹੀਂ ਜਾਂਦਾ, ਨਿਰੰਕਾਰ ਦਾ ਨਾਮ ਸੁਣ ਕੇ ਹੀ। ਭਗਤਾਂ ਨੂੰ ਜੰਮ ਜੋਹੇ ਨਾ ਸਕੇ, ਕਾਲ ਨਾ ਨੇੜੇ ਜਾਈ। ਦੂਤ ਦੇ ਬੜੇ ਦੂਤਾਂ ਨੇ ਧਰਮ ਰਾਜਾ ਜਨਕ ਜੀ ਨੂੰ ਬੜੇ ਸਤਿਕਾਰ ਨਾਲ ਵਿਵਾਨ ਵਿੱਚ ਲੈ ਕੇ ਗਏ। ਦੋ ਪੱਖ ਨੇ, ਇੱਕ ਉਤਰਾਇਣ ਪੱਖ ਹੈ, ਇੱਕ ਦਖਣਾਇਣ ਪੱਖ ਹੈ। ਹੁਣ ਦਖਣਾਇਣ ਪੱਖ ਖਤਮ ਹੋ ਗਿਆ, ਉਤਰਾਇਣ ਪੱਖ ਸ਼ੁਰੂ ਹੋ ਗਿਆ। ਇਸ ਉਤਰਾਇਣ ਪੱਖ ਦੇ ਵਿੱਚ ਜਿਹੜੇ ਮਹਾਤਮਾ ਲੋਕ ਜ਼ਿਆਦਾ ਜਾਂਦੇ, ਦਖਣਾਇਣ ਪੱਖ ਦੇ ਵਿੱਚ ਰਾਜਾ ਜਨਕ ਜੀ ਨੂੰ ਉਹਦੇ ਵਿੱਚ ਜਾਣਾ ਪਿਆ। ਦੱਖਣ ਨੂੰ ਮੂੰਹ ਇਸੇ ਕਰਕੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਕਰਕੇ ਪਾਠੀ ਸਿੰਘ ਪਾਠ ਨਹੀਂ ਕਰਦੇ। ਦੱਖਣ ਦੀ ਹਵਾ ਸਭ ਤੋਂ ਮਾੜੀ ਗਿਣੀ ਹੈ, ਬਿਮਾਰੀਆਂ ਪੈਂਦੀਆਂ ਨੇ, ਮਨੁੱਖਾਂ ਨੂੰ ਪੈਂਦੀਆਂ ਨੇ, ਫਸਲਾਂ ਨੂੰ ਪੈਂਦੀਆਂ ਨੇ। ਦੱਖਣ ਦੀ ਹਵਾ ਵਗ ਜਾਵੇ, ਬਹੁਤ ਮਾੜੀ ਗਿਣਦੇ ਆ। ਇਸ ਕਰਕੇ ਦੱਖਣ ਵਿੱਚ ਜਿਹੜੇ ਸਾਰੇ ਕੁੰਡ ਨਰਕਾਂ ਦੇ ਸਾਰੇ ਦੱਖਣ ਦੀ ਸਾਈਡ 'ਤੇ ਹਨ। ਇਹ 6 ਮਹੀਨੇ ਦਖਣਾਇਣ ਪੱਖ ਲੰਮੀ ਚੌੜੀ ਇਹਦੀ ਵਿਆਖਿਆ ਹੈ, ਸਮਾਂ ਨਹੀਂ ਹੈ। ਭੀਸ਼ਮ ਪਤਾਮਾ ਜੀ 18 ਦਿਨ ਉਤਰਾਇਣ ਪੱਖ ਨੂੰ ਆਉਣੇ ਰਹਿੰਦੇ ਸੀ, ਅੱਜ ਕੱਲ੍ਹ ਉਹਨਾਂ ਨੇ ਸਰੀਰ ਛੱਡਿਆ। ਉਹ 18 ਦਿਨ ਇਸੇ ਪੱਖ ਕਰਕੇ ਬੈਠੇ ਰਹੇ ਕਿ ਅਸੀਂ ਕਿਸੇ ਦਾ ਦੁੱਖ ਦੇਖ ਨਹੀਂ ਸਕਦੇ। ਮਹਾਂਪੁਰਸ਼ ਜਿਹੜੇ ਮਰਜ਼ੀ ਪੱਖ ਸਰੀਰ ਛੱਡ ਦੇਣ, ਉਹਨਾਂ ਦੀ ਆਪਣੀ ਮੌਜ ਹੈ। ਤਾਂ ਜਦੋਂ ਫਿਰ ਰਾਜਾ ਜਨਕ ਜੀ ਗਏ, ਬੜੀ ਹਾਹਾ ਕੁਰਲਾਟ ਹੁੰਦੀ ਹੈ, ਬੜਾ ਰੌਲਾ ਪੈਂਦਾ। ਜਦੋਂ ਰਾਜਾ ਜਨਕ ਜੀ ਲੰਘਣ ਲੱਗ ਗਏ, ਸ਼ਾਂਤ ਹੋ ਗਏ। ਪੁੱਛਣ ਲੱਗੇ ਦੂਤਾਂ ਨੂੰ, ਰੁਕੋ ਭਾਈ, ਇੱਥੇ ਜਦੋਂ ਅਸੀਂ ਆਏ ਸੀ ਬੜਾ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਸੀ, ਇਹ ਹੁਣ ਕੀ ਗੱਲ ਹੋਈ? ਕਹਿੰਦੇ ਜੀ ਮਹਾਰਾਜ, ਤੁਹਾਡੇ ਸਰੀਰ ਨਾਲੋਂ ਛੋਹ ਕੇ ਹਵਾ ਗਈ ਹੈ। ਸਾਰੇ ਜੀਵ ਸ਼ਾਂਤ ਹੋ ਗਏ। ਕਹਿੰਦੇ ਜੀ ਮੇਰੇ ਜਾਣਨਾ ਇੱਥੇ ਕੌਣ ਹੈ? ਕਹਿੰਦੇ ਜੀ ਸਾਰੇ ਨਰਕ ਇੱਧਰ ਹੀ ਆ। ਕਹਿਣ ਲੱਗੇ ਜੇ ਮੇਰੇ ਆਉਣਾ, ਇੰਨੇ ਜੀਵ ਸ਼ਾਂਤ ਹੋ ਗਏ, ਫਿਰ ਮੈਂ ਕੰਮ ਮੈਨੂੰ ਕਿੱਥੇ ਨੂੰ ਲੈ ਕੇ ਚੱਲੇ ਹਾਂ? ਉਹ ਕਹਿੰਦੇ ਜੀ ਸੱਚਖੰਡ ਵਿੱਚ। ਕਹਿੰਦੇ ਮੈਂ ਸੱਚਖੰਡ ਵਿੱਚ ਕੀ ਜਾ ਕੇ ਲੈਣਾ? ਤੁਸੀਂ ਮੈਨੂੰ ਇੱਥੇ ਹੀ ਲਾ ਦਿਓ, ਜਾਓ, ਮੈਂ ਜਾਣਾ ਨਹੀਂ ਹੈ। ਰਾਜਾ ਜਨਕ ਜੀ ਨੇ ਜਵਾਬ ਦੇ ਦਿੱਤਾ। ਦੂਤਾਂ ਨੇ ਜਾ ਕੇ ਭਗਵਾਨ ਅੱਗੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਭਗਤਾਂ ਨੂੰ ਲੈ ਕੇ ਆਉਂਦੇ ਸੀ, ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੀ ਆਉਣਾ ਨਹੀਂ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਜਾਂ ਤਾਂ ਇਹਨਾਂ ਨੂੰ ਵੀ ਕੱਢੋ, ਨਹੀਂ ਤਾਂ ਮੈਂ ਵੀ ਇੱਥੇ ਬਹਿ ਜਾਣਾ। ਇਹ ਹਾਹਾ ਕਰਲਾਟ ਸਾਡੇ 'ਤੇ ਨਹੀਂ ਸੁਣੀ ਜਾਂਦੀ। ਧਰਮ ਰਾਏ ਨੂੰ ਆਖਿਓ, ਧਰਮ ਰਾਜਾ ਸਾਹਮਣੇ ਆ ਕੇ ਪੇਸ਼ ਹੋਇਆ, ਧਰਮ ਰਾਜੇ ਨੂੰ ਸੱਦਿਆ। ਧਰਮ ਰਾਏ ਨੂੰ ਆਖਿਓ, ਸਭਨਾਂ ਦੀ ਕਰਬੰਦ ਖਲਾਸੀ ਹੈ, ਸਾਰੇ ਛੱਡ ਦੇ। ਧਰਮ ਰਾਜ ਨੇ ਬੇਨਤੀ ਕੀਤੀ, ਬੇਨਤੀ ਕਰੇ ਧਰਮ ਰਾਏ, ਰਾਜਾ ਜਨਕ ਜੀ ਨੂੰ ਧਰਮ ਰਾਜਾ ਨੇ ਬੇਨਤੀ ਕੀਤੀ। ਹਾਂ ਸੇਵਕ ਠਾਕੁਰ ਅਵਨਾਸੀ, ਮੈਂ ਤਾਂ ਮਹਾਰਾਜ ਪਰਮੇਸ਼ਰ ਨਿਰੰਕਾਰ ਦਾ ਸੇਵਾਦਾਰ ਹਾਂ, ਮੈਨੂੰ ਉਹਨਾਂ ਨੇ ਬਹਾਲਿਆ, ਮੈਨੂੰ ਕਹਿ ਦੇਣ ਕੱਢਣੇ ਮੈਂ ਕੱਢ ਦੇਣੇ, ਮੈਨੂੰ ਕਹਿ ਦੇਣ ਬੰਨ ਦੇ ਮੈਂ ਬੰਨ ਦੇਣੇ, ਮੇਰੇ ਆਪਣੇ ਬੱਸ ਦੀ ਗੱਲ ਨਹੀਂ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਜੀ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾਇਆ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਦਾ ਪਵਿੱਤਰ ਜਨਮ ਦਿਹਾੜਾ ਹੁਣ ਵੀ ਉਸ ਅਸਥਾਨ ਤੋਂ ਜਾਂਦੀਆਂ ਨੇ ਸੰਗਤਾਂ, ਹੁਣ ਵੀ ਉੱਥੇ ਅਖੰਡ ਪਾਠ ਰੱਖੇ ਜਾਂਦੇ, ਉਹੀ ਮਰਯਾਦਾ ਚੱਲਦੀ ਹੈ। ਸਾਲ ਬਾਅਦ ਜਾਣਾ ਅਤੇ ਉੱਥੇ ਅਖੰਡ ਪਾਠ ਰਖਾਉਣਾ। ਗੁਰੂ ਅਮਰਦਾਸ ਮਹਾਰਾਜ ਦਾ ਜਨਮ ਦਿਨ ਪਹਿਲਾਂ ਮਨਾਉਂਦੇ ਨਾ ਸੀ, ਸੰਤ ਬਾਬਾ ਜਵਾਲਾ ਸਿੰਘ ਜੀ ਨੇ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਸ਼ੁਰੂ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਦਿਨ ਮਨਾਉਣਾ। ਉੱਥੇ ਬੌਲੀ ਵਿੱਚ 84 ਪਾਠ ਅਤੇ 84 ਚੁੰਬੇ ਮਾਰ ਕੇ 84 ਪਾਠ ਕੀਤੇ ਜਾਂਦੇ ਜੀ, 84 ਕੱਟੀ ਜਾਂਦੀ ਹੈ ਇੱਕ ਪੌੜੀ 'ਤੇ, 1,00,000 ਜੂਨ ਕੱਟੀ ਜਾਂਦੀ। 84 ਵਾਰ ਨਹਾਉਣਾ ਅਤੇ 84 ਜਪਜੀ ਸਾਹਿਬ ਦੇ ਪਾਠ ਕਰਨੇ, ਅਤੇ ਕਈਆਂ ਨੂੰ ਤਾਂ ਸੰਤ ਮਹਾਰਾਜ ਜੀ ਹਰਖੋਵਾਲੀਏ ਇੱਦਾਂ ਕਹਿ ਦਿੰਦੇ ਸੀ, 1 ਪੌੜੀ 'ਤੇ 1 ਵਾਰ ਮੂਲ ਮੰਤਰ ਕਰਕੇ ਚੜ੍ਹਿਓ, ਸਾਧ ਕੇ ਸੰਗ ਨਹੀਂ ਕੁਛ ਕਾਲ, ਜਿਹਦੀ ਮਰਜ਼ੀ 84 ਕੱਟ ਦੇਣ। ਉੱਥੇ ਸੇਵਾਦਾਰ 84 ਕੱਟਣ ਵਾਸਤੇ ਵਿੱਚ ਬੜੇ ਹੋਏ ਸਨ, ਜਪਜੀ ਸਾਹਿਬ ਦੇ ਪਾਠ ਕਰਦੇ ਸਨ, ਸੰਤ ਮਹਾਰਾਜ ਜੀ ਕਰਾਉਂਦੇ ਹੁੰਦੇ ਸਨ। 84 1 ਪੌੜੀ 'ਤੇ 1,00,000 ਜੂਨ ਕੱਟੀ ਜਾਣੀ ਹੈ। ਦੇਖੋ ਕਿੰਨਾ ਟਾਈਮ ਲੱਗਦਾ, ਕਿੰਨੀ ਜੂਨ ਕੱਟਣੀ, 84 ਬੜੀ ਔਖੀ ਹੈ। ਗੁਰੂਆਂ ਨੇ ਸਾਡੇ ਵਾਸਤੇ ਬੜਾ ਸੌਖੇ ਸਾਧਨ ਕਰ ਦਿੱਤੇ। ਇੱਕ ਬਜ਼ੁਰਗ ਆ ਕੇ ਸੰਤ ਮਹਾਰਾਜ ਜੀ ਹਰਖੋਵਾਲੀਆਂ ਨੂੰ ਪੁੱਛਣ ਲੱਗਾ, ਕਹਿੰਦਾ ਮਹਾਰਾਜ ਇਹ ਜਿਹੜੇ ਬੰਦੇ ਵਿੱਚ ਬੜੇ ਆ, 84 ਕੱਟੀ ਜਾਊਗੀ ਜੀ? ਕਹਿੰਦੇ ਹਾਂ ਕੱਟੀ ਜਾਣੀ ਹੈ। ਕਹਿੰਦੇ ਜੇ ਮਹਾਰਾਜ ਨਾ ਕੱਟੀ ਗਈ ਜੀ, ਉਹ ਬਜ਼ੁਰਗ ਮੋਰਿਓਂ ਕਹਿੰਦਾ ਜੇ ਨਾ ਕੱਟੀ ਗਈ, ਸੰਤ ਮਹਾਰਾਜ ਜੀ ਹਰਖੋਵਾਲੀਏ ਕਹਿੰਦੇ ਧਰਮ ਰਾਜਾ ਚੱਕ ਕੇ ਬਦਲ ਦੇਵਾਂਗੇ, ਉਹ ਧਰਮ ਰਾਜਾ ਸੁਖਿਆ ਨਹੀਂ ਹੋਇਆ ਸਾਨੂੰ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਉਹ ਤਾਂ ਰਹਿੰਦੀ ਦੁਨੀਆਂ ਤੱਕ ਕੰਮ ਕਰੇਗਾ। ਅੱਜ ਵੀ ਕੋਈ ਉਹਨਾਂ ਦੇ ਬਚਨ ਨਾਲ 84 ਪਾਠ ਕਰੂਗਾ, 84 ਕੱਟੀ ਜਾਊਗੀ, 84 ਜੂਨ ਵਿੱਚ ਨਹੀਂ ਪਵੇਗਾ, ਜੂਨਾਂ ਵਿੱਚ ਭਟਕੇਗਾ ਨਹੀਂ। ਕਿੰਨਾ ਸੌਖਾ ਕੰਮ ਹੈ। ਤਾਂ ਸਤਿਗੁਰੂ ਜੀ ਨੇ ਕਿਹਾ, ਹਰਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ। ਭਗਤਾਂ ਨੂੰ ਜਮ ਜੋਹੇ ਨਾ ਸਕੇ, ਕਾਲ ਨਾ ਨੇੜੇ ਜਾਈ। ਕਾਲ ਕਿਉਂ ਨਹੀਂ ਜਾਂਦਾ ਨੇੜੇ, ਕੇਵਲ ਰਾਮ ਨਾਮ ਮਨ ਵਸਿਆ।
ਉਹਨਾਂ ਦੇ ਅੰਦਰ ਮਨ ਦੇ ਵਿੱਚ ਸੰਸਾਰੀ ਗੱਲ ਕੋਈ ਨਹੀਂ, ਕਿਸੇ ਚੀਜ਼ ਨਾਲ ਬੱਝੇ ਨਹੀਂ ਹੋਏ। ਤੁਸੀਂ ਚੀਜ਼ਾਂ ਇਕੱਠੀਆਂ ਕਰੀ ਜਾਓ, ਪੰਡ ਬੰਨ ਲਓ, ਕਿਸੇ ਜਾਨਵਰ ਨੂੰ ਫੜ ਲਓ, ਉਹਦੀ ਲੱਤਾਂ ਦਾ ਰੱਸੀ ਪਾ ਕੇ ਇੱਕ ਇੱਟ ਬੰਨ ਦਿਓ, ਜਾਨਵਰ ਨੂੰ ਕਹਿ ਵੀ ਉੱਡ ਜਾ, ਜਿੰਨਾ ਮਰਜ਼ੀ ਡੰਡਾ ਮਾਰੀ ਜਾਓ, ਉੱਡਦਾ ਨਹੀਂ ਹੈ। ਇਸੇ ਤਰ੍ਹਾਂ ਮਨੁੱਖ ਨੇ ਆਪਣੇ ਨਾਲ ਭਾਰ ਬੰਨਿਆ ਹੋਇਆ, ਕੁਛ ਪਾਪ ਕਰਮਾਂ ਦਾ ਭਾਰ ਬੰਨ ਲਿਆ, ਕੁਛ ਪਰਿਵਾਰਾਂ ਦਾ ਭਾਰ ਬੰਨ ਲਿਆ। ਬੰਨ ਅਠਾਈ ਪੋਟੜੀ ਕਿੱਥੇ ਬੰਜਾਂ ਕੱਤ, ਫਿਰ ਗੱਲ ਪਾਥਰ ਕੈਸੇ ਤਰਿਆ ਥਾ, ਗਲ ਨੂੰ ਪੱਥਰ ਬੰਨ ਲੈ, ਜੇ ਕੋਈ ਕਹਿ ਮੈਂ ਸਮੁੰਦਰ ਤਰ ਜੂੰਗਾ, ਨਹੀਂ ਤਰਿਆ ਜਾ ਸਕਦਾ। ਇਸ ਕਰਕੇ ਇਹਨੂੰ ਸਤਿਗੁਰੂ ਜੀ ਕਹਿੰਦੇ ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਜਿਹੜੇ ਨਾਮ ਨਾਲ ਜੁੜ ਗਏ ਉਹ ਸੰਸਾਰ ਤੋਂ ਆਪੇ ਪਿੱਛੇ ਹਟ ਗਏ, ਸੰਸਾਰ ਨਾਲ ਨਾਤਾ ਜੁੜ ਗਿਆ। ਦੋ ਚੀਜ਼ਾਂ ਦਾ ਤੱਖਾ ਤਿੱਖਾ ਵਿਰੋਧ ਚੱਲਿਆ ਆਉਂਦਾ, ਹੋਮੇ ਦਾ ਤਾਂ ਨਾਵੇ ਦਾ ਵਿਰੋਧ ਹੈ, ਜਿੰਨਾ ਚਿਰ ਅੰਦਰ ਹੋਮੇ ਹੈ ਤਾਂ ਨਾਵ ਅੰਦਰ ਵੜਨਾ ਨਹੀਂ ਹੈ। ਜਿੱਦਾਂ ਧੁੱਪ ਛਾਂ ਦਾ ਤਿੱਖਾ ਵਿਰੋਧ ਹੈ, ਕੌੜੇ ਮਿੱਠੇ ਦਾ ਤਿੱਖਾ ਵਿਰੋਧ ਹੈ, ਅਤੇ ਗਰਮੀ ਸਰਦੀ ਦਾ ਤਿੱਖਾ ਵਿਰੋਧ ਹੈ, ਇਸੇ ਤਰ੍ਹਾਂ ਹੋਮੇ ਦਾ ਅਤੇ ਨਾਵੇ ਦਾ ਵੀ ਵਿਰੋਧ ਹੈ। ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਉਹਨਾਂ ਦੇ ਅੰਦਰ ਫਿਰ ਹੋਮੇ ਆਉਂਦੀ ਨਹੀਂ ਹੈ। ਉਹ ਸੰਸਾਰ ਵਿੱਚ ਸਭ ਤੋਂ ਨੀਵੇਂ, ਬ੍ਰਹਮ ਗਿਆਨੀ ਊਚ ਅਤੇ ਉੱਚਾ, ਮਨ ਆਪਣੇ ਹੈ ਸਭ ਤੋਂ ਨੀਚਾ, ਸਾਰਿਆਂ ਤੋਂ ਨੀਵੇਂ ਰਹਿਣਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰਬ ਬੂਝਿਆ ਮੀਤ ਹਮਾਰਾ ਸੋਏ। ਆਪਸ ਕੋ ਜੋ ਜਾਣੇ ਨੀਚਾ, ਸੌ ਗਣੀਆਂ ਸਭ ਤੇ ਉੱਚਾ। ਅੱਜ ਕਿਸੇ ਨੂੰ ਪੁੱਛੋ ਕਿ ਨੀਚਾ ਕਹਾਉਂਦਾ, ਸਾਧ ਸੰਗਤ ਗਿਆਨ ਵੰਡਦੇ ਜ਼ਿਆਦੇ ਲੈਂਦਾ ਕੋਈ ਘੱਟੇ ਹੀ ਆ, ਸਾਰਿਆਂ ਦੇ ਕੋਲ ਵਾਧੂ ਹੀ ਆ। ਜੋ ਸਿੱਖ ਕੌਮ ਜਿੰਨਾ ਹੁਣ ਲੜ ਰਹੀ, ਕੋਈ ਕੌਮ ਲੜਦੀ ਹੈ? ਮਾਰੋ ਨਿਗਾਹ ਆਪਣੀ ਕੌਮ ਦੇ ਅੰਦਰ ਕੀ ਹਾਲ ਹੋਇਆ ਫਿਰਦਾ ਹੈ। ਸਭ ਆਪਣਾ ਆਪਣਾ ਗਿਆਨ ਚੱਕੀ ਫਿਰਦੇ, ਮਹਾਤਮਾ ਦੀ ਸੰਗਤ ਤੋਂ ਬਿਨਾਂ, ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ, ਦੁੱਧਾਂ ਬਾਜ ਨਹੀਂ ਰਿੱਝਦੀ ਖੀਰ ਮੀਆਂ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ, ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਜੋ ਬਚਨ ਕੀਤੇ ਸਨ, ਸਾਰੇ ਜੀਵਨ ਉਹ ਬਚਨ ਨਿਭਾ ਗਏ। ਛੋਟੀ ਉਮਰ ਵਿੱਚ ਹੀ ਬਚਨ ਕਰ ਦਿੱਤੇ ਸਨ, ਉਹ ਬਚਨ ਸਾਰਾ ਜੀਵਨ ਨਿਭਾ ਗਏ। ਉਹ ਜੀਵਨ ਮਹਾਤਮਾ ਪੁਰਖ ਹੀ ਕਿਰਪਾ ਕਰ ਦੇਣ ਤਾਂ ਮਨੁੱਖ ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਰਿੱਧੀਆਂ ਸਿੱਧੀਆਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਜੋ ਹਰ ਹਿਰਦੇ ਸਦਾ ਵਸਾਏ, ਉਹ ਰਿੱਧੀਆਂ ਸਿੱਧੀਆਂ ਵੱਲ ਨੂੰ ਦੇਖਦੇ ਨਹੀਂ ਆ, ਅੱਗੇ ਪਿੱਛੇ ਤੁਰੀਆਂ ਫਿਰਦੀਆਂ, ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ। ਰਿੱਧ ਸਿੱਧ ਸਭ ਤਾਂ ਭਗਤਾਂ ਚਰਨੀ ਲਾਗੀ, ਗੁਰ ਕੇ ਸਹਿਜ ਸਪਾਈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ, ਮਨਮੁੱਖ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਆ। ਦੁਨੀਆਂ ਦੇ ਇਤਿਹਾਸ ਦੇ ਅੰਦਰ ਨਿਗਾਹ ਮਾਰੋ ਸਾਧ ਸੰਗਤ, ਦਰੋਪਦੀ ਦੀ ਲਾਜ ਰੱਖੀ ਭਗਵਾਨ ਕ੍ਰਿਸ਼ਨ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਵਸਤਰ ਦੀਨ ਵੋ ਸਾਜ, ਸੋਧਾਮਾ ਅਪਦਾ ਤੇ ਰੱਖਿਆ, ਗਨਕਾ ਪੜਤ ਪੂਰੇ ਤੇ ਕਾਜ। ਭਰੀ ਸਭਾ ਵਿੱਚ ਦਰੋਪਦੀ ਨੂੰ ਨਗਨ ਨਹੀਂ ਕਰ ਸਕੇ, ਦੁਸ਼ਟ ਲੋਕ ਧਾਰਮਿਕ ਲੋਕ ਵੀ ਬੈਠੇ ਸਨ, ਧਾਰਮਿਕ ਲੋਕਾਂ ਨੇ ਰੋਕਣਾ ਸੀ, ਉਹ ਵੀ ਬਹਿ ਗਏ ਚੁੱਪ ਕਰਕੇ। ਫਿਰ ਹੁਣ ਭਗਵਾਨ ਨੂੰ ਇੱਕੋ ਹੀ ਪਰਮੇਸ਼ਰ ਨੂੰ ਅਰਾਧਿਆ, ਮਹਾਰਾਜ ਤੇਰੇ ਤੋਂ ਬਿਨਾਂ ਕੋਈ ਨਹੀਂ ਹੈ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਜਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਬਾਓ। ਜਿੰਨਾ ਚਿਰ ਸੰਸਾਰ ਦਾ ਕੋਈ ਆਸਰਾ, ਉਹਨਾਂ ਚਿਰ ਪਰਮੇਸ਼ਰ ਆਸਰਾ ਕਰਦਾ ਨਹੀਂ। ਕਿਸੇ ਨੂੰ ਧਨ ਦਾ ਆਸਰਾ ਹੈ, ਕਿਸੇ ਨੂੰ ਜ਼ਮੀਨ ਦਾ ਆਸਰਾ ਹੈ, ਕਿਸੇ ਨੂੰ ਭੈਣ ਦਾ, ਭਰਾ ਦਾ, ਕਿਸੇ ਨੂੰ ਮਾਤਾ ਪਿਤਾ ਦਾ, ਇਹ ਆਸਰਿਆਂ ਦੇ ਨਾਲ ਸੰਸਾਰ ਬੱਝਿਆ ਹੋਇਆ। ਜਦ ਸਾਰੇ ਆਸਰੇ ਮਨੁੱਖ ਦੇ ਖਤਮ ਹੋ ਜਾਂਦੇ ਆ, ਫਿਰ ਭਗਵਾਨ ਉਹਨੂੰ ਆਸਰਾ ਦਿੰਦਾ। ਜਿੰਨਾ ਚਿਰ ਕੋਈ ਆਸਰਾ, ਫਿਰ ਭਗਵਾਨ ਨੇੜੇ ਖੜ੍ਹਦਾ ਨਹੀਂ, ਉਹਨੂੰ ਪਤਾ ਇਹਨੂੰ ਕੋਈ ਆਸਰਾ ਹੈ। ਜਦੋਂ ਸਾਰੇ ਆਸਰੇ ਖਤਮ ਹੋਏ ਤਾਂ ਇਹ ਫਿਰ ਮਨਮੁੱਖਾਂ ਨੂੰ ਇਹ ਪ੍ਰਤੀਤ ਨਹੀਂ ਆਉਂਦੀ। ਮਨਮੁੱਖ ਤਾਂ ਹੁਣ ਵੀ ਨਹੀਂ ਜਾਣਦੇ ਕਿ ਪਰਮੇਸ਼ਰ ਹੈ, ਕਈ ਤਾਂ ਬਿਲਕੁਲ ਇਸ ਗੱਲ ਤੋਂ ਅਣਜਾਣ ਹੀ ਨੇ, ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਨਹੀਂ ਭਗਵਾਨ ਹਰ ਸਰਬ ਵਿਆਪਕ ਹੈ, ਹਰੇਕ ਜਗ੍ਹਾ 'ਤੇ ਵਿਆਪਕ ਹੈ, ਉਹਨੂੰ ਕਿਤੇ ਦੂਜੀ ਜਗ੍ਹਾ 'ਤੇ ਹਰ ਸਾਰੀ ਸ੍ਰਿਸ਼ਟੀ ਜਿੱਥੇ ਜਿੱਥੇ ਵੀ ਹੈ, ਪਰਮੇਸ਼ਰ ਸਰਬ ਵਿਆਪਕ ਹੈ। ਦਸਤਕੀਰ ਦੇ ਚੇਲੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਮੂੰਹੋਂ ਸੁਣਿਆ ਲੱਖ ਅਗਾਸਾਂ ਅਗਾਸ ਲੱਖ ਪਤਾਲਾਂ ਪਤਾਲ, ਉਹਦੇ ਸੇਵਕ ਨੇ ਜਾ ਕੇ ਦਸਤਗੀਰ ਪੀਰ ਨੂੰ ਦੱਸਿਆ, ਇੱਕ ਹਿੰਦੂ ਪੀਰ ਬੜਾ ਕੁਫਰ ਤੋਲਦਾ। ਉਹ ਕਹਿਣ ਲੱਗਿਆ, ਕਾਕਾ ਕੁਫਰ ਨਹੀਂ ਕਹੀਦਾ, ਉਹ ਜਿਹੜੇ ਮਹਾਤਮਾ ਨੇ ਲੱਖਾਂ ਦੀ ਗੱਲ ਕੀਤੀ ਆ ਉਹਦੇ ਦਰਸ਼ਨ ਕਰਨੇ ਚਾਹੀਦੇ ਆ। ਕਹਿੰਦਾ ਸਾਡੇ ਗੁਰੂ ਨੇ 14 ਦੱਸੇ ਆ, 7 ਪਤਾਲ 7 ਅਗਾਸ। ਕਹਿੰਦੇ ਕਾਕਾ ਦਰਸ਼ਨ ਕਰਨੇ ਚਾਹੀਦੇ ਅਸੀਂ ਮਹਾਂਪੁਰਖ ਦੇ, ਸਾਡੇ ਪੀਰ ਦੀ 14 ਤੱਕ ਨਿਗਾਹ ਖੁੱਲ੍ਹੀ ਹੈ, ਉਹਦੀ ਲੱਖਾਂ ਤੱਕ ਖੁੱਲ੍ਹੀ ਹੈ, ਹੋ ਸਕਦਾ ਇਹ ਤੋਂ ਵੀ ਅੱਗੇ ਗੱਲਾਂ ਹੋਣ। ਦਰਸ਼ਨ ਕਰਨ ਵਾਸਤੇ ਦਸਤਗੀਰ ਪੀਰ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ ਸੀ। ਨਿਗਾਹ ਹੈ ਜਿੱਥੇ ਜਿੱਥੇ ਪਰਮੇਸ਼ੁਰ, ਪਤਾ ਨਹੀਂ
ਗੁਰੂ ਗ੍ਰੰਥ ਸਾਹਿਬ ਜੀ ਨੇ ਕਰੋੜ ਬ੍ਰਹਿਮੰਡ ਦੱਸੇ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਕਰੋੜ ਬ੍ਰਹਿਮੰਡ ਦੱਸੇ ਹੈ। ਹੋ ਸਕਦਾ ਅੱਗੇ ਤੋਂ ਵੀ ਗੱਲ ਹੋਵੇ, ਗਿਣਤੀ ਕੋਈ ਨਹੀਂ ਹੈ। ਉਹ ਨਿਰੰਕਾਰ ਬੇਸ਼ਮਾਰ ਬੇਅਥਾ ਅਗਣਤ ਅਤੁੱਲੇ, ਜਿਹਦਾ ਕੋਈ ਤੋਲ ਨਾਪ ਨਹੀਂ ਹੈ, ਕੋਈ ਗਿਣਤੀ ਨਹੀਂ ਹੈ। ਇਹ ਗੱਲ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲਿਆਂ ਨੇ ਮੈਨੂੰ ਦੱਸੀ। ਕਹਿਣ ਲੱਗੇ ਸੰਤ ਮਹਾਰਾਜ ਜੀ ਹਰਖੋਵਾਲ ਜੀ, ਨਾਮ ਨਹੀਂ ਸੀ ਲੈਂਦੇ ਹੁੰਦੇ ਕਦੀ ਵੀ, ਉਹਨਾਂ ਦੇ ਨਾਮ ਮੈਂ ਮੂੰਹੋਂ ਕਦੀ ਸੁਣਿਆ ਨਹੀਂ ਸੀ। ਮੈਨੂੰ ਕਹਿੰਦੇ ਹੁਣ ਤੋਲੀ ਤਾਕਤ ਸੀ, ਕੋਈ ਨਾਪ ਤੋਲ ਨਹੀਂ ਸੀ ਹੈ, ਗਿਣਤੀ ਮਿਣਤੀ ਨਹੀਂ ਸੀ ਕਿ ਇੰਨਾ ਕੁ ਦਾਇਰਾ ਹੈ। ਕਹਿੰਦੇ ਅਣਗਿਣਤ ਗਿਣੀ ਮੁਣੀ ਕੋਈ ਨਾ ਸੀ, ਅਣਗਿਣਤ ਸੀ। ਜਿਹਨੂੰ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਨਿਰੰਕਾਰ ਬ੍ਰਹਮ ਦਾ ਗਿਆਨ ਹੋ ਜਾਣਾ। ਚੇਤੇ ਰੱਖਿਆ ਕਰੋ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸੰਥਾ ਤੋਂ ਬਿਨਾਂ ਨਾ ਪੜ੍ਹਿਆ ਕਰੋ। ਬਹੁਤ ਸਾਰੇ ਪਾਠੀ ਗਲਤ ਬਾਣੀ ਉਚਾਰਦੇ ਰਹਿੰਦੇ, ਲਗਾ ਮਾਤਰਾ ਵੀ ਗਲਤ ਉਚਾਰਦੇ ਆ। ਕੁਛ ਅੱਖਰ ਨੇ ਕੋਲੋਂ ਲਾਉਣੇ ਪੈਂਦੇ ਆ, ਅਧਕ ਅਤੇ ਇੱਕ ਬਿੰਦੀ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਹੀਂ ਹੈ। ਹਰ ਜਿਹੜੇ ਇਹਨੂੰ ਸਿੱਖ ਕੋਲੋਂ ਲਾਉਂਦੇ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਮੇਰੇ ਸਿੱਖ ਜਿੱਥੇ ਮੁਨਾਸਬ ਸਮਝਣਗੇ ਕੋਲੋਂ ਅਧਕ ਅਤੇ ਬਿੰਦੀ ਲਾਇਆ ਕਰਨਗੇ। ਜਿਹੜੇ ਕਹਿੰਦੇ ਨਹੀਂ ਲਾਉਣੀ ਚਾਹੀਦੀ ਉਹ ਵੀ ਲਾਉਂਦੇ ਆ। ਜਿਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਇੱਥੇ ਮਸਕਤ ਹੈ। ਜੇ ਤੁਸੀਂ ਅਧਕ ਨਹੀਂ ਲਾਉਂਦੇ ਤਾਂ ਮੁਸ਼ਕਤ ਨਹੀਂ ਬਣੇਗਾ, ਉੱਥੇ ਅਧਕ ਆਪਣੇ ਆਪ ਹੀ ਲੱਗ ਜੂਗਾ। ਜਿੱਥੇ ਕਿਤੇ ਬਿੰਦੀ ਲੱਗਣੀ ਆ ਉੱਥੇ ਬਿੰਦੀ ਕੋਲੋਂ ਲੱਗਣੀ ਆ। ਸਾਹ ਮਤ ਦੇਹੋ ਦਿਆਲ ਪ੍ਰਭ ਜਿੱਤੋਂ ਮੈਂ ਅਰਾਧਾ, ਮਹਾਰਾਜ ਇਹ ਮਤ ਦੇ ਦਿਓ ਤੁਹਾਡਾ ਅਰਾਧਨ ਕਰੀਏ। ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾਂ, ਉੱਤੇ ਬਿੰਦੀ ਕੋਲੋਂ ਲੱਗਣੀ ਆ। ਇੱਥੇ ਜਦੋਂ ਤੁਸੀਂ ਰਹਿ ਰਾਸ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਉੱਥੇ ਸਤਿਗੁਰੂ ਜੀ ਦੀ ਇੱਕ ਪਵਿੱਤਰ ਬਚਨ ਹੈ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕੱਲ ਇਕੱਲਾ ਭਰਪੂਰ ਰਿਹਾ। ਇੱਥੇ ਅਧਕ ਲੱਗੂਗਾ, ਇਕੱਲਾ ਹੀ ਨਿਰੰਕਾਰ ਸਾਰੀ ਸ੍ਰਿਸ਼ਟੀ ਵਿੱਚ ਭਰਪੂਰ ਹੈ, ਉਹਦੇ ਬਰਾਬਰ ਦੀ ਕੋਈ ਦੁਨੀਆਂ ਵਿੱਚ ਤਾਕਤ ਨਹੀਂ ਹੈ। ਇਕੱਲਾ ਹੀ ਹੈ ਸਾਰੀ ਸ੍ਰਿਸ਼ਟੀ ਵਿੱਚ, ਕਿੱਥੇ ਕਿੱਥੇ ਹੈ ਕੋਈ ਪਤਾ ਨਹੀਂ ਹੈ। ਉਹ ਨਿਰੰਕਾਰ ਦੇ ਨਾਲ ਜੁੜੇ ਹੋਏ ਪੁਰਖ ਕੇਵਲ ਨਾਮੇ ਹੀ ਰਿੱਧ ਸਿੱਧ ਭਗਤਾਂ ਚਰਨੀ ਲਾਗੀ ਗੁਰ ਕੇ ਸਹਿਜ ਸਪਾਈ, ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ। ਮਨਮੁੱਖਾਂ ਨੂੰ ਅੰਤਰ ਲੋਭ ਸੁਆਓ, ਜਿਨ੍ਹਾਂ ਦੇ ਅੰਦਰ ਲੋਭ ਦੀ ਅੰਸ਼ ਹੈ। ਚੇਤਾ ਰੱਖਿਓ ਲੋਭ ਦੀ ਅੰਸ਼ ਜਿਹਦੇ ਅੰਦਰ ਹੈ, ਕੋਈ ਬੰਦਾ ਐਸਾ ਨਹੀਂ ਹੋਣਾ ਜਿਹਦੇ ਅੰਦਰ ਧਨ ਦੀ ਖਿੱਚ ਨਾ ਹੋਵੇ। ਬਹੁਤ ਧਰਮ ਦੇ ਪੱਖ 'ਤੇ ਜੁੜੇ ਹੋਏ ਪੁਰਖ ਵੀ ਧਰਮ ਦੇ ਇਸ ਪੱਖ ਦੇ ਨਾਲ ਜੁੜੇ ਹੋਏ ਆ। ਮਾਇਆ ਕਾਰਨ ਤਾਂ ਹੀ ਮੂਰਖ ਲੋਕ ਅਜਾਣ। ਤਿੰਨ ਤਰ੍ਹਾਂ ਦੀਆਂ ਭੁੱਖਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਨੇ, ਤਿੰਨ ਪ੍ਰਕਾਰ ਦੀ ਭੁੱਖ ਦੱਸੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਇੱਕ ਤਾਂ ਹੈ ਧਨ ਦੀ ਭੁੱਖ, ਦੂਜੀ ਹੈ ਪ੍ਰਭਤਾ ਦੀ ਭੁੱਖ, ਤੀਜੀ ਹੈ ਸਰੀਰ ਜਵਾਨ ਰਹਿ ਜਾਵੇ, ਮੇਰਾ ਜਵਾਨੀ ਮੈਨੂੰ ਸਦਾ ਵਾਸਤੇ ਰਹਿ ਜਾਵੇ, ਇੱਕ ਇਹ ਭੁੱਖ ਹੈ। ਬਜ਼ੁਰਗ ਨੂੰ ਤਾਂ ਇਹ ਭੁੱਖ ਰਹਿਣੀ ਆ ਕਿ ਮੈਂ ਜਵਾਨੀ ਹੁੰਦੀ ਮੈਂ ਚੰਗਾ ਕਰਮ ਕਰ ਲੈਂਦਾ, ਕੋਈ ਹੋਰ ਕਰਮ ਕਰ ਲੈਂਦਾ। ਨੌਜਵਾਨ ਵੀ ਆਪਣਾ ਕੰਮ ਛੱਡ ਕੇ ਜਿੰਮਾਂ ਵਿੱਚ ਤੁਰੇ ਫਿਰਦੇ, ਗੁਰੂ ਘਰ ਦੀ ਸੇਵਾ ਕਰ ਲਓ, ਇਹ ਜਿੰਮੇ ਹੀ ਆ, ਹੋਰ ਕੀ ਹੈ। ਝਾੜੂ ਫੇਰ ਲਓ, ਪਾਖਾ ਫੇਰ ਲਓ, ਪਾਣੀ ਢੋਲੋ, ਆਪਣੇ ਘਰ ਕੋਈ ਕੰਮ ਕਰ ਲਓ, ਘਰ ਦਾ ਕੰਮ ਕਰਨਾ ਨਹੀਂ ਹੈ। ਬੀਬੀਆਂ ਜਿੰਮਾਂ ਨੂੰ ਤੁਰੀਆਂ ਦੇਖੀਆਂ ਸੀ, ਦੇਖੋ ਕਿੱਧਰ ਨੂੰ ਦੁਨੀਆਂ ਤੁਰੀ ਹੈ। ਇਹ ਇੱਕ ਕਰਮ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਸੀ, ਕਹਿੰਦੇ ਸਰੀਰ ਨੂੰ ਔਖਾ ਧੂਣੀਆਂ ਬਾਲ ਕੇ ਨਾ ਕਰੋ, ਗੁਰੂ ਘਰ ਦੀ ਸੇਵਾ ਕਰੋ, ਸੇਵਾ ਕਰੋਗੇ ਤੁਹਾਨੂੰ ਸੌਖਾ, ਪਰਮੇਸ਼ੁਰ ਦੀ ਤੁਹਾਡਾ ਮਨ ਸ਼ੁੱਧ ਹੋ ਜਾਊਗਾ। ਇਹਨਾਂ ਗੱਲਾਂ ਤੋਂ ਮਨਮੁੱਖਾਂ ਨੂੰ ਹੁਣ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ, ਅੰਦਰ ਇੱਕ ਧਨ ਦੀ ਭੁੱਖ ਲੱਗੀ ਹੋਈ ਹੈ। ਜਿਨ੍ਹਾਂ ਅੰਦਰ ਇਹ ਤਿੰਨ ਭੁੱਖਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜਿਹਨੇ ਪਰਮੇਸ਼ੁਰ ਨਿਰੰਕਾਰ ਨੇ ਕਰ ਸ਼ਾਂਤ ਸੁੱਖ ਮਨ ਆਏ ਬਸਿਆ, ਜਿਨ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾ ਹੀ ਪੂਰਨ ਹੋ ਜਾਣਗੀਆਂ। ਕਹਿੰਦੇ ਪਰਮੇਸ਼ੁਰ ਤਾਂ ਇਹ ਗੱਲ ਨੂੰ ਮੰਨਦਾ, ਤੂੰ ਵੀ ਤਾਂ ਮੰਨ। ਗੁਰੂ ਅਮਰਦਾਸ ਮਹਾਰਾਜ ਲਿਖਦੇ, ਨਿਰੰਕਾਰ ਨੇ ਤਾਂ ਇਹ ਗੱਲ ਮੰਨੀ ਹੈ ਵੀ ਮੈਂ ਤੇਰੇ ਸਾਰੇ ਕੰਮ ਸਵਾਰ ਦੂੰਗਾ, ਤੂੰ ਵੀ ਇੱਕ ਗੱਲ ਮੰਨ ਲਾ। ਅੰਗੀਕਾਰ ਉਹ ਕਰੇ ਤੇਰਾ, ਪਰਮੇਸ਼ੁਰ ਅੰਗੀਕਾਰ ਕਰਦਾ ਵੀ ਮੈਂ ਤੇਰੇ ਸਭ ਕੰਮ ਸਵਾਰੂੰਗਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਪਰਮੇਸ਼ੁਰ ਤਾਂ ਮੰਨਦਾ ਮੈਂ ਤੇਰੇ ਸਾਰੇ ਕੰਮ ਸਵਾਰੂੰਗਾ, ਤੂੰ ਵੀ ਤਾਂ ਇੱਕ ਮਨ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਇਹ ਬਾਣੀ ਨੂੰ ਪੜ੍ਹਨਾ ਵਿਚਾਰਨਾ ਬੜੀ ਔਖੀ ਗੱਲ ਹੈ, ਮਹਾਂਪੁਰਸ਼ਾਂ ਦੀ ਕਿਰਪਾ ਤੋਂ ਬਿਨਾਂ ਇਹਨਾਂ ਦੀ ਸਮਝ ਨਹੀਂ ਲੱਗਦੀ। ਇਹ ਮਹਾਂਪੁਰਸ਼ ਕਿਰਪਾ ਕਰ ਦੇਣ, ਜਿਹੜੇ ਉਹਦੇ ਨਾਲ ਜੁੜੀਆਂ ਹੋਈਆਂ ਆਤਮਾ ਉਹ ਕਿਰਪਾ ਕਰ ਦੇਣ, ਉਹ ਤੋਂ ਬਿਨਾਂ ਸਮਝ ਨਹੀਂ ਲੱਗਦੀ। ਮਨਮੁੱਖਾਂ ਨੂੰ ਪ੍ਰਤੀਤ ਨਾ ਵੀ, ਜਿਨ੍ਹਾਂ ਦੇ ਅੰਦਰ ਲੋਭ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਲੋਭ ਇੰਨਾ ਮਾੜਾ ਲਿਖਿਆ, ਹਲਕਿਆ ਕੁੱਤਾ ਕਿਸੇ ਨੂੰ ਮਾਫ਼ੀ ਨਹੀਂ ਦਿੰਦਾ, ਪਹਿਲਾਂ ਘਰਦਿਆਂ ਨੂੰ ਵੱਢਦਾ,
ਫਿਰ ਉਹ ਬਾਹਰ ਦੇ ਹਨ, ਉਹਨੂੰ ਕੋਈ ਪਹਿਚਾਣ ਨਹੀਂ ਹੈ ਮੇਰਾ ਜਾਂ ਬਗਾਨਾ, ਉਹਨੇ ਮਾਫ਼ੀ ਦੇਣੀ ਨਹੀਂ ਹੈ। ਜਿਹੜਾ ਜਿਹਦੇ ਅੰਦਰ ਲੋਭ ਦੀ ਅੰਸ਼ ਹੈ ਉਹਨੇ ਕਿਸੇ ਨੂੰ ਮਾਫ਼ੀ ਦੇਣੀ ਨਹੀਂ, ਜਦੋਂ ਉਹਨੂੰ ਕਿਤੇ ਲੋਭ ਦੀ ਅੰਸ਼ ਦਿਸਣੀ ਹੈ ਉਹਨੇ ਧਰਮ ਸਾਰਾ ਹਾਰ ਜਾਣਾ, ਬਿਲਕੁਲ ਛੱਡ ਜਾਣਾ, ਧਰਮ ਦੇ ਕਾਰਜ ਸਿੱਕੇ ਟੰਗ ਦੇਣੇ ਆ। ਅੱਜ ਕਿਸੇ ਨੂੰ ਅਮਰੀਕਾ ਕਨੇਡਾ ਦਾ ਚਾਂਸਾ ਦੇ ਦਿਓ, ਭਾਵੇਂ ਸੁੰਨਤ ਕਰ ਦਿਓ, ਉਹਦੀ ਤਿਆਰ ਹੀ ਆ, ਹੁਣ ਜਿੰਨੇ ਮਰਜ਼ੀ ਮੁਸਲਮਾਨ ਬਣਾ ਲੈਂਦਾ ਔਰੰਗਜ਼ੇਬ, ਤਿਆਰ ਹੀ ਸੀ, ਸਾਰੇ ਬੈਠੇ, ਇੱਥੇ ਤੱਕ ਗੱਲ ਪਹੁੰਚੀ ਹੈ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਬੜੇ ਪ੍ਰਮਾਣ ਦਿੱਤੇ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਇਹਦਾ ਪ੍ਰਮਾਣ ਦਿੱਤਾ, ਖੜਕੇ ਕੁੱਤੇ ਦੀ ਨਿਆਈ, ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਇਉਂ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਲੋਭੀ ਬੰਦਾ ਵੀ ਕਿਸੇ ਧਰਮ ਦੀ ਪਰਖ ਦੇ ਵਿੱਚ ਨਹੀਂ, ਉਹ ਤਾਂ ਲੋਭ ਦੀ ਅੰਸ਼ ਵਿੱਚ, ਅੰਤਰ ਲੋਭ ਸੁਭਾਓ, ਜਿਹਦੇ ਅੰਦਰ ਲੋਭ ਦੀ ਅੰਸ਼ ਹੈ, ਮਤ ਭੁਲੇਖਾ ਗਵਾ ਦੇ ਵੀ ਮੈਂ ਧਰਮ ਦੀ ਪੌੜੀ 'ਤੇ ਤੁਰਿਆ ਹੋਇਆ, ਇਹ ਭੁਲੇਖਾ ਨਹੀਂ ਹੈ ਰਹੂਗਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਭੁਲੇਖਾ ਛੱਡਿਆ ਹੀ ਨਹੀਂ ਹੈ। ਗੁਰਮੁਖ ਹਿਰਦੇ ਸ਼ਬਦ ਨਾ ਭੇਜ ਦਿਓ, ਹਰ ਨਾਮ ਨਾਲ ਲਾਗਾ ਪਾਓ, ਗੁਰਮੁਖਾਂ ਦੇ ਬਚਨ ਫਿਰ ਉਹਨਾਂ ਦੇ ਹਿਰਦੇ 'ਚ ਵੜਦੇ ਨਹੀਂ, ਕਿਉਂਕਿ ਜਿਹੜੀ ਕੱਟੜ ਸਾਧ ਸੰਗਤ ਪਥਰੀਲੀ ਧਰਤੀ ਹੋਵੇ ਉੱਥੇ ਤੀਰ ਲੱਗਦਾ ਨਹੀਂ ਹੈ। ਮਹਾਤਮਾ ਤੀਰ ਮਾਰ ਵੀ ਦੇਣ, ਜਿੱਡਾ ਮਰਜ਼ੀ ਕਾਰੀਗਰ ਜਿਮੀਂਦਾਰ ਹੋਵੇ, ਪੱਥਰ ਵਾਲੀ ਧਰਤੀ ਹੋਵੇ ਤਾਂ ਕਾਮਯਾਬ ਨਹੀਂ ਹੋ ਸਕਦਾ ਕਦੀ, ਜੇ ਵਾਹ ਦਿੱਤਾ ਉਹਦੇ ਫਸਲ ਨਹੀਂ ਹੋਣੀ, ਗੁਬਰਾਗ ਹੈ ਨਹੀਂ, ਪਾਣੀ ਹੈ ਨਹੀਂ, ਉਹਦੇ ਵਿੱਚ ਪਾਣੀ ਸਮਾਉਂਦਾ ਨਹੀਂ ਉਹਦੇ ਅੰਦਰ। ਇੱਕ ਪੱਥਰੀਲੀ ਧਰਤੀ 'ਤੇ ਕਾਮਯਾਬੀ ਨਹੀਂ ਹੁੰਦੀ, ਕੱਲਰ ਧਰਤੀ 'ਤੇ ਕਾਮਯਾਬੀ ਨਹੀਂ ਹੁੰਦੀ, ਇੱਕ ਜਿਹਦੇ 'ਚ ਪਾਣੀ ਸੁੱਕਦਾ ਨਹੀਂ ਉੱਥੇ ਵੀ ਕਾਮਯਾਬੀ ਨਹੀਂ ਹੁੰਦੀ, ਇੱਕ ਜਿਹੜਾ ਰੇਤੇ ਵਿੱਚ ਪਾਣੀ ਖੜਦਾ ਨਹੀਂ ਉੱਥੇ ਵੀ ਕਾਮਯਾਬੀ ਨਹੀਂ ਹੁੰਦੀ। ਮੇਰੇ ਕੋਲ ਸਮਾਂ ਨਹੀਂ ਹੈ, ਇਕੱਲੀ ਇਕੱਲੀ ਦਾ ਮੈਂ ਜ਼ਿਕਰ ਕਰਕੇ ਤੁਹਾਨੂੰ ਦੱਸ ਦੇਣਾ ਸੀ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੋਏ ਪੁਰਖ ਹੈ ਉਹਨਾਂ ਨੂੰ ਹਦਾਇਤਾਂ ਨੇ ਇਹ, ਵੀ ਤੁਹਾਡਾ ਮਨ ਕਹਿੰਦੇ ਕਿਉਂ ਨਹੀਂ ਪਰਮੇਸ਼ਰ 'ਤੇ ਵਿਸ਼ਵਾਸ ਬਣਦਾ, ਗੱਲ ਤੁਹਾਡੇ ਅੰਦਰ ਇੱਕ ਇਹ ਨੁਕਸ ਹੈ, ਅੰਤਰ ਲੋਭ ਸੁਭਾਓ, ਲੋਭ ਕੁੱਤਾ ਅੰਦਰ ਬੈਠਾ, ਬਿਨਸੇ ਲੋਭ ਸਵਾਨ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਲੋਭ ਨੂੰ ਕੁੱਤਾ ਦੱਸਿਆ, ਉੱਥੇ ਹਲਕਿਆ ਕੁੱਤਾ ਦੱਸਿਆ, ਜਿਹਦੇ ਅੰਦਰ ਇਹ ਅੰਸ਼ ਜਿੰਨਾ ਚਿਰ ਇਹ ਉੱਨਾ ਚਿਰ ਨਿਕਲਣੀ ਨਹੀਂ ਜਿੰਨਾ ਚਿਰ ਨਾਮ ਦੇ ਨਾਲ ਸੁਰਤ ਨੂੰ ਸ਼ਬਦ ਨਾਲ ਜੋੜਦਾ ਨਹੀਂ, ਜਿਹਦਾ ਜਿੱਦਾਂ ਉਹਨੂੰ ਜੋੜੀ ਜਾਊਗਾ ਬਾਹਰ ਨਿਕਲੀ ਜਾਊਗਾ। ਗੰਦੇ ਪਾਣੀ ਦੀ ਬਾਲਟੀ ਹੈ, ਉਹਦੇ ਵਿੱਚ ਤੁਸੀਂ ਚੰਗੇ ਪਾਣੀ ਦੀ ਟੂਟੀ ਛੱਡ ਦਿਓ, ਚੰਗਾ ਵਿੱਚ ਆਈ ਜਾਊਗਾ, ਗੰਦਾ ਬਾਹਰ ਨਿਕਲੀ ਜਾਊਗਾ। ਤੁਸੀਂ ਜਿੱਦਾਂ ਜਿੱਦਾਂ ਸੁਰਤ ਨੂੰ ਪਰਮੇਸ਼ਰ ਨਾਲ ਜੋੜੋਗੇ, ਹੌਲੀ 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 ਇਹ ਉਹਦੇ ਤੋਂ ਪਿੱਛੇ ਹਟਦੀ ਚਲੇ ਜਾਵੇਗੀ। ਕੋਸ਼ਿਸ਼ ਕਰਕੇ ਦੇਖਿਓ, ਜਿੰਨਾ ਜਿੰਨਾ ਮਨੁੱਖ ਬਾਣੀ ਦੇ ਨੇੜੇ ਜਾਂਦਾ ਇਹਦਾ ਮਨ ਸੰਸਾਰ ਤੋਂ ਉਦਾਸ ਹੁੰਦਾ ਜਾਂਦਾ, ਜਿੰਨਾ ਜਿੰਨਾ ਇਹ ਤੋਂ ਪਰੇ ਜਾਂਦਾ ਫਿਰ ਉਹਨਾਂ ਨਾਲ ਉਦਾਸ ਨਹੀਂ ਹੁੰਦਾ, ਮਸਤੀ ਚੜ੍ਹਦੀ ਹੈ। ਬਸ ਉਹਨੂੰ ਵਿਚਾਰ ਪੈਸੇ ਆ ਜਾਣ ਫਿਰ ਉਹ ਕਿਸੇ ਨੂੰ ਜਾਣਦਾ, ਸਾਰਿਆਂ ਨੂੰ ਨੀਵੇਂ ਹੀ ਜਾਣਦਾ, ਫਿਰ ਉਹ ਮਹਾਤਮਾ ਨੂੰ ਵੀ ਇੱਦਾਂ ਜਾਣਦਾ ਵੀ ਪੈਸੇ ਮੰਗਣ ਵਾਲੇ ਮਹਾਤਮਾ ਹੈ ਸਾਰੇ, ਉਹਨੂੰ ਨਿਗਾਹ ਖਰਾਬ ਹੋਈ, ਉਹਦੀ ਨਿਗਾਹ ਖਰਾਬ ਹੋਈ ਹੈ। ਦੇਖੋ ਜਿੰਨਾ ਮਹਾਤਮਾ ਨੇ ਕਿਤੇ ਮੰਗਣ ਨਹੀਂ ਗਏ, ਆ ਵੱਡੇ ਵੱਡੇ ਮਹਾਂਪੁਰਖ ਕਿਤੇ ਮੰਗਣ ਗਏ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਸੀ, ਅੱਗੇ ਪਿੱਛੇ ਤੁਰੀਆਂ ਫਿਰਦੀਆਂ ਸੀ। ਬਹੁਤ ਵੱਡਾ ਸਤਿਗੁਰੂ ਜੀ ਕਹਿੰਦੇ ਗੁਰਮੁਖ ਹਿਰਦੇ ਸ਼ਬਦ ਨਾ ਭੇਜਿਓ, ਗੁਰਮੁਖਾਂ ਦੇ ਹਿਰਦੇ ਤੋਂ ਨਿਕਲਿਆ ਹੋਇਆ ਸ਼ਬਦ ਉਹਨਾਂ ਦੀ ਧਰਤੀ ਭਿੱਜੀ ਨਹੀਂ ਹੈ, ਕਠੋਰ ਸੀ ਉਹ, ਲੋਭ ਲੋਭੀ ਹੁੰਦਾ ਜਿਸ ਧਰਤੀ ਵਿੱਚ ਪਾਣੀ ਸੁੱਕੇ ਨਾ, ਉੱਥੇ ਕੋਈ ਫਸਲ ਦੀ ਆਸ ਨਾ ਰੱਖਿਓ, ਜੇ ਝੋਨਾ ਹੋ ਵੀ ਜਾਵੇ ਤਾਂ ਵੱਢ ਵੀ ਨਹੀਂ ਹੋਣਾ, ਉੱਥੇ ਕਿਸੇ ਚੀਜ਼ ਦੀ ਆਸ ਨਹੀਂ ਹੈ। ਗੁਰਮੁਖ ਹਿਰਦੇ ਸ਼ਬਦ ਨਾਲ ਗੁਰਮੁਖਾਂ ਨੇ ਹਿਰਦੇ 'ਤੇ ਤੀਰ ਮਾਰਿਆ, ਗਨਕਾ ਦੇ ਧਰਤੀ ਤਾਂ ਨਰਮੇ ਸੀ, ਤੀਰ ਦਾ ਲੱਗ ਗਿਆ, ਅਜਾ ਮਲ ਦੇ ਤੀਰ ਮਾਰਿਆ ਲੱਗ ਗਿਆ, ਜਿਹੜੀਆਂ ਜਿਹੜੀਆਂ ਧਰਤੀਆਂ ਖਰੀਆਂ ਸਨ ਠੀਕ ਹੈ ਵਾਹੁਣ ਪੱਖੋਂ ਰਹਿ ਗਈਆਂ, ਉਹ ਜਿਹੜਾ ਜ਼ਿਮੀਂਦਾਰ ਬਹੁਤ ਕਾਰੀਗਰ ਹੁੰਦਾ ਇਹਨਾਂ ਧਰਤੀਆਂ 'ਚ ਫਸਲ ਪੈਦਾ ਕਰ ਲੈਂਦਾ, ਉਹਦੇ 'ਚ ਔਗਣ ਨਾ ਹੋਵੇ, ਕੱਲਰ ਵਾਲੀ ਧਰਤੀ 'ਚ ਜਿੰਨਾ ਮਰਜ਼ੀ ਜ਼ਿਮੀਂਦਾਰ ਕਾਰੀਗਰ ਹੋਵੇ। ਆ ਹੁਣ ਤਾਂ ਝੋਨਾ ਚਾਨਾ ਹੋ ਜਾਂਦਾ, ਸਾਇੰਸ ਤਰੱਕੀ ਕਰ ਗਈ, ਪਰ ਗੁਰੂ ਗ੍ਰੰਥ ਸਾਹਿਬ ਜਦੋਂ ਬਚਨ ਲਿਖਿਆ ਉਦੋਂ ਇਹ ਗੱਲਾਂ ਨਹੀਂ ਸੀ ਹੈ। ਕੱਲਰ ਖੇਤ ਬੀਜੇ ਨਹੀਂ ਜੰਮੇ ਸਭ ਲਾਹਾ ਮੂਲ ਗਵਾਏਗਾ, ਕੱਲਰ ਧਰਤੀ ਵਿੱਚ ਜੰਮਦਾ ਕੁਛ ਨਹੀਂ ਹੈ। ਉਹਨਾਂ ਨੂੰ ਗੁਰਮੁਖਾਂ ਦੇ ਸ਼ਬਦ ਚੰਗੇ ਨਹੀਂ ਲੱਗਦੇ, ਹੁਣ ਤਾਂ ਜਿਹੜਾ ਨੈੱਟ ਜਿਹਨੇ ਫੜ ਲਿਆ ਉਹਨਾਂ ਗੁਰਮੁਖਾਂ ਦੀ ਤਾਂ ਗੱਲੇ ਗਵਾ ਦੇਵੇ। ਜਿੱਦਾਂ ਜਿੱਦਾਂ ਇਹਦੇ ਨੂੰ ਕਹਿੰਦੇ ਦਲਦਲ ਵਿੱਚ ਖੁੱਭਿਆ ਹੋਇਆ ਮਨੁੱਖ, ਇਹਦੇ ਬਿਨਾਂ ਵੱਡੀ ਦਲਦਲ ਹੋਰ ਕੀ ਆਉਣੀ ਆ। ਏਅਰਪੋਰਟਾਂ 'ਤੇ ਚਲੇ ਜਾਓ, ਅੱਡਿਆਂ 'ਤੇ ਚਲੇ ਜਾਓ, ਸਟੇਸ਼ਨਾਂ 'ਤੇ ਚਲੇ ਜਾਓ, ਸਕੂਲਾਂ 'ਤੇ ਚਲੇ ਜਾਓ, ਉਹਦੇ ਵਿੱਚ ਕੋਈ ਬੰਦਾ ਕਿਸੇ ਵੱਲ ਨੂੰ ਦੇਖਦਾ ਨਹੀਂ, ਇਹਦੇ ਵਿੱਚ ਖੁੱਭਿਆ ਹੋਇਆ। ਇਹਨੂੰ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲੇ, ਇੱਕ ਪੈਰ ਵੀ ਚੱਲ ਨਹੀਂ ਸਕਦਾ, ਇਹਨੂੰ ਵਿੱਚ ਨਿਕਲਣਾ ਹੀ ਬੜੀ ਮੁਸ਼ਕਲ ਹੈ, ਗੱਲ ਦੇਖੋ ਦੂਜੀ ਹੋਰ ਆ ਜਾਂਦੀ ਹੈ, ਉਹਨੂੰ ਦੇਖੋ ਤੀਜੀ ਹੋਰ ਆ ਜਾਂਦੀ ਹੈ, ਉਹਨਾਂ ਬਾਣੀ ਵਿੱਚ ਨਹੀਂ ਖੁੱਭਦਾ ਜਿੰਨਾ ਇਹਦੇ ਵਿੱਚ ਖੁੱਭਿਆ ਹੋਇਆ। ਇਹਨੂੰ ਛੱਡੂਗਾ ਤਾਂ ਪਰਮੇਸ਼ਰ ਦੀ ਬਾਣੀ ਨਾਲ ਜੁੜੂਗਾ, ਜਿੰਨਾ ਇਹ ਹੁਣ ਇੱਕ ਨਵੀਂ ਗੱਲ ਪਰਮੇਸ਼ਰ ਨੇ ਚਲਾਈ ਆ ਕਲਯੁੱਗ ਨੇ, ਇਹਦੇ ਤੋਂ ਕੋਈ ਬਿਰਲਾ ਹੀ ਜੀਵ ਬਚਿਆ। ਜਿਹੜੇ ਹੁਣ ਤਾਂ ਸਾਡੇ ਧਰਮ ਦੇ ਅੰਦਰ ਵੀ ਅਰਦਾਸ ਵਿੱਚ ਵੀ ਚਾਰ ਚਾਰ ਵੱਜ ਜਾਂਦੇ ਆ, ਇਹ
ਇਕਾਗਰ ਹੋਣੇ ਨਹੀਂ ਦੇਣਾ। ਇਕਾਗਰ ਹੋਏ ਨਹੀਂ ਤਾਂ ਅਰਦਾਸ ਇਕਾਗਰ ਨਾ ਹੋਈ ਤਾਂ ਪ੍ਰਵਾਨ ਨਹੀਂ ਹੋਣੀ। ਉਹ ਪਹਿਲਾਂ ਜਿਹੜੇ ਧਾਰਮਿਕ ਪੱਖ ਨਾਲ ਜੁੜੇ ਪੁਰਖ ਹੈ, ਗੁਰਮੁਖ ਹੈ, ਉਹਨਾਂ ਨੂੰ ਇਹ ਗੱਲ ਦਾ ਪਤਾ, ਉਹ ਬੰਦ ਕਰਕੇ ਆ ਜਾਂਦੇ। ਹੁਣ ਤਾਂ ਸਰਕਾਰੀ ਦਫ਼ਤਰਾਂ ਮੂਹਰੇ ਵੀ ਲਿਖ ਦਿੱਤਾ, ਮੋਬਾਈਲ ਬੰਦ ਕਰਕੇ ਅੰਦਰ ਆਓ, ਜਾਂ ਲੋਕਾਂ ਦੀ ਗੱਲ ਸੁਣ ਲਓ ਜਾਂ ਸਾਡੀ ਸੁਣ ਲਓ। ਪਰ ਇੱਥੇ ਜਿਹੜੇ ਗੁਰੂ ਘਰ ਵਿੱਚ ਆਉਂਦੇ ਆ ਉਹਨਾਂ ਨੇ ਤਾਂ ਇਹ ਗੱਲ ਜਾਣੀ ਨਹੀਂ ਨਾ। ਜਦੋਂ ਅਰਦਾਸ ਹੁੰਦੀ ਦੇਖਿਓ ਇੱਕ ਦੋ ਜ਼ਰੂਰ ਵੱਜਣੇ ਆ, ਇੱਕ ਇਹ ਇਕਾਗਰਤਾ ਨੂੰ ਭੰਗ ਕਰੂਗੇ। ਜੇ ਮਾੜੀ ਮੋਟੀ ਇਕਾਗਰਤਾ ਹੀ ਹੁੰਦੀ, ਮੂਵੀਆਂ ਵਾਲੇ ਨਹੀਂ ਹੋਣ ਦਿੰਦੇ ਵਿਆਹਾਂ ਸ਼ਾਦੀਆਂ 'ਤੇ, ਉਹ ਘੁੰਮੀ ਜਾਂਦੇ ਅਰਦਾਸ ਅਰਦੂਸ 'ਚ, ਉਹ ਹਟਦੇ ਹੀ ਨਹੀਂ ਹੈ। ਇਹ ਮਨਮੁੱਖਾਂ ਦੀ ਨਿਸ਼ਾਨੀ ਹੈ। ਉਹਨਾਂ ਨੂੰ ਗੁਰਮੁਖਾਂ ਦਾ ਸ਼ਬਦ ਚੰਗਾ ਨਹੀਂ ਲੱਗਣਾ। ਜਿੱਦਾਂ ਸਾਧ ਸੰਗਤ ਕੌੜੇ ਮੂੰਹ ਵਾਲੇ ਨੂੰ, ਉਹਨੂੰ ਥੋੜ੍ਹਾ ਚਿਰ ਗੁੜ ਚੰਗਾ ਨਹੀਂ ਲੱਗਦਾ, ਗੁੜ ਵੀ ਕੌੜਾ ਹੀ ਲੱਗਦਾ ਉਹਨੂੰ। ਇੱਦਾਂ ਜਿਹੜੇ ਮਨਮੁੱਖ ਹੈ ਉਹਨਾਂ ਨੂੰ ਗੁਰਮੁਖਾਂ ਦੇ ਸ਼ਬਦ ਵੀ ਚੰਗੇ ਨਹੀਂ ਲੱਗਦੇ, ਉਹਨਾਂ ਦੇ ਅੰਦਰ ਪਾਪ ਕਰਮ ਦੀ ਅੰਸ਼ ਹੈ। ਜਿੰਨਾ ਚਿਰ ਅੰਦਰ ਪਾਪ ਕਰਮ ਦੀ ਅੰਸ਼ ਹੈ, ਉਹਨਾਂ 'ਚ ਰੱਬ ਦੀ ਗੱਲ ਚੰਗੀ ਨਹੀਂ ਲੱਗਦੀ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ, ਜੈ ਬਗੰਧ ਤੈਂ ਜਾਏ। ਮੱਖੀ ਗੰਦਗੀ 'ਤੇ ਜਾ ਕੇ ਬਹਿ ਜਾਂਦੀ ਹੈ। ਗੁਰਮੁਖਾਂ ਦੇ ਮਹਾਂਪੁਰਖਾਂ ਦੇ ਸ਼ਬਦ ਨਹੀਂ ਸੁਣਨੇ, ਉਹਨਾਂ ਦੀ ਗੱਲ ਨਹੀਂ ਸੁਣਨੀ। ਗੱਲ ਸੁਣ ਲਵੇ ਭਾਈ ਗੁਰਮੁਖੋ, ਅੰਦਰ ਕੰਨਾਂ 'ਚ ਹੀ ਨਗਾ ਲਓ। ਤੱਕੇ ਨਾਲੇ ਦਵਾਈ ਨਗਾਈ ਦੀ ਆ, ਦਵਾਈ ਕੋਈ ਖੁਸ਼ੀ ਨੂੰ ਪੀਂਦਾ? ਰੋਜ਼ ਦੱਸੋ ਵੇ ਖੁਸ਼ ਹੋ ਕੇ ਦਵਾਈ ਪੀਂਦਾ ਹੋਵੇ, ਮੈਂ ਦਵਾਈ ਪੀਣੀ ਆ। ਦਵਾਈ ਤਾਂ ਤੱਕੇ ਨਾਲੇ ਸਿੱਟਣੀ ਪੈਂਦੀ ਹੈ, ਨਹੀਂ ਚੰਗੀ ਲੱਗਦੀ ਨਾ ਸਹੀ, ਅੱਖਾਂ ਮੀਟ ਕੇ ਪੀਂਦੇ ਆ, ਮੂੰਹ ਵੱਟ ਕੇ ਪੀਂਦੇ, ਕੌੜੀ ਦਵਾਈ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦਾ ਨਾਮ ਵੀ ਕੰਨਾਂ ਦੇ ਰਾਹੀਂ ਰਸ ਅੰਦਰ ਜਾਣਾ, ਇਹਨੂੰ ਸੁਣ ਲਓ, ਭਾਵੇਂ ਔਖੇ ਹੋ ਕੇ ਭਾਵੇਂ ਸੌਖੇ ਹੋ ਕੇ, ਅਸਰ ਜ਼ਰੂਰ ਕਰ ਦੂਗੀ ਦਵਾਈ। ਅਣਜਾਣਪੁਣੇ ਵਿੱਚ ਛੱਕ ਲਓ ਜਾਂ ਜਾਣ ਕੇ ਛੱਕ ਲਓ, ਦਵਾਈ ਅਸਰ ਕਰਦੀ ਹੈ। ਇਸੇ ਤਰ੍ਹਾਂ ਭਾਈ ਇਹ ਰੱਬ ਦਾ ਨਾਮ, ਰੱਬ ਦੀ ਬਾਣੀ, ਪਰਮੇਸ਼ੁਰ ਦਾ ਕੀਰਤਨ ਚੰਗਾ ਉਹਨਾਂ ਨੂੰ ਨਹੀਂ ਲੱਗਦਾ, ਵੱਖਰੀ ਗੱਲ ਹੈ, ਸੁਣੋ ਤਾਂ ਸਹੀ, ਹੌਲੀ ਹੌਲੀ ਚੰਗਾ ਵੀ ਲੱਗਣ ਲੱਗ ਜੂਗਾ। ਮੂੰਹ ਕੌੜਾ ਹੈ, ਗੁੜ ਖਾਈ ਜਾਓ, ਗੁੜ ਖਾਈ ਜਾਓ, ਦੋ ਚਾਰ ਪੇਸੀਆਂ ਪਹਿਲਾਂ ਉਹਦੀ ਕਰੱਤਣ ਖਤਮ ਕਰਦੀਆਂ, ਫਿਰ ਬਾਅਦ ਵਿੱਚ ਗੁੜ ਦੀ ਮਿਠਾਸ ਆਉਂਦੀ ਹੈ। ਪਹਿਲੀ ਕਰੱਤਣ ਖਤਮ ਹੋਊਗੀ ਤਾਂ ਦੂਜੀ ਮਿਠਾਸ ਆਊਗੀ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਕਹਿੰਦੇ ਬਹੁਤ ਇਹਨੂੰ ਸਮਾਂ ਹੋ ਗਿਆ ਕੌੜੀਆਂ ਚੀਜ਼ਾਂ ਖਾਂਦੇ ਨੂੰ, ਇਹ ਹੁਣ ਮਿੱਠੀ ਇਹਨੂੰ ਤਾਂ ਹੀ ਨਹੀਂ ਛੇਤੀ ਲੱਗਦੀ। ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚੱਖ ਸਾਧੀ ਡਿੱਠਾ। ਜਿਨ੍ਹਾਂ ਜਿਨ੍ਹਾਂ ਨੂੰ ਸਾਧ ਪਰਮੇਸ਼ੁਰ ਦੇ ਨਾਮ ਦਾ ਸਵਾਦ ਆ ਗਿਆ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਪਰਮੇਸ਼ੁਰ ਦਾ ਨਾਮ ਉਹਨਾਂ ਪੁਰਖਾਂ ਨੂੰ ਮਿੱਠਾ ਲੱਗਾ। ਇਸ ਕਰਕੇ ਜਿੱਥੇ ਪਰਮੇਸ਼ੁਰ ਦਾ ਨਾਮ ਜਪਿਆ, ਆਹ ਦੇਖੋ ਮਹਾਂਪੁਰਖਾਂ ਨਾਮ ਜਪਿਆ, ਤੁਸੀਂ ਕਿੰਨੇ ਇਕੱਠੇ ਹੋਏ ਹੋ, ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਮਹਿਕ ਲੈਣ ਵਾਸਤੇ ਆਏ ਹੋ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਨੇ ਡਿਊਟੀ ਲਾਈ ਸੇਵਾਦਾਰਾਂ ਦੀ, ਉਹ ਇੱਥੇ ਸੇਵਾ ਕਰਾ ਰਹੇ ਹੈ, ਉਹਨਾਂ ਦਾ ਵੱਡਾ ਧੰਨਵਾਦ ਹੈ। ਸੋ ਸਾਡੀ ਵੀ ਡਿਊਟੀ ਜਿੰਨਾ ਚਿਰ ਸਰੀਰ ਹੈ ਮਹਾਂਪੁਰਸ਼ ਕਰਾ ਲੈਣ, ਕਿਰਪਾ ਹੋ ਜਾਵੇ। ਮਹਾਂਪੁਰਸ਼ ਦੀ ਕਿਰਪਾ ਤੋਂ ਬਿਨਾਂ ਇਹ ਕੋਈ ਬਾਹਾਂ ਖੜੀਆਂ ਕਰਕੇ ਗੱਲ ਨਹੀਂ ਕਹੀ ਜਾ ਸਕਦੀ, ਸਿਰੇ ਲਾ ਦੇਵਾਂਗੇ, ਨਹੀਂ। ਇਹ ਮਹਾਤਮਾ ਪੁਰਖ ਬਚਨ ਨਿਭਾ ਸਕਦੇ ਜਾਂ ਉਹ ਕਿਰਪਾ ਕਰ ਦੇਣ ਅਤੇ ਨਿਭ ਸਕਦੇ, ਨਹੀਂ ਤਾਂ ਇਹ ਬਚਨ ਸਿਰੇ ਲਾਉਣੇ ਬੜੀ ਔਖੀ ਗੱਲ ਹੈ। ਉਹਨਾਂ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਹੈ। ਸੰਤ ਬਾਬਾ ਪਰਮਜੀਤ ਸਿੰਘ ਜੀ ਜਿਹੜੇ ਉਹਨਾਂ ਦੇ ਅਣਨ ਸੇਵਾਦਾਰ ਸਨ, ਉਹ ਵੀ ਇੱਥੇ ਹਾਜ਼ਰੀ ਲਵਾ ਕੇ ਗਏ ਆ। ਹੋਰ ਵੀ ਮਹਾਂਪੁਰਸ਼ ਆਏ ਹੋਣਗੇ, ਸਾਰਿਆਂ ਦਾ ਧੰਨਵਾਦ ਹੈ ਇੰਨੇ ਬਚਨ ਪ੍ਰਵਾਨ ਕਰਨੇ ਜੀ। ਅੱਗੇ ਜਿਸ ਤਰ੍ਹਾਂ ਪ੍ਰਬੰਧਕਾਂ ਦਾ ਅੱਗੇ ਪ੍ਰੋਗਰਾਮ ਹੋਵੇਗਾ ਉਸ ਤਰ੍ਹਾਂ ਦੱਸਿਆ ਜਾਵੇਗਾ। ਸਾਰੀ ਸੰਗਤ ਇੱਕ ਵਾਰੀ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।